ਫਿਰ ਮੈਂ ਐਨਐਸਡੀ ਗਿਆ ਜਿਸ ਦਾ ਮੈਨੂੰ ਸੁਪਨਾ ਇੰਤਜ਼ਾਰ ਸੀਗਾ ਐਨਐਸਡੀ ਗਏ ਹਾਂ ਤੁਸੀਂ ਫਿਰ ਐਨਐਸਡੀ ਮੈਂ ਗਿਆ ਅਡਵੀਜ਼ ਉਹਦੇ ਲਈ ਅਡਵੀਜ਼ਨ ਲਈ ਅੱਛਾ ਉਦੋਂ ਹਨੀ ਸਿੰਘ ਟੌਪ ਤੇ ਹੁੰਦਾ ਸੀ ਹਨੀ ਸਿੰਘ ਸਟਾਰ ਸੀ ਬਹੁਤ ਵੱਡਾ ਨਾ ਮੈਂ ਵੀ ਬਾਲਬੁੱਲ ਜੀ ਨਾਲ ਮੱਖੀ ਜੀ ਰੱਖ ਕੇ ਮੈਂ ਗਿਆ ਅਸੀਂ ਕੀ ਕਰਦੇ ਆਂ ਫਿਲਮ ਬਣਾ ਕੇ ਉਹਦਾਂ ਦੀ ਪ੍ਰੋਮੋਸ਼ਨ ਦੇ ਬਜਟ ਅਸੀਂ ਵੱਡੇ ਕਰ ਲੈਣੇ ਉਹ ਥਾਰ 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 ਚੱਲਦਾ ਉਹਦੇ ਨਾਲ ਜਿਹੜੇ ਦੂਜੇ ਨੇ ਉਹ ਵਿਚਾਰੇ ਦਬ ਜਾਂਦੇ ਉਹਨਾਂ ਨੂੰ ਐ ਲੱਗਦਾ ਯਾਰ ਸਾਡੀ ਫਿਲਮ ਦੀ ਗੱਲ ਜੀ ਨਹੀਂ ਹੋ ਰਹੀ ਜੇ ਮੈਂ ਕਹਾਂ ਪੰਜਾਬ ਦੀ ਇੰਡਸਟਰੀ ਕੀ ਹੈ ਖੇਤੀਬਾੜੀ ਇਸ ਤੋਂ ਸਿਵਾ ਸਾਰੇ ਬਾਹਰ ਨੂੰ ਜਾਂਦੇ ਆ ਯਸ ਜੇ ਸਾਡੀਆਂ ਇੰਡਸਟਰੀ ਫਿਲਮ ਇੰਡਸਟਰੀ ਵੱਡੀ ਹੋ ਗਈ ਕਿੰਨੀ ਜੌਬ ਹੈ ਤੇ ਇੱਥੇ ਨੌਕਰੀ ਕਿਸੇ ਨੇ ਮੰਗਣੀ ਨਹੀਂ ਹੁਣ ਡੀਓਪੀ ਕਿੰਨੇ ਪੈਸੇ ਲੈਂਦਾ 15 ਤੋਂ 20 ਲੱਖ ਰੁਪਈਆ ਫੀਸ ਹੈ 30 ਦਿਨ ਸ਼ੂਟ ਕਰਦਾ ਮੈਨੂੰ ਕੋਈ ਐ ਜੀ ਨੌਕਰੀ ਲੱਭ ਕੇ ਦਿਖਾ ਦਿਓ ਆਈਪੀਐਸ ਵੀ ਨਹੀਂ ਕਮਾਉਂਦਾ ਹੁਣ ਹੂੰ 20 ਲੱਖ ਰੁਪਈਆ ਮਹੀਨੇ ਦੀ ਜੇ ਇੰਡਸਟਰੀ ਵੱਡੀ ਹੋ ਗਈ ਫਾਇਦਾ ਕਿੰਨੂ ਹੋਊਗਾ ਆਮ ਲੋਕਾਂ ਨੂੰ ਹੁਣ ਮੈਂ ਪੋਚਾ ਮਾਰ ਰਿਹਾ ਹੁਣ ਅਸੀਂ ਵਿੰਡੋ ਜੀ ਚ ਸਾਰਾ ਦੇਖ ਲੈਂਦੇ ਹੁੰਦੇ ਸੀ ਕੌਣ ਆ ਗਿਆ ਕੌਣ ਨਹੀਂ ਉਹ ਗਿਆ ਇੱਕ ਜਣਾ ਬਾਹਰ ਕਹਿੰਦੇ ਕਹਿੰਦੇ ਜਗਜੀਤ ਨੂੰ ਲੈ ਗਏ ਇੱਥੇ ਹੀ ਰਹਿੰਦੇ ਨੇ ਕਹਿੰਦੇ ਹਾਂ ਹਾਂ ਮੀਟਿੰਗ ਚ ਦੇ ਦਰ ਮੀਟਿੰਗ ਚੱਲਦੀ ਮੀਟਿੰਗ ਹਾਈ ਫਾਈ ਮੀਟਿੰਗ ਚੱਲ ਰਹੀ ਹੈ ਨਾ ਇਧਰ ਪੂਰਾ ਨਾ ਉਹ ਕਹਿੰਦਾ ਉਹ ਵਿਚੋ ਬਾਅਦ ਜਾਈ ਉਹ ਉਹ ਤਾਂ ਪਾ ਲਿਆ ਕਰੋ ਫਰਨੈਲ ਜੀ ਤਵੈਲ ਜੀ ਦਾ ਉਹ ਨਹੀਂ ਇੰਟਰਨੈਟ ਤੁਹਾਨੂੰ ਸਾਰਾ ਸੱਚ ਲੱਗਦਾ ਜੋ ਚੱਲਦਾ ਨਹੀਂ ਨਹੀਂ ਇਹਦੇ ਚ ਤਾਂ ਮੈਨੂੰ ਲੱਗਦਾ ਕਿ 80% ਝੂਠ ਬੋਲਿਆ ਪਰ ਇਹਦੇ ਜੋ ਗੱਲਾਂ ਹੀ ਨੇ ਆਹ ਵਾਰ ਰੀਅਲ ਜ਼ਿੰਦਗੀ ਕੁਝ ਹੋਰ ਹੁੰਦੀ ਹੈ ਨਾ ਬਣਾ ਕੇ ਕੁਝ ਹੋਰ ਦਿਖਾਉਣੀ ਪੈਂਦੀ ਹੈ ਉਹੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਪੌਡਕਾਸਟ ਤੇ ਸਾਰੇ ਸਿਆਲੇ ਹੋ ਜਾਂਦੇ ਆ ਪਾਰਟੀਆਂ ਹੁੰਦੀਆਂ ਆਪਣੀਆਂ ਹਨ ਕਿਸੇ ਦੀ ਬਰਥਡੇ ਪਾਰਟੀ ਹੋ ਗਈ ਹੁਣ ਸਾਡਾ ਸਰਕਲ ਹੁੰਦਾ ਇਹੀ ਡਰ ਲੱਗਿਆ ਰਹਿੰਦਾ ਸਾਲਾ ਕਿਸੇ ਕੋ ਫੋਨ ਤਾਂ ਨਹੀਂ ਕਿਸੇ ਨੇ ਸਹਿਯੋਗ ਅਗੇ ਜੇ ਨਾ ਅਗਲਾ ਤਾਂ ਸਟੋਰੀ ਪਾਉਂਦਾ ਉਧਰੋਂ ਅਸੀਂ ਭਾਵੇਂ ਕੋਈ ਕੋਈ ਐਸਾ ਟਾਪਿਕ ਚੱਕਿਆ ਹੁੰਦਾ ਨਾ ਉਹ ਬੰਦ ਕਰੇ ਉਹ ਬੰਦ ਕਰੇ ਨੂੰ ਐਂ ਹੀ ਕਰੀ ਜਾਂਦੇ ਆ ਵੀ ਉਹ ਉਹ ਇੰਜੋਏ ਨਹੀਂ ਹੋ ਪਉਂਦਾ ਬਣਾ ਲਿਆ ਨੇ ਸਬਜ਼ੀਆਂ ਸੁੱਜੀਆਂ ਸਾਰੀਆਂ ਸਾਰਾ ਕੁਝ ਬਣਾ ਲੀਦਾ ਨਾ ਰੋਟੀ ਬਹੁਤ ਵਧੀਆ ਬਣਾਈ ਕਟਲ ਕਿਵੇਂ ਬਣਾਈਦਾ ਕਟਲ ਤੁਹਾਡੇ ਆਈਬ੍ਰੋਸ ਦੇ ਕਿ ਗੱਲ ਸੁਣਾ ਰਹੇ ਸੀ ਮੇਰਾ ਆਈਬ੍ਰੋਸ ਵੱਲ ਧਿਆਨ ਸੀ ਤੁਹਾਡੇ ਤਿੰਨ ਕੁ ਕੁੜੀਆਂ ਦੇ ਆਈਬ੍ਰੋ ਆ ਜਣੇ ਇਹਦੇ ਵਿੱਚੋਂ ਹਾਂ ਤਿੰਨ ਚਾਰ ਦੇ ਤਾਂ ਨਿਕਲ ਹੀ ਆਉਣਗੇ ਚੌਥੀ ਦਾ ਵੀ ਇੱਦਾਂ ਨਿਕਲ ਆਉਣਾ ਪਤਲੇ ਬਦਲੇ ਬਾਈ ਦੇ ਤੇ ਪੂਰੇ ਨਾ ਗੂੜੇ ਆਈਬ੍ਰੋ ਆਈ ਹੋਇਆ ਮੈਂ ਨਾ ਪਹਿਲਾਂ ਕਟਾਉਂਦਾ ਹੁੰਦਾ ਸੀ ਕਾਲਜ ਚ ਲੱਗਿਆ ਹੋਇਆ ਇਹ ਹਾਂ ਐਂ ਜੇ ਕਰਕੇ ਉਹ ਧਾਗੇ ਨੇ ਐਂ ਜੇ ਕਰਦੇ ਹੁੰਦੇ ਮੇਂ ਕਰਕੇ ਧਾਗੇ ਜੇ ਧਾਗੇ ਨੇ ਮੇਨ ਬੜਾ ਦੁਖੀ ਕੀਤਾ ਜਦੋਂ ਪਹਿਲੀ ਵਾਰ ਲਵਾਇਆ ਉਹ ਮੈਂ ਮੈਂ ਨਹੀਂ ਲਵਾਉਣਾ ਧਾਗਾ ਫਿਰ ਉਹਨੇ ਉਸ ਤਰ੍ਹਾਂ ਲਾਦਾ ਫਿਰ ਉਹ ਲੱਗੇ ਆਏ ਤਿੱਖੇ ਜੇ ਹੋ ਗਿਆ ਕੰਮ ਕੁੜੀਆ ਵਾਲੇ ਕੰਮ ਜਿਉਣ ਲੱਗੇ ਆ ਜੀ ਇਹਨੂੰ ਲੱਗਿਆ ਯਾਰ ਨਹੀਂ ਜੋ ਨੇਚਰਲ ਆਉਣ ਦੋ ਐਸੇ ਕਰਕੇ ਮੈਨੂੰ ਫਿਲਮ ਮਿਲੀ ਸੀ ਉਹ ਡਿਪਲੋਮੈਟ ਡਿਪਲੋਮੈਟ ਹਾਂ ਉਹਨਾਂ ਨੂੰ ਮੁੰਡਾ ਕਈ ਵਾਰੀ ਨੇਚਰਲ ਚੀਜ਼ ਤੁਹਾਨੂੰ ਕਿਤੇ ਕੀ ਲਿਖੀ ਹੁੰਦੀ ਫਿਰ ਮੈਂ ਕਟਾਉਣੇ ਛੱਡ ਤੇ ਹਮ ਬਥੇਰੇ ਕਹਿੰਦੇ ਆ ਮੈਨੂੰ ਲੱਗਦਾ ਹੁਣ ਜਦੋਂ ਚਿੜੀਆਂ ਨੇ ਆਲੜਾ ਉਹਨਾਂ ਨੂੰ ਪਾ ਲਿਆ ਇਹਦੇ ਚ ਉਹਨਾਂ ਨੂੰ ਪਾਲਾਂਗੇ ਫਿਰ ਦੇਖਾਂਗੇ ਬਾਲ ਬਾਲਾਂ ਵੱਲੋਂ ਤੁਹਾਡਾ ਕੰਮ ਅਨਿਲ ਕਪੂਰ ਤੋਂ ਵੀ ਉੱਤੇ ਹੀ ਆ ਨਾ ਹਾਂ ਬਾਲ ਵਧੀਆ ਦੇਰ ਤੇ ਵੀ ਵਧੀਆ ਤਰੀਕੇ ਨਾਲ ਹਜਿਮੇ ਨਹੀਂ ਸਾਰੇ ਮੈਨੂੰ ਬਾਲ ਕਲਾ ਕਰਕੇ ਕਹਦੇ ਹੁੰਦੇ ਸੀ ਬਾਲ ਕਲਾ ਕੀ ਨਾ ਕਿਹੜੀਆਂ ਗੱਲਾਂ ਲਾ ਕੇ ਬਹਿ ਗਏ ਸੋ ਵੈਲਕਮ ਟੂ ਦੀ ਸ਼ੋ ਥਿਸ ਇਜ਼ ਦੀ ਅਮਨ ਆਜਲਾ ਸ਼ੋ ਪੋਡਕਾਸਟ ਸ਼ੋ ਆ ਤੇ ਅੱਜ ਸਾਡੇ ਨਾਲ ਨੇ ਜੱਦੀ ਸੰਧੂ ਭੋਲੇ ਭੋਲੇ ਓਏ ਓਏ ਭੋਲੇ ਓਏ ਹਾਂ ਭੋਲਾ ਕਰੈਕਟਰ ਕਰ ਤੋਂ ਦੇਖਿਆ ਸੀ ਵੀਰੇ ਇੱਕ ਛਾਪ ਬਣ ਜਾਂਦੀ ਹੈ ਨਾ ਕਰੈਕਟਰ ਤੋਂ ਹਾਂ 2015 'ਚ ਕਈਆਂ ਨੂੰ ਜਗਜੀਤ ਨਹੀਂ ਪਤਾ ਹੋਣਾ ਵੀ ਜਗਜੀਤ ਉਹ ਭੋਲਾ ਜਾਂਦਾ ਓਏ ਹਾਂ ਇਹ ਹੁੰਦਾ ਇਦਾਂ ਹਮੇਸ਼ਾ ਹੀ ਹੁੰਦਾ ਹੈ ਜਦੋਂ ਇਦਾਂ ਨੂੰ ਜਾਣੇ ਆ ਪੰਜਾਬ ਦਾ ਖਾਸ ਤੌਰ ਤੇ ਹਮ ਯਾਰ ਉਹ ਕਰੈਕਟਰ ਪਤਾ ਹੀ ਨਹੀਂ ਸੀ ਵੀ ਐਡਾ ਐਡਾ ਮੈਨੂੰ ਲੱਗਾ ਕਿਨੇ ਨਹੀਂ ਦੇਖਿਆ ਉਹ ਮੈਂ ਜਿੱਤੋਂ ਜਮਾ ਉਮੀਦ ਨਹੀਂ ਕਰਦਾ ਹੁੰਦਾ ਵੀ ਇਹਨੂੰ ਕਈ ਵਾਰਾ ਬੰਦਾ ਕੋਈ ਸਿਆਣੀ ਉਮਰ ਦਾ ਹੁੰਦਾ ਨਾ ਉਹ ਪੁੱਛ ਲੈਂਦੇ ਆ ਤੇ ਉਹ ਵੀ ਕਿ ਆ ਫਿਲਮਾਂ ਚ ਕਰਦਾ ਚ ਕਈ ਵਾਰ ਕੋਈ ਆ ਕੇ ਮੁੰਡਾ ਮਿਲਿਆ ਸਿਆਣੇ ਨੂੰ ਪਤਾ ਨਹੀਂ ਲੱਗਦਾ ਉਹਨੂੰ ਮੈਂ ਕੋਈ ਸਿਆਣੀ ਜੀ ਫਿਲਮ ਦੱਸਦਾ ਭਾਈ ਕਿਹੜੀ ਫਿਲਮ ਕਰਦਾ ਤੂੰ ਮੈਂ ਕਹਾਂ ਜੀ ਸੱਜਣ ਸਿੰਘ ਰੂਟ ਐਝ ਹੋ ਗਿਆ ਅਚਾ ਚ ਤੂੰ ਤਾਂ ਗਾਂਧੀ ਵਾਲਾ ਹੋਏ ਤੂੰ ਤਾਂ ਬੋਲਾ ਹੋਏ ਉਹ ਉਹਨਾਂ ਨੇ ਪੱਕੀ ਦੇਖੀ ਹੁੰਦੀ ਐ ਮੈਨੂੰ ਲੱਗਦਾ ਵੀ ਇਹ ਇੱਕੋ ਕੈਰੈਕਟਰ ਆ ਜਿਹੜਾ ਮੈਨੂੰ ਲੱਗਦਾ ਕਿ ਛਾਪ ਹੀ ਛੱਡ ਗਿਆ ਪਰ ਪਤਾ ਨਹੀਂ ਤੁਹਾਡੀ ਮਿਹਨਤ ਜ਼ਿਆਦਾ ਜਾਂ ਤਜਰਬਾ ਜ਼ਿਆਦਾ ਤੁਸੀਂ ਜਿਹੜੇ ਵੀ ਕੈਰੈਕਟਰ ਚ ਗਿਓ ਐ ਨਹੀਂ ਵੀ ਕਮੇਡੀ ਕੀਤੀ ਤਾਂ ਯਾਰ ਕਮੇਡੀ ਵਾਲਾ ਹੀ ਆ ਜਦੋਂ ਤੁਸੀਂ ਥੋੜੇ ਜੇ ਅਗਰੈਸਿਵ ਕੈਰੈਕਟਰ ਕੀਤੇ ਹੋ ਚ ਵੀ ਕੈਂਟ ਸੀਗਾ ਪਤਾਲ ਲੋਕ ਪਤਾ ਲੋ ਗਿਆ ਤੂਫੰਗ ਤੋਂ ਪੰਜਾਬੀ ਵੀ ਮੈਂ ਤਿੰਨ ਵਾਰ ਬੈਕ ਕਰਕੇ ਐਂਟਰੀ ਦੇਖੀ ਉਹ ਜਦੋਂ ਰੂਮ ਚੋਂ ਨਿਕਲਦਾ ਨਾ ਤੂੰ ਇਹ ਨਾਲ ਐ ਸ਼ਾਟ ਮੈਂ ਕਹਾ ਯਾਰ ਆ ਗਾਹ ਪਾਦਾ ਬਾਈ ਨੇ ਹਾਂ ਉਹ ਤੋਂ ਵਧੀਆ ਮੌਕਾ ਮਿਲ ਗਿਆ ਮੈਂ ਹਮਸਭ ਤੋਂ ਸ਼ੁਰੂ ਤੋਂ ਹੀ ਚਾਹੁੰਦਾ ਸੀ ਮੈਂ 네ਗੇਟਿਵ ਕੈਰੈਕਟਰ ਕਰ ਮੈਂ ਜਦੋਂ ਥੀਏਟਰ ਵੀ ਕਰਦਾ ਸੀਗਾ ਉਹ ਚ ਮੋਸਟਲੀ ਪਿੱਛੇ ਜਾ ਕੇ ਜਿਵੇਂ ਸਖਾਰਾਮ ਬਾਈਂਡਰ ਹੋ ਗਏ ਜਿਹੜੇ ਫੇਮਸ ਪਲੇ ਹੈ ਉਹ ਕੀਤੇ ਅੱਜ ਚਲੋ ਆਈ ਕਰਦੇ ਆ ਫਿਰ ਨੂੰ ਲੱਗਿਆ ਕਿ ਪੰਜਾਬੀ ਚ ਹਜੇ 네ਗੇਟਿਵ ਨਹੀਂ ਕਰੀਏ ਕਿਉਂਕਿ ਇੱਥੇ ਨਾ ਦਿਮਾਗਾਂ ਚ ਫਸਿਆ ਹੋਇਆ ਕਿਹੜਾ ਵਿਲਨ ਆਉ ਚੌੜਾ ਹੀ ਹੋਣਾ ਚਾਹੀਦਾ। ਅੱਛਾ। ਉਹ ਤਕੜਾ ਹੀ ਹੋਣਾ ਚਾਹੀਦਾ ਕਿਉਂ ਆਉਂਦੇ ਹੀ ਮੁਕੀਆਂ ਮਾਰ ਲੱਗੇ। ਹੁਣ ਅੱਜ ਦੀ ਜੇ ਚ ਟਾਈਮ ਚ ਸਮਾਂ ਬਦਲ ਗਿਆ ਹਨਾ ਤੁਸੀਂ ਜਿੱਡੇ ਮਰਜੀ ਤਕੜੇ ਹੋ। ਜੇ ਕਿਸਾ ਕ੍ਰਿਮੀਨਲ ਮਾਈਂਡ ਆ ਤਾਂ ਉਹ ਐਡਾ ਕੁ ਵੀ ਕੁਝ ਕਰ ਸਕਦਾ। ਸੋ ਉਹ ਬਦਲਦਾ ਸਮਾਂ ਤਾਂ ਫਿਰ ਮੈਨੂੰ ਲੱਗਿਆ ਕਿ ਹੁਣ ਠੀਕ ਸਮਾਂ ਆ ਫੇਰ ਅਸੀਂ ਤੂਫੰਗ ਕੀਤੀ। ਤੂਫੰਗ ਜਿਹੜਾ ਮੌਸਦਰ ਬਰਾਡ ਕੈਰੈਕਟਰ ਆ ਫਿਰ ਕਰਿਆ। ਫਿਰ ਵੀ ਮੈਨੂੰ ਲੱਗਿਆ ਕਿ ਲੋਕਾਂ ਨੇ ਬਹੁਤ ਐਕਸੈਪਟ ਕੀਤਾ ਉਹਨੂੰ। ਜਿੰਨਿਆਂ ਨੇ ਵੀ ਦੇਖੀ ਆ ਨਾ ਫਿਲਮ ਤਾਂ ਫਿਰ ਐਪਰੀਸ਼ੀਏਸ਼ਨ ਮਿਲਦੀ ਹੈ ਫਿਰ ਮ ਲੱਗਿਆ ਠੀਕ ਹੈ ਹੁਣ ਜਦੋਂ ਅੱਗੇ ਕੋਈ ਕੰਮ ਕਰਾਂਗੇ ਤਾਂ ਇਹ ਕਰ ਸਕਦੇ ਆ ਐਦਾਂ ਦਾ ਵੀ ਕੁਝ ਕੈਰੈਕਟਰ ਤੁਹਾਡਾ ਨਾ ਮੈਂ ਉਹ ਵਿਕੀ ਤੇ ਵੜਦਾ ਪਿਆ ਸੀਗਾ ਆਈ ਐਮ ਬੀ ਡੀ ਹੁੰਦਾ ਹਾਂ ਆਈ ਐਮ ਡੀਬੀ ਆਈ ਐਮ ਡੀ ਐਮ ਹੁੰਦਾ ਕਿਹੜਾ ਹੁੰਦਾ ਆਈ ਐਮ ਬੀ ਡੀ ਆਈ ਐਮ ਬੀ ਡੀ ਇਹ ਮੈਨੂੰ ਕਦੇ ਬੋਲਣਾ ਨਹੀਂ ਆਇਆ ਜਿਹੜਾ ਉਹ ਸਾਰਾ ਲਿਖਿਆ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਲਿਖਿਆ ਵੀ 15 16 ਸਾਰ ਤੋ ਆਈ ਐਮ ਡੀਬੀ ਆਈ ਐਮ ਬੀ ਡੀ ਤਾਂ ਨਹੀਂ ਹੁੰਦਾ ਪਤਾ ਨਹੀਂ ਕਿਹੜਾ ਹੁੰਦਾ ਬਸ ਮਿਲ ਜਾਂਦਾ ਯਾਰ ਮੈਂ ਕਲ ਵਰਮਜੀ ਚ ਹੋ ਗਿਆ ਆਈ ਐਮ ਡੀਬੀ ਕਿ ਆਈ ਐਮ ਬੀ ਡੀ ਆਈ ਐਮ ਡੀਬੀ ਹੁੰਦਾ ਮੈਂ ਬੀਬੀ ਹੁੰਦਾ ਮੈਂ ਬੀੜੀ ਗਈ ਹੈ ਨਾ ਇੰਟਰਨੈਸ਼ਨਲ মিডিਆ ਇਦਾਂ ਕੁਝ ਹੈ ਨਾ ਕੁਝ ਹੁੰਦਾ ਉਹਦੇ ਵਿੱਚ ਸਾਰੀਆਂ ਸਾਰਾ ਰਿਕਾਰਡ ਆ ਜਾਂਦਾ ਵੀ ਕਿਹੜੀਆਂ ਕਿਹੜੀਆਂ ਫਿਲਮਾਂ ਕੀਤੀਆਂ ਜਿਹੜੀਆਂ ਜਿਹੜੀਆਂ ਸਾਰਾ ਰਿਕਾਰਡ ਹੁੰਦਾ ਸਾਰਾ ਕੁਝ ਹੈ ਉਹਦੇ ਵਿੱਚ ਲਿਖਿਆ ਤੁਸੀਂ 15 ਤੋਂ 17 ਸਾਲ ਥੀਏਟਰ ਕੀਤਾ ਵੀ 7 ਸਾਲ ਤੋਂ ਸ਼ੁਰੂ ਕਰਤਾ ਈ ਥੀਏਟਰ ਤੁਸੀਂ ਕਰਨਾ 7 ਸਾਲ ਤੋਂ 7 ਤੋਂ ਵੀ ਪਹਿਲਾਂ ਮੈਂ 6ਵੀਂ ਚ ਹੁੰਦਾ ਸੀਗਾ ਵੀਰੇ 12ਵੀਂ ਪਾਸ ਕਰਨ ਤੋਂ ਬਾਅਦ ਨਹੀਂ ਪਤਾ ਲੱਗਦਾ ਵੀ ਜ਼ਿੰਦਗੀ ਵਿੱਚ ਕੀ ਕਰਨਾ ਵਾ ਮੈਨੂੰ ਅੱਜ ਵੀ ਯਾਦ ਆ ਤੇ ਮੈਂ ਜਦੋਂ 6ਵੀਂ ਦੇ ਪੇਪਰ ਦੇ ਰਿਆ ਸੀ 6ਵੀਂ ਬਣੀ 7ਵੀਂ ਹੁਣ ਇੰਨਾ ਨਹੀਂ ਉਹਨੂੰ ਮੈਨੂੰ ਇਹ ਪਤਾ ਸੀਗਾ ਵੀ ਮੈਂ ਪਾਸ ਹੋਣਾ ਇਸ ਕਰਕੇ ਕਿਉਂਕਿ ਮੈਂ ਐਸ ਦੀ ਜਾਣਾ ਨੈਸ਼ਨਲ ਸਕੂਲ ਆਫ ਡਰਾਮਾ ਨੈਸ਼ਨਲ ਸਕੂਲ ਆਫ ਡਰਾਮਾ ਮੇਰਾ ਇੱਕ ਸੁਪਨਾ ਸੀਗਾ ਪੜਦਾ ਮੈਂ ਇਸ ਕਰਕੇ ਹੁੰਦਾ ਸੀਗਾ ਸ਼ਰਾਰਤੀ ਤਾਂ ਚਲ ਹੈਗਾ ਹੀ ਸੀ ਕਿ ਮੈਂ ਬੀਏ ਚ ਫੇਲ ਨਾ ਹੋ ਜਾ ਕਿਉਂਕਿ ਉੱਥੇ ਰਿਵੀਜ਼ਨ ਲੈਣ ਲਈ ਬੀਏ ਬਹੁਤ ਜ਼ਰੂਰੀ ਹੈ ਅੱਛਾ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਉਹਦੇ ਕਰਕੇ ਮੈਂ ਪੜਦਾ ਹੁੰਦਾ ਸੀ ਮੈਂ ਫੇਲ ਨਾ ਹੋ ਜਾ ਪੜਦਾ ਮੈਂ ਥੋੜਾ ਹੀ ਹੁੰਦਾ ਸੀਗਾ ਕਿ ਓਨੇ ਨਾਲੇ ਮੇਰੇ ਦਿਮਾਗ 'ਚ ਆ ਜਾਂਦਾ ਹੁੰਦਾ ਸੀਗਾ ਘੱਟ ਪੜ ਕੇ ਮੈਂ ਵਧੀਆ ਪਾਸ ਜੂਨ ਜੋਗੇ ਕਰ ਲੈਂਦਾ ਸੀ 60% ਸਾਡ 60% ਹੂੰ ਪਰ ਉਹ ਨਹੀਂ ਸੀ ਪੜਾਕੂ ਨਹੀਂ ਸੀ ਬੰਨਾ ਐਕਟਿੰਗ ਦਾ ਕਿਵੇਂ ਪਤਾ ਲੱਗਿਆ ਵੀ ਮੈਂ ਯਾਰ ਆ ਕਰ ਸਕਦਾ ਵਾਂ 7 ਸਾਲ ਦਾ ਕਿੰਨੇ ਗਿਆਨ ਪਾਇਆ ਤੂੰ ਤੁਹਾਡੇ ਦਿਮਾਗ 'ਚ ਤਾਂ ਆਇਆ ਨਹੀਂ ਹੁਣ 7 ਸਾਲ ਦਾ ਹਾਂ ਉਦੋਂ ਦਾ ਪਤਾ ਵੀ ਨਹੀਂ ਹੁੰਦਾ ਯਾਰ ਕੀ ਹੁੰਦਾ ਥੀਏਟਰ ਸੂਟਰ ਹਨਾ ਉਦੋਂ ਦਾ ਚੀਜ਼ਾਂ ਹੋਰ ਹੀ ਹੁੰਦੀਆਂ ਨੇ ਹਾਂ ਆ ਸਕੂਲ 'ਚ ਜਿਹੜੀਆਂ ਉਹ ਐਟਮਾਂ ਜ ਨਹੀਂ ਹੁੰਦੀਆਂ ਜਿਹੜੀਆਂ ਜਵਾਕਾਂਿਆਂ ਨੂੰ ਫੈਂਸੀ ਡਰੈਸ ਜੇ ਮੁਕਾਬਲੇ ਜੇ ਹਨਾ ਉਹਦੇ 'ਚ ਮੈਂ ਵਾਵਾ ਤੇਜ ਹੁੰਦਾ ਸੀ ਉਹ ਵਾਵਾ ਕਰ ਕੁੜੀ ਲਾਈਨ ਦਾ ਹੁੰਦਾ ਵੇਂਦਰਕਤ ਬਣਿਆ ਸੀ ਇੱਕ ਵਾਰ ਇਹ ਜਾ ਕੁਝ ਬੜਦੇ ਦੇ ਦੋ ਹੋਰ ਬਣਿਆ ਸੀ ਮੇਰੇ ਲਿਪਸਟਿਕ ਜੀ ਲਾਤੀ ਤੇ ਉਹ ਮੈਂ ਬਣਿਆ ਸੀ ਉਦੋਂ ਸੁਦਾਮਾ ਅੱਛਾ ਹਾਂ ਸੁਦਾਮਾ ਬਣਿਆ ਸੀ ਜਿਹੜਾ ਕ੍ਰਿਸ਼ਨ ਦਾ ਯਾਰੀ ਦੋਸਤੀ ਸੀਗਾ ਹਾਂ ਬੈਸਟ ਫਰੈਂਡ ਹੁੰਦੇ ਜਿਹੜੇ ਉਦੋਂ ਨਾ ਠੰਡ ਬਹੁਤ ਸੀ ਦਸੰਬਰ ਚ ਅੱਛਾ ਜੀ ਤੇ ਮੈਂ ਨਾ ਉਹ ਆਪਾਂ ਹਮੇਸ਼ਾ ਹੀ ਦੇਖਿਆ ਜਿਹੜਾ ਸੁਦਾਮਾ ਹੈ ਉਹ ਵਿਚਾਰਾ ਨਾ ਉਹਦੇ ਕੱਪੜੇ ਜੇ ਨਹੀਂ ਪਾਏ ਹੁੰਦੇ ਤੇ ਮੈਂ ਦਸੰਬਰ ਦੇ ਮਹੀਨੇ ਚ ਨਾ ਐਂ ਆ ਗਿਆ ਤੇ ਮੈਂ ਬਾਅਦ ਚ ਬਿਮਾਰ ਹੋ ਗਿਆ ਤੇ ਸਾਡੇ ਉੱਥੇ ਬੈਠੇ ਸੀਗੇ ਕੋਈ ਟੀਚਰ ਉਹ ਕਹਿੰਦੇ ਵੀ ਏ ਤਾਂ ਹੁਣ ਸੀਰੀਅਸ ਲੈਂਦਾ ਕੈਰੈਕਟਰ ਨੂੰ ਪਤਾ ਨਹੀਂ ਰੱਬੀ ਦੀ ਕੀ ਚੀਜ਼ ਮੈਨੂੰ ਲੱਗਿਆ ਜੇ ਮੈਂ ਕਪੜਾ ਪਾਉਂਗਾ ਤਾਂ ਮੈਂ ਸਦਾਮਾ ਨਹੀਂ ਲੱਗੂਗਾ ਹੂੰ ਤੇ ਰੱਬ ਨੂੰ ਹੀ ਕਹਿ ਲਓ ਕੁਦਰਤੀ ਕਹਿ ਲਓ ਆਈ ਡੋਟ ਨੋ ਇਹ ਕਿੱਥੋਂ ਆਇਆ ਹੈ ਨਾ ਹਾਲਾਂਕਿ ਖਾਨਦਾਨ 'ਚ ਕੋਈ ਆਰਟਿਸਟ ਨੇੜੇ-ਦੜੇ ਵੀ ਨਹੀਂ ਹਾਲਾਂਕਿ ਸ਼ਰਾਬੀ ਬਹੁਤ ਹੋਏ ਨੇ ਸਾਡੇ ਖਾਨਦਾਨ 'ਚ ਤੇ ਉਹ ਉੱਥੋਂ ਸ਼ੁਰੂ ਹੋ ਗਿਆ ਕੰਮ ਫੇਰ ਸਾਨੂੰ ਸਾਡੇ ਗੁਰੂ ਜੀ ਮਿਲ ਗਏ ਨਰਪੈ ਸਿੰਘ ਥਾਲੀਵਾ ਉਹ ਟੀਚਰ ਸੀਗੇ ਜੇ ਸਕੂਲ ਦੇ ਵਿੱਚ ਉਹ ਜਿਹੜੇ ਮੇਰੇ ਸਕੂਲ ਦੇ ਪ੍ਰਿੰਸੀਪਲ ਸੀਗੇ ਉਹ ਇਕੱਠੇ ਯਾਰ ਦੋਸਤ ਸੀ ਉਹਨਾਂ ਨੂੰ ਕੋਈ ਟੀਮ ਬਣਾਉਣੀ ਸੀ ਅੱਛਾ ਜੀ ਆਲ ਇੰਡੀਆ ਕੰਪੀਟੀਸ਼ਨ ਲਈ ਕੋਈ ਨਾਟਕ ਤਿਆਰ ਕਰਨਾ ਸੀ ਉਹਨਾਂ ਨੂੰ ਇੱਕ ਮੁੰਡਾ ਚਾਹੀਦਾ ਸੀਗਾ ਜਿਹੜਾ ਛੋਟਾ ਹੋਵੇ ਬਾਹਲ ਅਦਾਕਾਰ ਜਿਹਨੂੰ ਕਹਿੰਦੇ ਉਹਨਾਂ ਨੇ ਮੇਰੀ ਡਾਕੂਮੈਂਟੇਸ਼ਨ ਕੀਤੀ ਉਹਨਾਂ ਨੇ ਮੈਨੂੰ ਫਿਰ ਘਰੇ ਆਏ ਵੀ ਮੁੰਡਾ ਚਾਹੀਦਾ ਉਹ ਕਹਿੰਦੇ ਲੈ ਜਾ ਖਾਲਾ ਵੇਲੇ ਹੀ ਫਿਰਦਾ ਇੱਥੇ ਹੂੰ ਲੈ ਆਏ ਫਿਰ ਮਲੂ ਮੈਨੂੰ ਯਾਦਾ ਮਲੂ ਸਰਕਾਰੀ ਸਕੂਲ 'ਚ ਉਹਦੀਆਂ ਰਸਨਾ ਹੀ ਚੱਲੀਆਂ ਮੈਨੂੰ ਨਹੀਂ ਸੀ ਪਤਾ ਕੀ ਕਰਦੇ ਫਿਰਦੇ ਮੈਨੂੰ ਉਹ ਪਿਆਰ ਜੇ ਨਾਲ ਐਂਜ ਕਰਿਆ ਕਰਨ ਵੀ ਰੋ ਵੀ ਨਾ ਪਵੇ ਨਾ ਤੇ ਬਸ ਉੱਥੋਂ ਸ਼ੁਰੂ ਹੋ ਗਿਆ ਜਦੋਂ ਮੇਰੀ ਵਾਰੀ ਆਈ ਸੀ ਮੈਨੂੰ ਉਠਾ ਲੈਂਦੇ ਸੀ ਰੈਸਲਾਂ ਸ਼ੁਰੂ ਹੋ ਗਈਆਂ ਉਦੋਂ ਅੱਛਾ ਜੀ ਮੈਨੂੰ ਲੱਗਿਆ ਅੱਛਾ ਨਾਟਕ ਜਾਂ ਹੁੰਦਾ ਐ ਜੀ ਮੇਰੀ ਵਾਰੀ ਬੋਲ ਦੇਗਾ ਤੂੰ ਬੋਲ ਦੇਗਾ ਥਾ ਮਾਰਿਆ ਕਰਾਂ ਲੈਣ ਦੀ ਕੱਢ ਕੇ ਹੁਣ ਲੱਗਿਆ ਵੀ ਇਹ ਇਹ ਚੱਲੂਗਾ ਉਹ ਨਾਟਕ ਸੀਗਾ ਪੁਵਿੱਖ ਤੇ ਉਹ ਸ਼ੁਰੂ ਹੋ ਗਿਆ ਉੱਥੋਂ ਨਾਟਕ ਤੋਂ ਫਿਰ ਮੈਨੂੰ ਪਤਾ ਲੱਗਿਆ ਇਹ ਤਾਂ ਸਿਸਟਮ ਜਾਂ ਵਧੀਆ ਤਾੜੀਆਂ ਪੈਂਦੀਆਂ ਲੋਕ ਪਸੰਦ ਕਰਦੇ ਆ ਐਪਰੀਸ਼ੀਏਸ਼ਨ ਮਿਲਦੀ ਆ ਫਿਰ ਮੈਨੂੰ ਨਹੀਂ ਸੀ ਪਤਾ ਇੱਧਰ ਜਾਣ ਲੱਗ ਗਿਆ ਉਹ ਮੈਨੂੰ ਲੈਣ ਪਿੰਡਾਂ 'ਚ ਨਾਟਕ ਕਰਨ ਜਾਂਦੇ ਸੀਗੇ ਮੈਂ ਜਾਣ ਲੱਗ ਗਿਆ ਮਤਲਬ 8ਵੀਂ 9ਵੀਂ 10ਵੀਂ ਪੰਜਾਬ ਦਾ ਕੋਈ ਪਿੰਡ ਛੱਡਿਆ ਨਹੀਂ ਹੋਊਗਾ ਡੈਰੀ ਤੇ ਲਿਖੇ ਹੋਏ ਨੇ 50 ਰੁਪਏ 100 ਰੁਪਏ ਇੰਨੇ ਕ ਮਿਲਦੇ ਹੁੰਦੇ ਸੀਗੇ ਫਿਰ ਪਲੱਸ 2 ਤੱਕ ਮੈਂ ਕਾਫੀ ਡਾਇਰੈਕਟਰਸ ਨਾਲ ਕਰਦਾ ਸੀਗਾ ਕੰਮ ਕਿੰਨੇ ਕੁ ਸ਼ੌਕ ਮਤਲਬ ਥੀਏਟਰ ਐਕਟ ਕਰ ਲਏ ਸੀਗੇ ਮੈਨੂੰ ਲੱਗਦਾ ਸ਼ੋਅ ਤਾਂ 2000 ਦੇ ਕਰੀਬ ਕਰਤਾ ਹੋਊਗਾ ਮੈਂ ਤਾਂ 50 ਰੁਪਏ ਦਾ ਹਿਸਾਬ ਲਾ ਰਿਹਾ ਸੀ 2000 ਤੇ 50 ਨਹੀਂ ਕਿਤੇ 200 ਵੀ ਮਿਲੇ ਯਾਰ 200 ਵੀ ਮਿਲੇ 100 ਕ ਐਵਰੇਜ ਲਾ ਲੈਂਦੇ ਆ ਤੇ ਮਤਲਬ ਤਾਂ ਵੀ ਮਿਲਿਆ ਯਾਰ 2000 ਕਈ ਵਾਰ ਖੁਸ਼ ਹੋ ਕੇ ਦੇਖੇ ਜਾਂਦਾ ਬ ਚੰਦਨੀ ਉਹ ਜਦੋਂ ਵਿਆਹ ਚ ਨੱਚਦੇ ਹੁੰਦੇ ਆ ਪੈਸੇ ਵਾਰਦੇ ਆ ਕਈ ਵਾਰ ਕੇ ਇਹਨੂੰ ਐਕਟ ਪਸੰਦ ਆਉਂਦਾ ਹੁੰਦਾ ਸੀ ਨਾ ਉਹ ਫਿਰ ਉਹ ਗੁਰੂਜੀ ਨਹੀਂ ਰੱਖ ਲੈਂਦਾ ਸੀ ਲਿਆ ਇੱਧਰ ਉਹ ਮੈਨੂੰ ਦੇ ਦਿੰਦੇ ਸੀ ਲੈ ਜਾ ਅੱਛਾ ਚੱਲੇ ਵਧੀਆ ਕਈ ਵਾਰ ਜੇਬ ਚ ਪਾ ਜਾਂਦੇ ਸੀ ਕਿ ਠੀਕ ਐ ਉੱਥੋਂ ਸ਼ੁਰੂ ਹੋਇਆ ਕੰਮ ਫਿਰ ਪਲੱਸ 2 ਫਿਰ ਬੀਏ ਚ ਆ ਗਿਆ ਯੂਥ ਫੈਸਟੀਵਲ ਸਾਰੇ ਹੋ ਗਏ 90 ਮੈਂ ਐਡਮਿਸ਼ਨ ਲਈ ਰਿਹਾ ਦਮਨ ਕਾਲਜ ਤਿੰਨੋ ਸਾਲ ਅਸੀਂ ਕੰਪੀਟੀਸ਼ਨ ਜੇ ਲੜੇ ਹਨਾ ਜਿੱਤੇ ਫਿਰ ਮੈਂ ਐਨਐਸਡੀ ਗਿਆ ਜਿਸ ਦਾ ਮੈਨੂੰ ਸੁਪਨਾ ਇੰਤਜ਼ਾਰ ਸੀਗਾ ਐਨਐਸਡੀ ਗਏ ਹੋ ਤੁਸੀਂ ਫਿਰ ਐਨਐਸਡੀ ਮੈਂ ਗਿਆ ਅਡਵੀਚ ਉਹਦੇ ਲਈ ਅਡਵੀਸ਼ਨ ਲਈ ਅੱਛਾ ਉਦੋਂ ਹਨੀ ਸਿੰਘ ਟੌਪ ਤੇ ਹੁੰਦਾ ਸੀ ਹਨੀ ਸਿੰਘ 스타 ਸੀ ਬਹੁਤ ਵੱਡਾ ਨਾ ਮੈਂ ਵੀ ਬਾਲਬੂਲ ਜਿਹਾ ਐ ਮੱਖੀ ਜੀ ਰੱਖ ਕੇ ਮੈਂ ਗਿਆ ਹੁਣ ਜਿਹੜਾ ਜਿਸ ਚੀਜ਼ ਲਈ ਤੁਸੀਂ ਇੰਨੀ ਵੇਟ ਕੀਤੀ ਹੋਵੇ ਤੁਸੀਂ ਇੰਟਰਵਿਊ ਲਈ ਵੇਟ ਕਰ ਰਹੇ ਹੋ ਨਾ ਮੈਂ ਬਾਹਰ ਜੇ ਬੈਠਾ ਉੱਥੇ ਮੈਂ ਗਿਆ ਅੰਦਰ ਉਹ ਸਕ੍ਰਿਪਟ ਦੇ ਹੁੰਦੇ ਆ ਨਾ ਮੈਂ ਸਾਰੇ ਇੰਟਰਵਿਊ ਦਿੱਤਾ ਤੇ ਫਿਰ ਅੰਦਰ ਗਿਆ ਨੀਲਮ मैम ਬੈਠੇ ਸੀਗੇ ਅਨੁਰਾਧਾ ਕਪੂਰ ਤੇ ਐ ਬੈਠੇ ਸੀ ਜਿਵੇਂ ਆਈਐਸ ਵਾਲਿਆਂ ਦਾ ਇੰਟਰਵਿਊ ਨਹੀਂ ਹੁੰਦਾ ਨੌ ਜਾਨੇ ਸਾਰੇ ਰਾਜੇਸ਼ ਸਰ ਜਿਹੜੇ ਉੱਥੋਂ ਦੇ ਸੀਨੀਅਰ ਟੀਚਰ ਸੀਗੇ ਉਹ ਦੇਖਿਆ ਕਿੱਥੋਂ ਆ ਗਿਆ ਪੰਜਾਬ ਤੋਂ ਵਾਲ ਜੇ ਖੜੇ ਨੇ ਇਹਦੇ ਕੀ ਕਰੂਗਾ ਰੈਟਰ ਟੂਟਰ ਜਾ ਵੀ ਇਹਦੇ ਤਾਂ ਨੇੜੇ ਤੇੜੇ ਵੀ ਨਹੀਂ ਹੋਣਾ ਚਲੋ ਇੰਟਰਵਿਊ ਵਧੀਆ 40 ਮਿੰਟ ਚੱਲੀ ਤੇ ਫਸ ਮੈਂ ਜਾਂਦਾ ਸੀ ਹਰ ਇੱਕ ਗੱਲ ਚ ਵੀ ਆਨਸਰ ਵੀ ਉਹਨਾਂ ਨੂੰ ਸਾਰੇ ਮਿਲਦੇ ਸੀ ਕਿ ਐਕਟ ਵੀ ਬਹੁਤ ਸੋਹਣਾ ਆ ਪਰ ਇੱਕ ਚੀਜ਼ ਉਹਨਾਂ ਨੇ ਕਹੀ ਯਾਰ ਤੇਰੀ ਉਮਰ ਬਹੁਤ ਛੋਟੀ ਹੈ ਮੈਂ ਇਹ ਐਂ ਥੋੜੀ ਫਿਰ ਤੁਸੀਂ ਮੈਨੂੰ ਨਾ ਕਰੋਗੇ ਜੇ ਉਮਰ ਛੋਟੀ ਹੈ ਕਹਿੰਦੇ ਤੇਰਾ ਇੱਕ ਕਲਾਸਮੇਟ ਤੇ 30 ਸਾਲ ਦਾ ਤੇ ਤੂੰ ਹੈਗਾ ਸਾਰਾ ਉਦੋਂ ਮੈਂ 21 ਕਿ ਸਾਲਾਂ ਦਾ ਸੀਗਾ ਤੂੰ ਸ਼ੋਰ ਜਿਆ ਤੇਰਾ ਕੋਈ ਕੰਬੀਨੇਸ਼ਨ ਹੀ ਹੈ ਨਹੀਂ ਮਚਿਓਰਟੀ ਲੈਵਲ ਤੇ ਫਿਰ ਮੈਂ ਥੋੜਾ ਜਾ ਉਹ ਮੇਜ ਹੁੰਦਾ ਸੀ ਮੈਂ ਹੀ ਫਿਰ ਤੁਸੀਂ ਰੱਖੀ ਕਿਉਂ ਆ ਬੀ ਕੱਢ ਦੋ ਤੁਸੀਂ ਸਿੱਧਾ ਹੀ ਕਹ ਤੋ ਜਵਾਬ ਰੱਖਣੇ ਨਹੀਂ ਉਹ ਸਿੱਧੇ ਸਿੱਧੇ ਜੇ ਆਨਸਰ ਹੋ ਗਏ ਮੈਂ ਕਿਹਾ ਫਿਰ ਉੱਥੋਂ ਜਿਹੇ ਹਿਸਾਬ ਲਾਇਆ ਉੱਥੇ ਫਿਰ ਨੀਲਮ मैम ਬੈਠੇ ਸੀ ਉਹਨਾਂ ਨੇ ਮੈਨੂੰ ਬਾਅਦ ਚ ਮਿਲੇ ਬਾਅਦ ਚ ਕਹਿੰਦੇ ਤੈਨੂੰ ਇਹਨਾਂ ਨੇ ਤਾਂ ਰੱਖਣਾ ਨਹੀਂ ਕਿਉਂਕਿ ਤੇਰੀ ਏਜ ਛੋਟੀ ਆ ਸ਼ਾਇਦ ਉੱਥੇ ਕੋਈ ਪੰਜਵਾਂ ਚਾਂਸ ਆ ਰਿਹਾ ਚੌਥਾ ਚਾਂਸ ਆ ਰਿਹਾ ਬਹੁਤ ਸੀਨੀਅਰ ਸੀਗੇ ਮੇਰੇ ਤੋਂ ਉਹ ਫਿਰ ਮੈਨੂੰ ਇੱਥੇ ਲਿਆਏ ਜੰਡੀਗੜ੍ਹ ਐਮਏ تھیਟਰ ਪੰਜਾਬ ਯੂਨੀਵਰਸਿਟੀ ਜੰਡੀਗੜ੍ਹ ਫਿਰ ਮੈਂ ਜਦੋਂ ਇੱਥੇ ਕਿ ਦਨਾਂ ਕੜੀਆਂ ਜੁੜਦੀਆਂ ਨੇ ਵੀ ਤੁਸੀਂ ਟਰਾਈ ਕਰੋ ਵੀਰੇ ਨੇ ਐਨਐਸਡੀ ਜਾਣਾ ਸੀ ਲੇਕਿਨ ਆਇਆ ਪੰਜਾਬ ਯੂਨੀਵਰਸਿਟੀ ਫੇਰ ਫਿਰ ਮੈਨੂੰ ਲੱਗਿਆ ਕਿ ਹੁਣ ਤਨਖਾਹ ਤੇ ਕੰਮ ਕਰੀ ਉੱਥੇ ਰਿਪੈਟਰੀ ਵੀ ਹੈ ਨਾ ਐਨਐਸਡੀ ਅੱਛਾ ਫਿਰ ਮੈਂ ਰਿਪੈਟਰੀ ਲਈ ਗਿਆ ਉਦੋਂ 2014 ਚ ਰਿਪੈਟਰੀ ਕੀ ਹੁੰਦੀ ਹੈ ਰਿਪੈਟਰੀ ਹੁੰਦੀ ਆ ਪਰਮਾਨੈਂਟ ਐਕਟਰ ਦੀ ਇੱਕ ਕੰਪਨੀ ਬਣ ਜਾਂਦੀ ਹੈ ਨੈਸ਼ਨਲ ਟੀਮ ਦੀ ਐਨਐਸਡੀ ਦੀ ਰਿਪੈਟਰੀ ਹੈ ਮੈਨੂੰ ਕੰਟੇਨ ਲੱਗਿਆ ਵੀਰੇ ਸੌਰੀ ਉਹਦੇ ਚ ਏ ਬੀ ਸੀ ਕੈਟਾਗਰੀਜ਼ ਹੁੰਦੀਆਂ ਨੇ ਏ ਕੈਟਾਗਰੀ ਨੂੰ ਵੱਧ ਤਨਖਾਹ ਮਿਲਦੀ ਹੈ 70 80 ਹਜ਼ਾਰ ਬੀ ਨੂੰ 45 अच्छा। ਉੱਥੇ ਸਰਕਾਰੀ ਐਕਟਰ ਹੁੰਦੇ ਆ ਉਹ। ਤਾਂ ਮੈਨੂੰ ਲੱਗਿਆ ਪਿਆ ਯਾਰ ਮਿਲੂਗਾ ਐਕਟਰ ਨੂੰ ਜਾਨਦੇ ਆ। ਉੱਥੋਂ ਜਦੋਂ ਗਿਆ ਤੇ ਉਦੋਂ ਮੈਨੂੰ ਯਾਦ ਆ ਕਿ ਗਵਰਨਮੈਂਟ ਬਦਲ ਗਈ 2014 ਦੇ ਵਿੱਚ। ਅੱਛਾ ਜੀ। ਤੇ ਮੈਨੂੰ ਕੋਈ ਉੱਥੇ ਬੰਦਾ ਮਿਲ ਗਿਆ ਪੰਜਾਬ ਦਾ ਉਹ ਕਹਿੰਦਾ ਹੁਣ ਨਾ ਆਈ ਉੱਥੇ। ਅੱਛਾ। ਚੀਜ਼ਾਂ ਬਹੁਤ ਬਦਲ ਗਈਆਂ। ਮੈਂ ਕਿ ਕੀ ਬਦਲ ਗਿਆ ਮਤਲਬ ਕੀ ਮਤਲਬ? ਐ ਜੇ ਕਰਦਾ-ਕੁਰਦਾ ਜਿਹਾ ਉਹ ਪਤਾ ਨਹੀਂ ਉਦੋਂ ਕੈਨਸਲ ਹੋ ਗਿਆ ਕੁਝ ਉੱਥੇ ਕੋਈ ਹੈੱਡ ਚੇਂਜ ਹੋ ਗਿਆ ਇੰਟਰਵਿਊ ਅੱਗੇ ਚਲੇ ਗਏ ਕੁਝ ਇਦਾਂ ਦਾ ਕੁਝ ਹੋਇਆ ਜੀ ਮੈਂ ਵਾਪਸ ਆ ਗਿਆ। ਆ ਕੇ ਮੈਂ ਇੱਥੇ ਕੋਈ ਸਾਡੇ ਸ਼ੋ ਉਹ ਕੀਤੇ ਐਨੇ ਨੂੰ ਫਿਰ ਮੈਨੂੰ ਗਾਂਧੀ ਫਿਲਮ ਵਾਲੇ ਉੱਥੇ ਕਲਾ ਭਵਨ ਚ ਆਡੀਸ਼ਨ ਲੈਂਦੇ ਫਿਰਦੇ ਸੀਗੇ ਉੱਥੋਂ ਫਿਰ ਮੈਨੂੰ ਭੋਲਾ ਮਿਲੀ। ਕੀ ਬਾਤ ਹੈ। ਦੋ ਮਤਲਬ 22 23 ਸਾਲ ਚ ਤੁਸੀਂ ਉਹ ਕਰ ਲਈ ਸੀ ਫਿਲਮ ਨਾ 23 24 ਸਾਲ ਚ 24 ਸਾਲ ਕਹਿ ਸਕਦੇ ਹਾਂ ਫਿਰ ਉਹ ਪਹਿਲਾ ਹੀ ਮੌਕਾ ਸੀਗਾ ਨਾ ਪਹਿਲਾਂ ਕਦੇ ਆਏ ਨਾ ਉਦੋਂ ਸੋਸ਼ਲ ਮੀਡੀਆ ਇੰਨਾ ਟੌਪ ਦੇ ਹੁੰਦਾ ਸੀ ਕਿ ਆਪਾਂ YouTube ਦੇ ਬਣਾ ਲਈਏ ਕੁਝ ਥੋੜਾ ਜਿਹਾ ਨਿਗਾ ਚਾ ਜੀਏ ਕਿਉਂਕਿ ਉਦੋਂ ਨੈਟ ਹੀ ਬਹੁਤ ਮਹਿੰਗਾ ਸੀ ਹਾਂ ਤੇ ਉਦੋਂ ਸਭ ਕੁਝ ਐ ਸੀ ਯਾਰ ਫਿਰ ਉਹ ਪਹਿਲੀ ਫਿਲਮ ਹੀ ਜਦੋਂ ਭੋਲੇ ਦੀ ਆਈ ਉਹ ਚੱਲ ਪਿਆ ਕੈਰੈਕਟਰ ਲੋਕਾਂ ਨੂੰ ਐਸੀ ਕਿਨੇ ਦੇਖਣੀ ਆ ਫਿਲਮ ਇੰਡਸਟਰੀ ਦਾ ਚਲੋ ਹੁੰਦਾ ਹੀ ਐ ਵੀ ਨਵੇਂ ਜਿਹੇ ਸ਼ੋਰ ਦੇਣਾ ਕਿਨੇ ਉਹ ਇੰਨੀ ਫਿਲਮ ਚੱਲੀ ਅੱਜ ਵੀ ਭੋਲਾ ਕਹਿੰਦੇ ਤਾਂ ਮੈਨੂੰ ਲੱਗਿਆ ਜੇ ਹੁਣ ਅਸੀਂ ਸ਼ੁਰੂਆਤ ਕਰੀਏ ਜਦੋਂ ਉਦੋਂ ਸ਼ੁਰੂਆਤ ਭੋਲੇ ਤੋਂ ਹੋਈ ਸੀ ਕਿ ਹੁਣ ਜਦੋਂ ਮੈਂ ਆ ਫਿਲਮ ਪ੍ਰੋਡਿਊਸ ਕੀਤੀ ਐ ਤਾਂ ਹੁਣ ਭੋਲੇ ਤੋਂ ਹੀ ਕਰਦੇ ਆ ਹਾਲਾਂਕਿ ਉਸ ਫਿਲਮ ਨਾਲ ਇਹਦਾ ਕੋਈ ਉਹ ਨਹੀਂ ਇਹ ਅਲੱਗ ਚੀਜ਼ ਐ ਇਹ ਸਾਰਾ ਅਲੱਗ ਪੈਟਰਨ ਤੇ ਇਹਦੇ ਵਿੱਚ ਮੈਂ ਦੇਖਿਆ ਵੀ ਇਹ ਕਿੱਦਾਂ ਦੀ ਫਿਲਮ ਐ ਵゼ ਉਹ ਇਹ ਭੋਲੇ ਹੋਈ ਹੈ ਤਾਂ ਮੈਨੂੰ ਲੱਗਦਾ ਕਾਮੇਡੀ ਫਿਲਮਾਂ ਬਹੁਤ ਦੇਖੀਆਂ ਹੋਣੀਆਂ ਇੱਕ ਤੁਹਾਡੀ ਫੋਟੋ ਆ ਉਹ ਬੈਂਡ ਵੱਜੇ ਵਾਲੀ ਮੈਂ ਦੇਖੀ ਹਾਂ ਉਹ ਰੀਲ ਵੀ ਪਾਈ ਸੀਗੀ ਸਾਨੂੰ ਲੱਗਿਆ ਕਿ ਕਾਮੇਡੀ ਵਾਲਾ ਜਨਰ ਹੈ ਜਿਹੜਾ ਹਾਲਾਂਕਿ ਸਾਡੇ ਫਿਲਮ ਇੰਟਰਵਿਊ ਚ ਮੈਂ ਬਹੁਤ ਸੁਣਦਾ ਕਿ ਫੂਹੜ ਕਾਮੇਡੀਆਂ ਬਣਨੀਆਂ ਨੇ ਚਲਦੀਆਂ ਵੀ ਉਹੀ ਨੇ ਹਿੱਟ ਵੀ ਉਹੀ ਹੁੰਦੀਆਂ ਨੇ ਐਕਸ਼ਨ ਵਾਲੇ ਵੀ ਬਹੁਤ ਲੈਵਲ ਤੇ ਕੰਮ ਹੋ ਰਿਹਾ ਹੈ ਨਾ ਹੂੰ ਸੋ ਮੈਨੂੰ ਲੱਗਦਾ ਕਿ ਇੱਕ ਕੈਰੈਕਟਰ ਬੇਸਡ ਕਾਮੇਡੀ ਹੁੰਦੀ ਹੈ ਉਹਦੀ ਕਮੀ ਲੱਗਦੀ ਹੈ ਮੈਨੂੰ ਇਹਦੇ ਚ ਜਿੰਨੀਆਂ ਕਾਮੇਡੀ ਫਿਲਮਾਂ ਆਉਂਦੀਆਂ ਸਾਡੇ ਇੰਡਸਟਰੀ ਦੇ ਵਿੱਚ ਉਹ ਚੁਟਕਲਾ ਬੇਸਡ ਹੁੰਦੀਆਂ ਮਤਲਬ 1 ਟੂ 1 ਟੂ ਮੈਂ ਡਾਇਲੌਗ ਮੈਂ ਇਹੋ ਜਿਹਾ ਤੇਰਾ ਇਹੋ ਜਿਹਾ ਮੈਂ ਤੈਨੂੰ ਕੋਈ ਗੱਲ ਕਹੇ ਤੀ ਤੂੰ ਕਹ ਡਿਗ ਨਹੀਂ ਦੇਣੀ ਮੇਰੀ ਬੇਇਜ਼ਤੀ ਆ ਤੂੰ ਮੇਰੇ ਅੱਗੇ ਉੱਤ ਕੋਈ ਹੋਰ ਸਕਦਾ ਜਾਓ ਜਾ ਤੇਰੇ ਦੇ ਘਰ ਵਾਲੇ ਆਣਗੇ ਪੰਜ ਹੁੰਦੇ ਐ ਇਸ ਫਿਲਮ ਚ ਇੱਕ ਵੀ ਪੰਜ ਨਹੀਂ ਰੱਖਿਆ ਹੀ ਨਹੀਂ ਇਹਦੇ ਚ ਇੱਕ ਬੰਦੇ ਤੁਰੇ ਫਿਰਦੇ ਤੁਹਾਨੂੰ ਐ ਲੱਗਣਗੇ ਇਹ オリジナル ਤੁਰੇ ਫਿਰਦੇ ਆ ਤੁਹਾਨੂੰ ਲੱਗਿਆ ਐਦਾਂ ਦੇ ਸਿਨਮੇ ਦੀ ਥੋੜੀ ਜੀ ਮੈਨੂੰ ਲੱਗਦਾ ਸੀ ਆਉਣਾ ਚਾਹੀਦਾ ਪਰ ਤੁਸੀਂ ਹੱਸੋਗੇ ਬਹੁਤ ਸਿਚੁਏਸ਼ਨਲ ਸਿਚੁਏਸ਼ਨਲ ਕਾਮੇਡੀ ਹਾਂ ਜਿੰਨਿਆਂ ਨੂੰ ਵੀ ਦਿਖਾਈ ਆ ਫਿਰ ਦੂਜਾ ਸੀ ਵੀ ਕਾਮੇਡੀ ਫਿਲਮ ਤਾਂ ਅਸੀਂ ਬਣਾ ਹੀ ਲਵਾਂਗੇ ਕਿਉਂਕਿ ਭੋਲਾ ਉਹਦੀ ਦੁਨੀਆ ਹੈ ਜੀ ਹੈ ਕਿ ਤੁਸੀਂ ਉਹਨੂੰ ਦੇਖ ਕੇ ਹੱਸੋਗੇ ਫਿਰ ਸਾਨੂੰ ਲੱਗਿਆ ਕਿ ਟੌਪਿਕ ਦੇ ਨਾਂ ਤੇ ਕਿਤੇ ਐਵੇਂ ਹੀ ਨਾ ਯਾਰ ਇੱਕ ਵਾਰੀ ਫਿਲਮ ਦੇਖ ਕੇ ਗਏ ਅਗਲਾ ਠੀਕ ਹੈ ਪਰ ਮੈਂ ਚਾਹੁੰਦਾ ਸੀ ਫਿਲਮ ਐਹ ਜੀ ਬਣੇ ਜਿਹੜਾ ਵਾਰ-ਵਾਰ ਬੰਦਾ ਦੇਖੇ ਫਿਰ ਅਸੀਂ ਦਾ ਇਹਦਾ ਕੋਈ ਐਦਾਂ ਦਾ ਟੌਪਿਕ ਜੁੜਿਆ ਫਿਲਮ ਦਾ ਅਸੀਂ ਬੇਸਿਕਲੀ ਕੈਰੈਕਟਰ ਤਾਂ ਸਾਡੇ ਕੋਲ ਹੈਗਾ ਸੀ ਪਰ ਮੈਂ ਤੇ ਗੁਰਪ੍ਰੀਤ ਭੁੱਲਰ ਹੋ ਗਏ ਅਸੀਂ ਬਹੁਤ ਸੈਟਿੰਗਾਂ ਲਾਈਆਂ ਯਾਰ ਕਹਾਣੀ ਕੀ ਹੋਵੇ ਕਹਾਣੀ ਕੀ ਹੋਵੇ ਫੇਰ ਸਾਨੂੰ ਇੱਕ ਕਿਸੇ ਦੀ ਅਸੀਂ ਇੱਕ ਇੰਟਰਵਿਊ ਸੁਣੀ ਉਹ ਵੀ ਕੋਈ ਪੋਡਕਾਸਟ ਤੇ ਸਿਆਣੀਆਂ ਗੱਲਾਂ ਕਰ ਰਿਹਾ ਸੀ ਬਿਨਾ ਹੁੰਦੇ ਹੀ ਕਹਿੰਦਾ ਯਾਰ ਪੋਡਕਾਸਟ ਤੇ ਸਿਆਣੀਆਂ ਗੱਲਾਂ ਹੁੰਦਾ ਮੇਰੇ ਕੋਲ ਹੁਣੀਆਂ ਨਹੀਂ ਸਿਆਣੀਆਂ ਗੱਲਾਂ ਤੇ ਉਹ ਉੱਥੋਂ ਸਾਨੂੰ ਲੱਗਿਆ ਵੀ ਆਹ ਯਾਰ ਇੱਕ ਟੌਪਿਕ ਹੈ ਜਿਹਦੇ ਤੇ ਗੱਲ ਹੋਣੀ ਚਾਹੀਦੀ ਹੈ ਤੇ ਇਹ ਟੌਪਿਕ ਇਦਾਂ ਇਕੱਲਾ ਪੰਜਾਬ ਦਾ ਨਹੀਂ ਇਹ ਸਾਰੀ ਦੁਨੀਆ ਦਾ ਅੱਛਾ ਜੀ ਸੋ ਉੱਥੋਂ ਸਾਨੂੰ ਇੱਕ ਕੜੀ ਮਿਲ ਗਈ ਜੋੜ ਦੇ ਜੋੜ ਦੇ ਜੋੜ ਦੇ ਜੋੜ ਦੇ ਇਸ ਫਿਲਮ ਚ ਤੁਸੀਂ ਦੇਖੋਗੇ ਇੱਕ ਇੱਕ ਸੀਨ ਦੀ ਇੱਕ ਆਪਣੀ ਦੁਨੀਆ ਇਤ ਮੈਂ ਇੱਕ ਟੌਪਿਕ ਨਹੀਂ ਗਾਉਂਗਾ ਘੱਟੋ ਘੱਟ ਇਹਦੇ ਚ 5 ਤੋਂ 7 ਟੌਪਿਕ ਨੇ ਜਿੱਤੇ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਜਦੋਂ ਮੈਂ ਫਿਲਮ ਦੇਖਣ ਤੋਂ ਬਾਅਦ ਆਪਾਂ ਕਦੇ ਗੱਲ ਕਰਾਂਗੇ ਹੂੰ ਸੋ ਉਸ ਫਿਲਮ ਦੇ ਅਸੀਂ ਨੇੜੇ ਲਿਆਂਦੀ ਇਹ ਚੀਜ਼ ਜਿਹੜੀ ਸਾਨੂੰ ਉਹ ਪ੍ਰੋਬਲਮ ਲੱਗ ਵੀ ਨਹੀਂ ਰਹੀ ਅੱਜ ਦੀ ਡੇਟ ਚ ਫਿਰ ਉਸ ਕੈਰੈਕਟਰ ਨੂੰ ਅਸੀਂ ਉਸ ਪੰਨੇ 'ਚ ਲਿਆਂਦਾ ਹਨ ਬਈ ਕਮੇਡੀਜ਼ ਦੇ ਨਾਲ ਕੋਈ ਲੈਸਨ ਵੀ ਦੇ ਜੂਗੀ ਸਾਇਲੈਂਟ ਲੈਸਨ ਸਾਇਲੈਂਟ ਹਾਂ ਵੱਡੇ ਲੈਵਲ ਤੇ ਸਾਨੂੰ ਲੱਗਿਆ ਕੋਈ ਵੱਡੀ ਗੱਲ ਕਰੀਏ ਸਾਨੂੰ ਲੱਗਿਆ ਇਸ ਫਿਲਮ ਦੇ ਕੋਈ ਰਾਈਟਸ ਖਰੀਦੇ ਹੂੰ ਜੇ ਨੂੰ ਕੋਈ ਤਾਮਿਲ 'ਚ ਵੀ ਬਣਾਵੇ ਤੇ ਨੂੰ ਕੇਰਲਾ ਕੋਈ ਫਿਲਮ ਨੂੰ ਸ਼ਿਫਟ ਕਰ ਦੇ ਤੇਨੂੰ ਕੋਈ ਮਰਾਠੀ ਫਿਲਮ ਬਣਾਉਣਾ ਚਾਹੂਗਾ ਤਾਂ ਸਾਨੂੰ ਲੱਗਿਆ ਇਹ ਕਹਾਣੀ ਨੂੰ ਕੋਈ ਮਰਾਠੀ ਚੱਕ ਕੇ ਲੈ ਜਾਏ ਤਾਂ ਉਹ ਮਰਾਠੀ ਦੀ ਫਿਲਮ ਹੋ ਜਾਊਗੀ ਹੂੰ ਸੋ ਇਸ ਲੈਵਲ ਤੇ ਸਾਨੂੰ ਲੱਗਿਆ ਕਿ ਇਦਾਂ ਦਾ ਕੰਮ ਕਰਨਾ ਚਾਹੀਦਾ ਹੂੰ ਵਿਰੇ ਨੇ ਵੈਸੇ 15 ਤੋਂ 18 ਫੀਚਰ ਫਿਲਮਸ ਕਰ ਲਈਆਂ ਹੂੰ ਵੈਬ ਸੀਰੀਜ਼ ਵੀ ਤੇ ਵੈਬ ਕਰਨਾ ਜਿਹੜੀਆਂ OTT ਵਾਲੀਆਂ ਉਹ ਵੀ OTT ਹਾਂ ਗੋਤਨ ਕੀਤੀਆਂ ਹਨ ਮੈਨੂੰ ਤਾਂ ਲੱਗਾ 7-8 ਹੋ ਗਈਆਂ OTT ਵਾਲੀ ਇੱਕ ਪੁਲਿਸ ਕਿਲ ਵੀ ਕਰੀ ਸੀ ਚਪਾਲ ਤੇ ਵੈਬ ਸੀਰੀਜ਼ ਮੇਰੀ ਪਹਿਲੀ ਸੀਗੀ Netflix ਤੇ ਲੈ ਲਾ ਉਹ ਬਹੁਤ ਛੋਟਾ ਕੈਰੈਕਟਰ ਸੀ ਮੈਂ ਦੇਖਣਾ ਹੀ ਚਾਹੁੰਦਾ ਸੀ ਇਹ ਕਰਦੇ ਗੁਰਦੇ ਕੀ ਹੁੰਦੇ ਦੂਜੀ ਸੀ ਪਤਾਲ ਲੋਕ ਫਿਰ ਆਈ ਸੀ ਇਸਕੇਪ ਲਾਈਵ ਹੌਟ ਸਟਾਰ ਤੇ ਇਸ ਤੋਂ ਸਿਵਾ ਸੀ ਨਾ ਇਸਕੇਪ ਲਾਈਵ ਉਹਦੇ ਵਿੱਚ ਦਿਖਾਈ ਹੋਈ ਸੀ ਹਾਂ ਉਹ ਵੈਬ ਸੀਰੀ ਸੀ ਹੁਣ ਪਹਿਲੀ ਹਿੰਦੀ ਫਿਲਮ ਜਿਹੜੀ ਆਉਗੀ ਦਾ ਡਿਪਲੋਮੈਟ ਉਹ ਵੀ 2 ਮਹੀਨਿਆਂ ਦੇ ਵਿੱਚ ਵਿੱਚ ਆ ਜੂਗੀ ਸ਼ੇ 3 ਡਿਪਲੋਮੈਟ ਉਹ সিনেমਿਆਂ ਦੇ ਵਿੱਚ ਆਉਗਾ ਤੁਹਾਨੂੰ ਅਵਾਰਡ ਵੀ ਮਿਲਿਆ ਸੀ 2022 ਚ OTT ਹਾਂ ਉਹ ਤੇ ਨੋਮੀਨੇਸ਼ਨ ਹੋਈ ਸੀਗੀ ਸੋ ਚਲੋ ਚਲੋ ਹੌਸਲਾ ਅਫਜ਼ਾਈ ਕਹਿੰਦੇ ਹੁੰਦੇ ਆ ਵੀ ਅਵਾਰਡ ਮਿਲ ਗਿਆ ਚਲੋ ਮਿਲਿਆ ਤਾਂ ਨਹੀਂ ਹੈ ਇਕੱਲਾ ਉਹ ਫੋਟੋ ਜੀ ਆਈ ਸੀ ਮੇਰੇ ਕੋਲ ਵੀ ਤੁਸੀਂ ਨੋਮੀਨੇਟ ਹੋ ਗਏ ਉਹ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਸੇ ਨੇ ਭੇਜੀ ਮੈਨੂੰ ਕਹਿੰਦੇ ਤੂੰ ਨੋਮੀਨੇਟ ਹੋ ਗਏ ਕਹਿੰਦੇ ਅੱਛਾ ਮੈਂ ਚਲੋ ਠੀਕ ਹੈ ਉਹ ਕੋਵਿਡ ਕਰਕੇ ਹੋਇਆ ਹੀ ਨਹੀਂ ਸੀ ਨਾ ਅੱਛਾ ਘਰੇ ਬੈਠਿਆਂ ਨੂੰ ਸੌਫੇ ਉੱਤਾਂ ਸੀ ਉਹਨਾਂ ਨੇ ਠੀਕ ਹੈ ਠੀਕ ਹੈ ਠੀਕ ਵਧੀਆ ਵੀਰੇ ਕਾਫੀ ਕੋਸ਼ਿਸ਼ ਆ ਤੁਹਾਡੇ ਕੋਲ ਤਾਂ ਜਰਨੀ ਤੁਹਾਡੀ ਬਹੁਤ ਵੱਡੀ ਆ ਵੀ ਮੈਂ ਜੇ ਇੱਕ ਇੱਕ ਆਪਾਂ ਸਟੋਰੀ ਲੈ ਕੇ ਬਹਿ ਜਾਈਏ ਮੈਂ ਕਹਿਆ ਸੀ ਨਾ ਮੈਂ ਖਾਲੀ ਨਹੀਂ ਹੋਣਾ ਤੇ ਇੱਕ ਧੀਰਜભાઈ ਆਏ ਸੀਗੇ ਹਾਂ ਹਾਂ ਕਹਿੰਦੇ ਮੈਂ ਉੱਥੇ ਪ੍ਰੈਸ ਕਾਨਫਰੰਸ 'ਤੇ ਬੈਠਾ ਮਨੋਜ ਗਜੀਤ ਦਾ ਫੋਨ ਆਇਆ ਓਏ ਤੂੰ ਛਾੜੂ ਨਹੀਂ ਲੱਗ ਗਿਆ ਓਏ ਆ ਇਸ ਕੰਮ ਵਿੱਚ ਅਸੀਂ ਬਹੁਤ ਸਾਕਤਾ ਕਹਿੰਦਾ ਮੈਂ ਲੌਣਾ ਆ ਕੇ ਯਾਰ ਸਵਾਇਦਾ ਕਰ ਜਾ ਕਰ ਹਾਂ ਯਾਰ ਜਦੋਂ ਲੱਗਿਆ ਸਟਾਰ ਸੂਰਜੇ ਬਣ ਗਏ ਹੁਣ ਵੀ ਵਧੀਆ ਮਾਹੌਲ ਹੁਣ ਸਟਾਰ ਇੱਕ ਵਾਰੀ ਤਾਂ ਮੈਂ ਜਦੋਂ ਡਾਕੂ ਨਾ ਮੁੰਡਾ ਨਾ ਵਾਵਾ ਹਿੱਟ ਹੋ ਗਈ ਹੂੰ ਉਦੀ ਵੀ ਹਾਈਐਸਟ ਓਪਨਿੰਗ ਸੀਗੀ ਬਹੁਤ ਵਧੀਆ ਫਿਲਮ ਸੀਗੀ ਡਾਕੂ ਨਾ ਮੁੰਡਾ ਅਸੀਂ ਕੀਤੀ ਉਸ ਤੋਂ ਉਦੋਂ ਮੇਰੀ ਅੱਜ ਉਦੋਂ ਮੇਰੀ ਡਿਊਟੀ ਚੱਲ ਰਹੀ ਸੀ ਪੋਚੇ ਦੇ ਤੇ ਉਹਨੂੰ ਮੈਂ ਜਿਹੇ ਪੋਚਾ ਮਾਰ ਰਿਆ ਨਾ ਬਾਹਰ ਨਾ ਜਦੋਂ ਤੁਰਕੇ ਜੇ ਆਏ ਉਹ ਆਗੇ ਕੋਈ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅੰਕਲ ਸੀਗਾ ਨਾਲ ਦੋ ਕੁੜੀਆਂ ਸੀਗੀਆਂ ਉਹਨੇ ਬੈਲ ਮਾਰਤੀ ਆ ਕੇ ਵੀ ਇੱਥੇ ਜੇ ਰਹਿੰਦੇ ਨੇ ਉਹਨਾਂ ਨੇ ਸ਼ਾਇਦ ਫੋਟੋ ਕਰਾਉਣੀ ਹੋਣੀ ਹੈ ਜਾਂ ਹੁਣ ਦੇਖ ਲਿਆ ਹੋਣਾ ਵੀ ਇੱਥੇ ਰਹਿੰਦਾ ਹੁਣ ਮੈਂ ਪੋਚਾ ਮਾਰ ਰਿਆ ਹੁਣ ਅਸੀਂ ਵਿੰਡੋ ਜੀ ਚੋਂ ਸਾਰਾ ਦੇਖ ਲੈਂਦੇ ਹੁੰਦੇ ਸੀ ਕੌਣ ਆ ਗਿਆ ਕੌਣ ਨਹੀਂ ਉਹ ਗਿਆ ਇੱਕ ਜਣਾ ਬਾਹਰ ਕਹਿੰਦੇ ਉਹ ਕਹਿੰਦੇ ਜਗਜੀਤ ਨੂੰ ਮਿਲਣਾ ਬੈਠੀ ਰਹਿੰਦੇ ਨੇ ਕਹਿੰਦੇ ਹਾਂ ਹਾਂ ਮੀਟਿੰਗ ਚ ਦੇ ਦਰਮੇਟਿਕ ਚੱਲਦੀ ਮੀਟਿੰਗ ਹਾਈ ਫਾਈ ਮੀਟਿੰਗ ਚੱਲ ਰਹੀ ਹੈ ਨਾ ਇਧਰੋਂ ਪੂਰਾ ਨਾ ਉਹ ਕੋਨਾ ਉਹ ਵਿਚੋ ਬਾਜ ਜੀ ਉਹ ਉਹ ਤਾਂ ਪਾ ਲਿਆ ਕਰੋ ਫਰਨੈਲ ਜੀ ਤਵੈਲ ਜੀ ਤਾਂ ਆਉਦੀ ਨਹੀਂ ਮੀਟਿੰਗ ਦੇ ਦੋ ਕਿੱਡੀ ਆ ਲੈਵਲ ਤੇ ਚੱਲਦੀ ਹੈ ਫਰਾਂ ਆ ਜੇ ਨਿ ਚੋੜ ਕੇ ਜੇ ਫੜਾ ਫੜਾ ਹੱਥ ਜੇ ਸਾਫ਼ ਕਰਕੇ ਨਾ ਕੱਪੜੇ ਸੈਟ ਕਰਕੇ ਜੇ ਬਾਹਰ ਗਏ ਹਾਂਜੀ 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 ਮੈਂ ਇੱਥੇ ਰਹਿਣਾ ਹਾਂਜੀ ਹਾਂਜੀ ਉਹ ਪੂਰੀ ਐਕਟਿੰਗ ਪਰ ਵਧੀਆ ਗੱਲ ਹੈ ਨਾ ਮੇਰੇ ਤੁਹਾਡੇ ਕੋਲ ਕੋਈ ਇਦਾਂ ਦਾ ਚੀਜ਼ ਆਉਂਦੀ ਐਕਟਿੰਗ ਕਰਨ ਦੀ ਤੁਹਾਨੂੰ ਪਤਾ ਆਪੋਚਾ ਨਜੋੜਨਾ ਕਿਵੇਂ ਆ ਉਦੋਂ ਮੂੰਹ ਕਿਦਾਂ ਦਾ ਹੁੰਦਾ ਮੇਰਾ ਕੀ ਵੀ ਸਾਰੀ ਆਪ ਕੀਤੀ ਅਸੀਂ ਬਣਾ ਲਿਆ ਸਬਜੀਆਂ ਸਬਜੀਆਂ ਸਾਰੀਆਂ ਸਾਰਾ ਕੁਝ ਬਣਾ ਲਈਦਾ ਨਾ ਰੋਟੀ ਬਹੁਤ ਵਧੀਆ ਬਣਾਈ ਕਟਲ ਕਿਵੇਂ ਬਣਾਈਦਾ ਕਟਲ ਕੁਕਿੰਗ ਜਮ ਨੇ ਪਿੰਡੀ ਕਿਵੇਂ ਬਣਾਈ ਜਾਂਦਾ ਦੇਖੋ ਜਿਹੜੇ ਕਟਲ ਸ਼ਬਦ ਆ ਪੇਠਾ ਹੋ ਗਿਆ ਇਹ ਇੱਕੋ categories ਜੀ ਚ ਆਉਂਦੇ ਆ ਹਨਾ ਜੇ ਬਣਾਉਣਾ ਤੁਸੀਂ ਹਨਾ ਇਹਨੂੰ ਲੋ ਸਟੀਮ ਤੇ ਬਣਾਉਣਾ ਤੁਸੀਂ ਜਿੰਨਾ ਕੁਕਿੰਗ ਤੁਸੀਂ ਲੋ ਤੇ ਕਰੋਗੇ ਉਹਨਾਂ ਜ਼ਿਆਦਾ ਵਧੀਆ ਲੱਗਣਗੇ ਠੀਕ ਹੈ ਹਨਾ ਕਈ ਵਾਰੀ ਮੈਂ ਇੱਕ ਵਾਰੀ ਪਹਿਲੀ ਵਾਰੀ ਤਰਮ ਉਹ ਬਣਾਈਆਂ ਸੀਗੀਆਂ ਤੋਰੀਆਂ ਤੋਰੀਆਂ ਕਾਣ ਦਾ ਮੈਂ ਕਦੇ ਭੁੱਲ ਨਹੀਂ ਸਕਦਾ ਉਦੋਂ ਮੇਰੀ ਸਬਜ਼ੀ ਤੇ ਡਿਊਟੀ ਹੁੰਦੀ ਸੀ ਮੈਂ ਕੁੱਕਰ ਚ ਪਾ ਕੇ ਨਾ ਮੈਨੂੰ ਲੱਗਿਆ ਕੁੱਕਰ ਚ ਹੀ ਬਣਾ ਲੀਂ ਕੁੱਕਰ ਚ ਤਾਂ ਬਣਾਉਂਦੀ ਸਾਰੀ ਖੇਤੀ ਬਣ ਜੇ ਹੂੰ ਕਿਹੜਾ ਲੱਗਾ ਰੂ ਕੜਛੀਆਂ ਮਾਰਨਾ ਨਾ ਸੀਟੀ ਲਾਤੀ ਇਹਨਾਂ ਨੇ ਤਾਂ ਆ ਕੇ ਖਾਣੀਆਂ ਹੀ ਨੇ ਉਦੋਂ ਜਦੋਂ ਕੁੱਕਰ ਦਾ ਖੋਲਿਆ ਤੋਰੀਆਂ ਸਾਰੀਆਂ ਸੂਪ ਬਣੀ ਹੋਈਆਂ ਵੀਰੇ ਵੀ ਆਏ ਰੋਟੀ ਇਹ ਲੈ ਕੇ ਆ ਆ ਬਈ ਤੋਰੀਆਂ ਖਾਈਏ ਉਹ ਐਂ ਲੱਭੀ ਜਾਣ ਵਿੱਚ ਇਹਦੇ ਚ ਤੋਰੀ ਕਿੱਥੇ ਆ ਸੋ ਬਸ ਐਂ ਹਾਸਕੇਡ ਕੇ ਵਧੀਆ ਟਾਈਮ ਪਾਸ ਹੁੰਦਾ ਪਰ ਇਹਦੇ ਚ ਲਾਈਫ ਹੈ ਬਹੁਤ ਇੰਜੋਏਮੈਂਟ ਹੈ ਹੀ ਹੁੰਦਾ ਨਾ ਵੱਡੀ ਤੋਂ ਵੱਡੀ ਚੀਜ਼ ਜੋ ਨਾ ਜਿੱਡੇ ਮਰਜ਼ੀ ਸ਼ੋਹੂ ਤੇ ਜਾਹੀਏ ਸਾਡਾ ਇੰਜੋਏ ਕਰਨ ਦੀ ਐਦਾਂ ਹੀ ਮਜ਼ਾ ਆਉਂਦਾ ਮੈਨੂੰ ਮੈਨੂੰ ਤੁਹਾਡਾ ਫਰੈਂਡ ਸਰਕਲ ਦੇਖ ਕੇ ਬੜੀ ਪੋਜ਼ਿਟਿਵਿਟੀ ਮਿਲਦੀ ਹੈ ਮੈਂ ਹਾਲਾਂਕਿ ਅੱਜ ਪਹਿਲੀ ਵਾਰ ਮਿਲੇ ਆ ਨਾ ਆਪਾਂ ਤੇ ਵੈਸੇ ਹੀ ਕਿਉਂਕਿ ਨਾ ਤੁਹਾਡੇ ਫੈਨ ਨਹੀਂ ਹੈਗੇ ਅਸੀਂ ਤੁਹਾਨੂੰ ਭਰਾ ਮੰਨਦੇ ਆ ਯਾਰ ਜਗਜੀਤ ਕਿਉਂਕਿ ਦਿਲ ਵਾਲਾ ਬੰਦਾ ਤੋ ਇਹ ਇੱਕ ਵਾਰ ਸਿੱਧੂ ਦਾ ਗਾਣਾ ਆਇਆ ਸੀ ਤੁਸੀਂ ਪਾਈ ਸੀ ਦੇਖ ਯਾਰ ਬਾਈ ਨਾਲ ਸਪੋਰਟ ਕਰਦਾ ਸਾਰੀਆਂ ਚੀਜ਼ਾਂ ਤਾਂ ਤੁਹਾਡੇ ਨਾਲ ਫੀਲਿੰਗ ਐ ਨਹੀਂ ਹੁੰਦੀ ਆਪਾਂ ਕਿਸੇ ਦੇ ਫੈਨ ਹੁੰਨੇ ਮੈਂ ਰਣਵੀਰ ਕਪੂਰ ਦਾ ਫੈਨ ਆ ਮੈਂ ਤੁਹਾਡਾ ਫੈਨ ਨਹੀਂ ਮੈਨੂੰ ਐ ਲੱਗਦਾ ਵਾ ਘਰ ਦਾ ਬੰਦਾ ਤੁਹਾਡੇ ਨਾਲ ਵਾਈਬ ਬੋਦਾ ਮਿਲਦੀ ਆ ਸਾਡੀ ਤਾਂ ਮੈਨੂੰ ਇਹ ਹੁੰਦਾ ਵੀ ਮੇਰੇ ਲਈ ਕੰਪਲੀਮੈਂਟ ਆ ਤੁਸੀਂ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਆ ਉਹਨਾਂ ਨੂੰ ਐ ਲੱਗਦਾ ਯਾਰ ਇਹ ਐਕਟਰ ਨਹੀਂ ਇਹ ਸਾਡਾ ਹੀ ਕੋਈ ਬੰਦਾ ਤੁਰਿਆ ਜਾਂ ਫਿਰਦਾ ਵਿੱਚ ਤਾਂ ਮੈਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹ ਬਹੁਤ ਸਹੀ ਜਾ ਰਹੇ ਹਨ ਮਤਲਬ ਠੀਕ ਆ ਵੀ ਦੇਖੋ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਪੈਸਾ ਹੈ ਸਾਡੇ ਕੋਲ ਪਰ ਇਹ ਬੜਾ ਔਖਾ ਕੰਮ ਆ ਭਰਾਵਾ ਇਹੜਾ ਮੈਂ ਤਾਂ ਨਹੀਂ ਤੁਸੀਂ ਸਾਡੀਆਂ ਦੇਖੀਆਂ ਪਿੱਛੇ ਭਰਾਵਾ ਇਹਨੇ پیسے ਨਾਲ ਆ ਯਾਰ ਕਰਦੇ ਬਾਈ ਬਣ ਕੇ ਅੱਛਾ ਮੈਂ ਸੁਣਿਆ ਮੈਂ ਪਹਿਲਾਂ ਪਹਿਲੀ ਗੱਲ ਕੰਪਲੀਟ ਕਰਦਾ ਵੀ ਪੈਸਾ ਹੈ ਵੀਰੇ ਕੋਲ ਲੇਕਿਨ ਉਹ ਫੋਕੀ ਫੁਕਰੀ ਨਹੀਂ ਮਾਰੀ ਨਾ ਨੈਟ ਵਾਲੀ ਨਹੀਂ ਤਾਂ ਅੱਜ ਕੱਲ ਮੈਂ ਪੈਨਲ ਜਿਆਦਾ ਸਾਡੀ ਮੈਂਤਾ ਲੱਗ ਗਈ ਆਉਣੀ ਐ ਇਸ ਫਿਲਮ ਚ ਪਾਜੀ ਕਹਾਣੀ ਫਿਲਮਾਂ ਚ ਵੀਰੇ ਮੈਂ ਸੁਣਿਆ ਇੱਕ ਨਾ ਪ੍ਰੋਡਕਸ਼ਨ ਵਾਲਾ ਬੰਦਾ ਹੁੰਦਾ ਹੁਣ ਆਪਾਂ ਵਿਗਾੜਨੀ ਨਹੀਂ ਜਿਹੜਾ ਤੁਹਾਡਾ ਸੀ ਕੋਈ ਉਹ ਕਹਿੰਦੇ ਚੀਜ਼ ਜਿਹੜੀ ਆਉਂਦੀ ਆ 10 ਰੁਪਏ ਦੀ ਓ ਕਈ ਵਾਰ 50 ਦੀ ਵੀ ਲੱਗ ਜਾਂਦੀ ਆ ਇੱਕ ਚੀਜ਼ ਸਿੱਖਣ ਨੂੰ ਮਿਲੀ ਮੈਨੂੰ ਲੱਗਦਾ ਹਰ ਪ੍ਰੋਡਿਊਸਰ ਨੂੰ ਇਹ ਕਰਨਾ ਚਾਹੀਦਾ ਕਿ ਉਹਨੂੰ ਪ੍ਰੋਡਕਸ਼ਨ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਪੈਸੇ ਹੈਗੇ ਵੀ ਹੂੰ ਤਾਂ ਸਾਨੂੰ ਲੱਗਿਆ ਕਿ ਟੀਮ ਮੈਨੂੰ ਮਾਣ ਆ ਕਿ ਜਿਹੜੀ ਅਸੀਂ ਟੀਮ ਕੰਮ ਕੀਤਾ ਉਹਦੇ ਚ ਕਿਸੇ ਨੇ ਖਾਦੇ ਨਹੀਂ ਹੁਣੇ ਕਿਉਂਕਿ ਅਸੀਂ ਆਪ ਸੀ ਅਸੀਂ ਇਸ ਪ੍ਰੋਸੈਸ ਤੋਂ ਨਿਕਲ ਗਏ ਮੈਨੂੰ ਲੱਗਦਾ ਹੁਣ ساری ਉਮਰ ਅਸੀਂ ਮਾਰ ਨਹੀਂ ਖਾਂਦੇ ਹੂੰ ਪੇਪਰ ਤੇ ਲਿਆਓ ਮੈਨੂੰ ਹੁਣ ਕੋਈ ਐਜ਼ ਅ ਪ੍ਰੋਡਿਊਸਰ ਕੋਈ ਉੱਲੂ ਨਹੀਂ ਬਣਾ ਸਕਦਾ ਮੈਂ ਜਦੇ ਕੰਢ ਕੇ ਰੱਖ ਦੂੰਗਾ ਇੱਥੇ ਐਨੇ ਨੇ ਐਜ਼ ਅਕਟਰ ਸੋਚਣਾ ਵੱਖਰੀ ਗੱਲ ਸੀ ਪਰ ਪ੍ਰੋਡਿਊਸਰ ਦੀ ਇੱਕ ਆਪਣੀਆਂ ਜੌਬਸ ਨੇ ਕੱਲਾ ਪੈਸੇ ਆਉਣ ਨਾਲ ਤੁਸੀਂ ਪ੍ਰੋਡਿਊਸਰ ਨਹੀਂ ਹੋ ਜਾਂਦੇ ਫੇਰ ਤਾਂ ਤੁਸੀਂ ਮੈਨੂੰ ਲੱਗਦਾ ਕਿ ਐਜ਼ ਅ ਪ੍ਰੋਡਿਊਸਰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੂੰ ਕਿ ਕਿਹੜਾ ਪੈਸਾ ਜੇ ਸਾਡਾ ਬਿਲਨ ਦਾ ਇੰਨਾ ਬਜਟ ਹੈ ਤੇ ਉਹਨਾਂ ਵੀ ਲੱਗ ਜੇਦਾ ਫਿਲਮ ਬਹੁਤ ਵੱਡੀ ਹੋ ਜੇ ਸਾਡੀਆਂ ਫਿਲਮਾਂ ਮਰਦੀਆਂ ਹੀ ਤਾਂ ਨੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਦੀ ਬਹੁਤ ਛੱਲ ਲੱਥਦੀ ਏ ਮੈਂ ਹਮੇਸ਼ਾ ਕਹਿੰਦਾ ਉਹਨਾਂ ਸਾਡੇ ਕੋਲ ਵੀ ਆ ਜਾਂਦੇ ਆ ਕਈ ਵਾਰੀ ਬਾਈ ਅਸੀਂ ਫਿਲਮ ਕਰਨਾ ਐ ਕਰਨਾ ਮੈਂ ਹੱਥ ਜੋੜਦਾ ਨਾ ਬਾਈ ਕਿਸੇ ਨਾਲ ਪਹਿਲਾਂ ਪ੍ਰੋਡਕਸ਼ਨ ਤੇ ਕੰਮ ਕਰ ਲ ਕਈ ਫਿਲਮ ਹੁੰਦੀ ਕੀ ਹੈ ਤੁਸੀਂ ਗੱਡੀ 'ਚ ਉਤਰਨੇ ਨੂੰ ਪ੍ਰੋਡਿਊਸਰ ਨਹੀਂ ਕਹਿ ਸਕਦੇ ਪ੍ਰੋਡਿਊਸਰ ਦਾ ਮਤਲਬ ਹੈ ਸਭ ਤੋਂ ਵੱਧ ਲੱਖ ਲਾਣਤ ਪ੍ਰੋਡਿਊਸਰ ਦੀ ਹੋਣੀ ਹੈ ਜੇ ਤੁਸੀਂ ਫਿਲਮ ਕਰਨੀ ਹੈ ਬੇਜਤੀ ਤੋਂ ਲੈ ਕੇ ਸਭ ਕੁਝ ਸੋ ਫਿਰ ਤੁਸੀਂ ਕਾਮਯਾਬ ਪ੍ਰੋਡਿਊਸਰ ਬਣੋਗੇ ਤਾਂ ਮੈਨੂੰ ਲੱਗਾ ਇਹ ਪ੍ਰੋਸੈਸ ਤੋਂ ਅਸੀਂ ਬਹੁਤ ਕੁਝ ਸਿੱਖਿਆ ਭੁੱਲੇ ਜੋ ਠੀਕ ਹੈ ਐਜ਼ ਆ ਕੰਮ ਕਰਦੇ ਸੀ ਐਜ਼ ਆ ਪ੍ਰੋਡਿਊਸਰ ਜਿਵੇਂ ਮੈਂ ਕਹਾ ਕਈ ਵਾਰੀ ਕੋ ਸ਼ੂਟ ਨਹੀਂ ਵਧੀਆ ਲੱਗਿਆ ਐਜ਼ ਐਕਟਰ ਮੈਨੂੰ ਲੱਗਦਾ ਹੁੰਦਾ ਜੀ ਸਾਰ ਲਓ ਵਧੀਆ ਹਮ ਐਜ਼ ਸੌਰੀ ਐਜ਼ ਐਕਟਰ ਕਹਿੰਦਾ ਯਾਰ ਤਸੱਲੀ ਨਹੀਂ ਹੋਈ ਇਹਨੂੰ ਦੁਬਾਰਾ ਕਰਦੇ ਆ ਐਜ਼ ਅ ਪ੍ਰੋਡੂਸਰ ਬਹੁਤ ਇੰਨੇ ਪਹਿਲੇ ਲੱਗਦੇ ਨੇ ਦੁਬਾਰਾ ਫਿਰ ਉਸ ਦੁਬਾਰਾ ਜੀ ਜਾਉਣੀ ਹੈ ਦੁਬਾਰਾ ਕਰਨ ਦੀ ਹਿੰਮਤ ਨਹੀਂ ਪੈਂਦੀ ਤੇ ਇੱਕ ਅਲੱਗ ਜੌਬ ਹੈ ਪ੍ਰੋਡਿਊਸਰ ਇੱਕ ਬਹੁਤ ਵੱਡੀ ਜੌਬ ਹੈ ਜੇ ਕਿਸੇ ਸਿਨੇਮੇ ਨੇ ਟੌਪ ਤੇ ਜਾਣਾ ਐਕਟਰ ਏਕਟਰ ਬਾਅਦ ਚਾਉਣਗੇ ਡਾਇਰੈਕਟਰ ਬਾਅਦ ਚਾਉਣਗੇ ਉਹਦੇ ਪ੍ਰੋਡਿਊਸਰ ਸਿਆਣੇ ਹੋਣੇ ਚਾਹੀਦੇ ਆ ਜੇ ਕਿਸੇ ਸਿਨੇਮੇ ਨੇ ਗਰੋਥ ਕਰਨੀ ਹੈ ਉਹਨੂੰ ਅਪਰ ਲੈਵਲ ਤੇ ਲੈ ਕੇ ਜਾ ਪ੍ਰੋਡਿਊਸਰ ਨੂੰ ਸਾਰਾ ਕੁਝ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਪ੍ਰੋਡਿਊਸਰ ਨੂੰ ਸਕ੍ਰਿਪਟ ਸੁਣਾਉਨੇ ਆ ਉਹ ਕਹਿੰਦਾ ਹਾਂ ਬਹੁਤ ਵਧੀਆ ਇੱਥੇ ਹੀ ਮਰ ਜਾਂਦਾ ਕੰਮ ਜੇ ਉਹਨੂੰ ਪਤਾ ਹੋਊਗਾ ਵੀ ਕਿਹੜੀ ਵਧੀਆ ਹੈ ਕਿਹੜੀ ਘਟੀ ਹੈ ਬਣਨੀ ਊਨੀ ਫਿਲਮ ਨਵੇਂ ਬੰਦੇ ਨੂੰ ਤਾਂ ਕੋਈ ਮਰਜ਼ੀ ਜਾ ਕੇ ਸੁਣਾ ਦਿਓ ਨਾ ਉਹਨੇ ਤਾਂ ਕਹੀ ਚਾਈ ਦੀਆ ਕਮਾਲ ਹੀ ਕਰਦੀ ਭਈ ਨਰੇਸ਼ਨ ਵਧੀਆ ਦੇਤੀ ਐਗਜ਼ੀਕਿਊਸ਼ਨ ਹੈ ਨਹੀਂ ਹਣਾ ਹੁਣ ਮੈਨੂੰ ਕੋਈ 10 ਸਟੋਰੀਆਂ ਸੁਣਾ ਜAVE ਮੈਂ ਕਹੂੰਗਾ ਉਹਦੇ ਚੋਂ ਯਾਰ ਕਈ ਵਾਰੀ ਦਸੇ ਹੀ ਨਹੀਂ ਵਧੀਆ ਹੁੰਦੀਆਂ ਕਈ ਵਾਰੀ ਕੋਈ ਆਮ ਮੁੰਡਾ ਆ ਕੇ ਕੋਈ ਗੱਲ ਕਹਿ ਜਾਂਦਾ ਯਾਰ ਆਹ ਬਹੁਤ ਵਧੀਆ ਆਈਡੀਆ ਚੱਕੀ ਹੂੰ ਸੋ ਮੈਨੂੰ ਲੱਗਦਾ ਐ ਐਜ਼ ਅ ਪ੍ਰੋਡਿਊਸਰ ਤੁਹਾਨੂੰ ਬਹੁਤ ਕੁਝ ਕਰਨਾ ਪੈਣਾ ਤਾਂ ਤੁਸੀਂ ਥੋੜਾ ਜਿਹਾ ਗਰੋ ਕਰੋ ਸੁਣਨ ਚਾਇਆ ਵੀ ਪੰਜਾਬ ਚ ਪਹਿਲਾਂ ਪ੍ਰੋਡਿਊਸਰ ਬਹੁਤ ਹੁੰਦੇ ਸੀ ਐਨ ਆਰ ਆਈ ਬਾਹਰਲੇ ਹੁਣ ਘਟ ਕੇ ਕਿਉਂਕਿ ਜਿਹੜੇ ਇਸ ਗੇਮ ਚ ਹੈ ਨਹੀਂ ਗੇ ਉਹਨਾਂ ਨੇ ਖਾ ਲਿਆ ਬਹੁਤ ਮਿਸਯੂਜ਼ ਕੀਤਾ ਕਈ ਵਾਰੀ ਨਾ ਥੋੜੀ ਜੀ ਲਾਈਟ ਫਿਲਮ ਵੀ ਰਹਿ ਜੇ ਬਾਈ ਪਰ ਜੇ ਨੀਤ ਨਾਲ ਬਣੀ ਹੋਈ ਉਹ ਚੱਲ ਜਾਂਦੀ ਸਭ ਤੋਂ ਵੱਡੀ ਗੱਲ ਆ ਨੀਤ ਮੈਂ ਤਾਂ ਕਹਿੰਦਾ ਜੇ ਕੋਈ ਆਵੇ ਵੈਲਕਮ ਅੱਜ ਅੱਜ ਵੀ ਆ ਰਹੇ ਨਵੇਂ ਪਰ ਬਾਈ ਬਣ ਕੇ ਐਜ਼ ਅ ਪ੍ਰੋਡਿਊਸਰ ਜੇ ਤੁਸੀਂ ਆਉਣਾ ਥੋੜਾ ਜਿਹਾ ਸਿੱਖ ਕੇ ਆਓ ਹਨਾ ਪੁਰਾਣਾ ਜੋ ਹੋ ਗਿਆ ਉਹਦੇ ਬਾਰੇ ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ ਮੈਂ ਕਿਸੇ ਬਾਰੇ ਕਵਾਂ ਹਨਾ ਅਗਲੇ ਨੂੰ ਲੱਗੇ ਕਿ ਇਹ ਕਹਿ ਰਿਹਾ ਜਾਂ ਉਹਦੇ ਚੀਜ਼ 'ਚ ਮੈਂ ਜਾਂਦਾ ਹੀ ਨਹੀਂ ਕਹਿਣਾ ਆਪਾਂ ਕਿਸੇ ਨੂੰ ਕੁਝ ਨਹੀਂ ਬੰਦਾ ਕਰਕੇ ਸਿੱਖਦਾ ਕਈਆਂ ਨੇ ਢੂਆ ਮਰਵਾਇਆ ਵੀ ਹੋਣਾ ਹਨਾ ਅੱਜ ਵੀ ਮਰਵਾ ਰਹੇ ਹੋਣੇ ਜਦ ਤੋ ਆਪਾਂ ਪੋਡਕਾਸਟ ਕਰ ਰਹੇ ਆ ਚੱਲਦੇ ਹੋਣਾ ਕਿੱਥੇ ਕਿੱਥੇ ਕੋਈ ਪੈਰਲਲ ਕੋਈ ਪੈਰਲਲ ਯੂਨੀਵਰਸਲ 'ਚ ਕੋਈ ਫਸ ਰਿਹਾ ਹੋਣਾ ਵੀ ਐ ਹੁੰਦਾ ਐ ਹੁੰਦਾ ਐ ਹੁੰਦਾ ਹਨਾ ਤੇ ਉਹ ਵਿਚਾਰਾ ਜਦ ਤੱਕ ਇਹ ਗੱਲ ਪਹੁੰਚ ਜAVE ਕਿ ਬਾਈ ਬਣ ਕੇ ਕਿਸੇ ਨਾਲ ਪਹਿਲਾਂ ਪ੍ਰੋਡਕਸ਼ਨ ਤੇ ਆਓ ਉਹ ਤਾਂ ਸਿੱਖੋ ਕਰੋ ਤਾਂ ਤੁਸੀਂ ਕਾਮਯਾਬ ਹੋਵੋਗੇ ਇਹ ਕੋਈ ਐ ਨਹੀਂ ਹੈ ਆ ਤੁਹਾਡੇ ਕੋਲ ਫਾਲਤੂ ਬਹੁਤ ਆ ਤਾਂ ਮੋਸਟ ਵੈਲਕਮ ਆਓ ਮਿਲੋ ਉਹਨਾਂ ਨੂੰ ਫਿਰ ਹੈਰਾਨਗੀ ਹੁੰਦੀ ਹੈ ਉਹ ਮਿਲਦੇ ਵੀ ਉਹਨਾਂ ਨੂੰ ਨੇ ਜਿਹੜੇ ਉਹ ਫਿਲਮਾਂ ਉਹ ਜੀਆਂ ਬਣਾਉਂਦੇ ਹਮ ਹੁਣ ਸ਼ਾਇਦ ਉਹ ਹੁਣ ਸਾਡੇ ਕੋਲ ਬੰਦਾ ਆ ਜੇ ਤਾਂ ਉਹ ਵੀ ਟਰਕਾ ਕੇ ਤੋੜ ਦੇਣਾ ਅਸੀਂ ਜੇ ਕਿਸੇ ਨੂੰ ਐ ਕਹਿ ਦਈਏ ਭਾਜੀ ਰਹਿਣ ਦੋ ਬਹੁਤ ਔਖਾ ਕੰਮ ਆ ਲੈ ਇਹ ਤਾਂ ਸਾਨੂੰ ਬੰਦਾ ਕੋਈ ਨਹੀਂ ਸਾਨੂੰ ਐ ਤੋੜਦਾ ਹੁਣ ਇੱਕ ਉਹਨੂੰ ਬੰਦਾ ਆ ਜਾ ਮੇਰੇ ਨਾਲ ਭਾਜੀ ਚੱਕਰ ਹੀ ਕੋਈ ਨਹੀਂ ਐ ਕਰਾਂਗੇ ਐ ਕਰਾਂਗੇ ਇਹਨਾਂ ਨੇ ਕਹਿਣਾ ਆ ਬੰਦਾ ਫਿਰ ਅਸੀਂ ਸਾਨੂੰ ਕਹਿੰਦੇ ਆ ਵੀ ਸ਼ਾਬਾਸ਼ ਇਹਦੇ ਕੋਲੀ ਜਾ ਤੈਨੂੰ ਬਾਅਦ ਚ ਪੁੱਛਾਂਗੇ ਕਿ ਕੀ ਬਣਦਾ ਸੋ ਇਹ ਤਾਂ ਦਸਤੂਰ ਹੈ ਚੱਲਦਾ ਰਹਿਣਾ ਯਾਰ ਵੀਰੇ ਅਸੀਂ ਇੱਕ ਪੋਡਕਾਸਟ ਬਣਾ ਰਹੇ ਆ ਇਹ ਵੀ ਜੋ ਰਿਲੀਜ਼ ਕਰਦੇ ਆ ਸਾਰੇ ਪਲੈਟਫਾਰਮ ਤੇ ਸਾਨੂੰ ਹੁੰਦਾ ਵੀ ਕਿਵੇਂ ਦਾ ਜਾਊਗਾ ਕਿਵੇਂ ਚੱਲੂਗਾ ਇਹ ਤਾਂ ਇੱਕ ਦਿਨ ਦਾ ਤੁਸੀਂ ਤਾਂ ਪੂਰਾ ਸਾਲ ਸ਼ੂਟ ਕਰਕੇ ਇੱਕ ਘਰ ਬਣਾ ਕੇ ਫਿਰ ਤੁਹਾਨੂੰ ਥੋੜਾ ਬਹੁਤ ਦਾ ਸਟ्रेस ਹੁੰਦਾ ਹੋਣਾ ਨਾ ਬਈ ਥੀਏਟਰ ਚ ਲਗਣੀ 12 ਨੂੰ ਲਗਣੀ ਹੈ ਸਟ्रेस 16 ਫਬ ਨੂੰ 16 ਫਰਵਰੀ ਨੂੰ ਬਈ ਕਿਦਾਂ ਦਾ ਮਾਹੌਲ ਹੁੰਦਾ ਵੀ ਐਜ਼ ਅ ਪ੍ਰੋਡਿਊਸਰ ਐਜ਼ ਐਕਟਰ ਐਜ਼ ਅ ਪ੍ਰੋਡਿਊਸਰ ਤਾਂ ਨੀਂਦ ਨਹੀਂ ਆਉਂਦੀ ਤੁਹਾਨੂੰ ਐਂ ਲੱਗਾ ਰਹਿੰਦਾ ਹੁਣ ਕੱਲ ਇੱਕ ਨਵਾਂ ਸਿਆਪਾ ਜਾ ਛਿੜ ਗਿਆ ਉਹਦੇ ਤੇ ਲੱਗੇ ਹੋਏ ਆ ਹਨਾ ਫਿਰ ਪਤਾ ਲੱਗਾ ਥੀਏਟਰ ਚ ਲੈ ਜਾਣੀ ਕਿੰਨੀ ਔਖੀ ਹੈ ਹਨਾ ਫਿਰ ਮੈਨੂੰ ਅੱਜ ਅੱਜ ਆਪਣਾ ਪਹਿਲਾ ਪੌਡਕਾਸਟ ਆ ਭੋਲੇ ਨੂੰ ਲੈ ਕੇ ਨਾ ਮੈਂ ਸੋਚਦਾ ਜੇ ਆਵਾ ਮੈਂ ਵੀ ਕਹਾ ਕਿ ਇੰਡਸਟਰੀ ਧੱਕਾ ਕਰਦੀ ਹੈ ਧੱਕਾ ਵੀਰੇ ਸਾਰਿਆਂ ਨਾਲ ਹੀ ਹੁੰਦਾ ਮੈਂ ਵੀ ਜੇ ਕਹਾ ਕਿ ਯਾਰ ਫਿਲਮ ਲੱਗਣ ਨਹੀਂ ਦਿੰਦੇ ਐ ਨਹੀਂ ਹੁੰਦਾ ਮੈਂ ਯਾਰ ਲਈ ਜੇ ਨਹੀਂ ਲੱਗਦੀ ਤਾਂ ਤੂੰ ਤੁਸੀਂ ਕੁਸੂਰਵਾਰ ਹੋ ਮੈਨੂੰ ਇਹ ਲੱਗਦਾ ਕਿ ਜੇ ਉੱਥੇ ਨਹੀਂ ਬੌਂਦਾ ਪੀਵੀਆਰ ਹੋ ਗਿਆ ਹੈ ਸਿਨੇਮੇ ਵਾਲੇ ਕਿਹੇ ਦੇ ਥਕੇ ਨਹੀਂ ਇਹਨਾਂ ਨੇ ਤਾਂ ਪੈਸੇ ਬਣਾਉਣੇ ਇਹਨਾਂ ਨੇ ਤਾਂ ਪਾਪਕੋਰਨ ਵੇਚਣੇ ਹਨ ਤੁਸੀਂ ਜੇ ਫਿਲਮ ਵਧੀਆ ਦੇ ਦੋਗੇ ਇਹਨਾਂ ਨੇ ਤਾਂ ਲਾਉਣੀ ਹੀ ਲਾਉਣੀ ਹੈ ਤੁਹਾਡੀ ਫਿਲਮ ਦੀ ਹਾਈਪ ਹੈ ਦੈਟਸ ਓਕੇ ਹਮ ਹਾਈਪ ਬਣਾਉਣ ਦੇ ਵੀ ਪੈਟਰਨ ਬਹੁਤ ਬਦਲ ਗਏ ਹੁਣ ਚੀਜ਼ਾਂ ਦੇ ਹਨਾ ਪ੍ਰੋਮੋਸ਼ਨਸ ਨੂੰ ਲੈ ਕੇ ਹੁਣ ਮੈਂ ਇਹ ਦਿਮਾਗ 'ਚ ਇਹ ਚੱਲਦਾ ਹੁੰਦਾ ਐਜ਼ ਅ ਪ੍ਰੋਡਿਊਸਰ ਹੁਣ ਕਿਉਂਕਿ ਪਹਿਲਾਂ ਮੈਂ ਐਜ਼ ਐਕਟਰ ਕੰਮ ਕਰਦਾ ਸੀਗਾ ਮੈਂ ਉਸ ਰੈਸਟੋਰੈਂਟ ਤੋਂ ਰੋਟੀ ਖਾਣਾ ਉਸ ਰੈਸਟੋਰੈਂਟ ਤੇ ਚਾਹ ਪੀਣਾ ਜਿਹਦਾ ਖਾਣਾ ਵਧੀਆ ਹਾਂ ਇਹ ਸਿੰਪਲ ਚੀਜ਼ ਹੈ ਨਾ ਬੇਸਿਕ ਜਿਹਦੀ ਕੁਆਲਿਟੀ ਵਧੀਆ ਉਹਨੂੰ ਪ੍ਰੋਮੋਸ਼ਨ ਕਰਨ ਦੀ ਲੋੜ ਤਾਂ ਨਹੀਂ ਪੈਂਦੀ ਨਾ ਹੂੰ ਹੁਣ ਮੇਰੇ ਚੰਡੀਗੜ੍ਹ ਚ ਜਿਵੇਂ ਓਵਨ ਫਰੈਸ਼ ਆ ਚਲੋ ਇਹ ਕੋਈ ਐਡ ਤਾਂ ਨਹੀਂ ਮੈਂ ਕਰ ਰਿਹਾ ਉੱਚ ਲਾਈਨ ਲੱਗੀ ਹੁੰਦੀ ਹੈ ਵੱਡੇ ਵੱਡੇ ਅਫਸਰਾਂ ਦੀ ਮੈਂ ਵੀ ਖੜਾ ਹਾਂ ਉੱਥੇ ਖੜਾ ਨਾ ਮੈਂ ਵੀ ਖੜਾ ਹਾਂ ਨਾ ਪੈਂਤੀ ਗਿੱਲੇ ਵਾਲੇ ਪੀਸੇ ਉਹ ਨਾ ਤਾਂ ਉੱਥੋਂ ਕੋਈ ਆਰਡਰ ਲੈ ਕੇ ਜਾਂਦੇ ਨੇ ਹੂੰ ਉਹ ਦਿੰਦੇ ਵੀ ਨਹੀਂ ਕਿੰਨਾ ਚੱਲਦਾ ਉਹਨਾਂ ਦਾ ਉਹਨਾਂ ਨੂੰ ਕੋਈ ਜਾ ਕੇ ਸੰਘ ਪਾੜਨ ਦੀ ਲੋੜ ਤਾਂ ਨਹੀਂ ਪੈਂਦੀ ਉਹੀ ਮੈਨੂੰ ਲੱਗਦਾ ਫਿਲਮ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਹੜਾ ਇੰਨਾ ਬਜਟ ਬਣਾ ਰੱਖਿਆ ਹੈ ਪ੍ਰੋਮੋਸ਼ਨਸ ਦਾ ਮੈਨੂੰ ਲੱਗਦਾ ਫੇਕ ਆ ਯਾਰ ਹੂੰ ਤੁਸੀਂ ਫਿਲਮ ਵਧੀਆ ਬਣਾ ਦਿਓ ਨਾ ਲੋਕ ਸਿਆਣੇ ਆ ਉਹਨਾਂ ਨੇ ਜਾ ਕੇ ਦੇਖ ਲੈਣੀ ਹੈ ਕੁਆਲਿਟੀ ਤੇ ਕੰਮ ਕਰੋ ਨਾ ਮੈਨੂੰ ਲੱਗਦਾ ਯਾਰ ਇਹ ਸਮਾਂ ਕਦੋਂ ਆਊਗਾ ਕਿ ਜੇ ਅਸੀਂ ਫਿਲਮ ਹੀ ਵਧੀਆ ਬਣਾਤੀ ਹੁਣ ਇਸ ਤੋਂ ਬਾਅਦ ਤਾਂ ਅਸੀਂ ਕੀ ਕਰ ਸਕਦੇ ਹਾਂ ਹੂੰ ਅਸੀਂ ਕੀ ਕਰਦੇ ਹਾਂ ਫਿਲਮ ਬਣਾ ਕੇ ਉਹਦਾ ਦੀ ਪ੍ਰੋਮੋਸ਼ਨ ਦੇ ਬਜਟ ਅਸੀਂ ਵੱਡੇ ਕਰ ਲੈਣੇ ਆ ਉਹ ਥੜ 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 ਚੱਲਦਾ ਉਹਦੇ ਨਾਲ ਜਿਹੜੇ ਦੂਜੇ ਨੇ ਉਹ ਵਿਚਾਰੇ ਦਬ ਜਾਂਦੇ ਉਹਨਾਂ ਨੂੰ ਐ ਲੱਗਦਾ ਯਾਰ ਸਾਡੀ ਫਿਲਮ ਦੀ ਗੱਲ ਜੀ ਨਹੀਂ ਹੋ ਰਹੀ ਮੈਂ ਹੁਣ ਗੱਲ ਨਹੀਂ ਕਰ ਸਕਦਾ ਮੇਰੇ ਚੱਲ ਪਿਆ ਸੀ ਕਿਹੜੀ ਪਰਮਿਸ਼ਨ ਕਿੱਧਰ ਜਾਂਦੀ ਸੀ ਇਹ ਇੰਡਸਟਰੀ 'ਚ ਰਹਿਣਾ ਹਾਂ ਨਹੀਂ ਨਹੀਂ ਮੈਂ ਉਹ ਨਹੀਂ ਉਹ ਵੀ ਸਹੀ ਹੈ ਮੈਂ ਨਹੀਂ ਕਹਿੰਦਾ ਪਰ ਮੈਨੂੰ ਲੱਗਦਾ ਕਿ ਪੈਸੇ ਆ ਲਾਓ ਲਾਉਣੇ ਚਾਹੀਦੇ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਮੈਂ ਰੈਸਟੋਰੈਂਟ ਤੇ ਜਾਣਾ ਕਿੱਡੀ ਵੀ ਵਧੀਆ ਕੁਆਲਿਟੀ ਦੇਖ ਕੇ ਜਾਣਾ ਨਾ ਤੁਸੀਂ ਟ੍ਰੇਲਰ ਦੇਖੋ ਫਿਲਮ ਦਾ ਤੁਸੀਂ ਉਹ ਦੇਖੋ ਤੁਹਾਨੂੰ ਲੱਗਦਾ ਇਹ ਫਿਲਮ 'ਚ ਕੁਝ ਹੈ ਨਵਾਂ ਤੁਸੀਂ ਜ਼ਰੂਰ ਦੇਖੋ ਸਗੋਂ ਉਹਦੇ ਪੈਸੇ ਬਚਾਓ ਪ੍ਰਮੋਸ਼ਨ ਦੇ ਵੀ ਤੈਨੂੰ ਲੋੜ ਨਹੀਂ ਇੱਧਰ ਉੱਧਰ ਭੜਕਣ ਦੀ ਅਸੀਂ ਜਾ ਕੇ ਦੇਖ ਆਵਾਂਗੇ ਦੂਜਾ ਜਿਹੜਾ ਮੈਨੂੰ ਲੱਗਦਾ ਹੁੰਦਾ ਐਜ਼ ਅ ਪ੍ਰੋਡਿਊਸਰ ਜਿਹੜਾ ਮੈਂ ਖੁਦ ਸੋਚਦਾ ਗੱਲਾਂ ਕਿ ਆਪਾਂ ਸਾਊਥ ਦੀ ਗੱਲ ਬਹੁਤ ਕਰਦੇ ਹਾਂ ਸਾਊਥ ਹੈ ਸਾਊਥ ਹੈ ਇੰਡੀਆ ਕ੍ਰੋਸ ਟੈਕਨੀਕਲੀ ਵੀ ਨਾ ਤੇ ਗੱਲਾਂ ਫਿਰ ਮੈਨੂੰ ਲੱਗਦਾ ਯਾਰ ਸਾਊਥ ਦੇ ਲੋਕ ਉਹਨਾਂ ਦਾ ਸਾਥ ਬਹੁਤ ਦਿੰਦੇ ਸਾਊਥ ਦੇ ਲੋਕ ਸਿਨੇਮੇ ਤੋਂ ਬਿਨਾ ਫਿਲਮ ਨਹੀਂ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਇੰਡਸਟਰੀ ਸਾਊਥ ਹੈ ਸਾਊਥ ਇੰਡਸਟਰੀ ਵੱਡੀ ਹੋਈ ਕਿੰਨਾ ਰੁਜ਼ਗਾਰ ਮਿਲਿਆ ਉਸ ਸਟੇਟ ਨੂੰ ਤੇਲਗੂ ਦੇ ਵਿੱਚ ਹਨਾ ਜਿੰਨੇ ਵੀ ਉਹ ਤਾਮਿਲ ਨੇ ਉਹਨਾਂ ਦਾ ਬੰਦੇ ਹੁਣ ਆਪਣੇ ਮੋਸਟਲੀ ਜੇ ਮੈਂ ਕਹਾਂ ਪੰਜਾਬ ਦੀ ਇੰਡਸਟਰੀ ਕੀ ਹੈ ਖੇਤੀਬਾੜੀ ਇਸ ਤੋਂ ਸਿਵਾ ਸਾਰੇ ਬਾਹਰ ਨੂੰ ਜਾਂਦੇ ਆ ਯਸ ਜੇ ਸਾਡੀਆਂ ਇੰਡਸਟਰੀ ਫਿਲਮ ਇੰਡਸਟਰੀ ਵੱਡੀ ਹੋ ਗਈ ਕਿੰਨੀ ਜੌਬ ਹੈ ਤੇ ਇੱਥੇ ਨੌਕਰੀ ਕਿਸੇ ਨੇ ਮੰਗਣੀ ਹੀ ਨਹੀਂ ਹੁਣ ਡੀਓਪੀ ਕਿੰਨੇ ਪੈਸੇ ਲੈਂਦਾ 15 ਤੋਂ 20 ਲੱਖ ਰੁਪਈਆ ਫੀਸ ਹੈ 30 ਦਿਨ ਸ਼ੂਟ ਕਰਦਾ ਮੈਨੂੰ ਕੋਈ ਐਜੀ ਨੌਕਰੀ ਲੱਭ ਕੇ ਦਿਖਾ ਦਿਓ ਆਈਪੀਐਸ ਵੀ ਨਹੀਂ ਕਮਾਉਂਦਾ ਹੋਣਾ ਹੂੰ ਹੂੰ 20 ਲੱਖ ਰੁਪਈਆ ਮਹੀਨੇ ਦੀ ਜੇ ਇੰਡਸਟਰੀ ਵੱਡੀ ਹੋਗੀ ਫਾਇਦਾ ਕਿੰਨੂ ਹੋਊਗਾ ਆਮ ਲੋਕਾਂ ਨੂੰ ਇੱਕ ਕਰਾਊਡ ਵਾਲੇ ਪਿੱਛੇ ਜਿਹੜੇ ਭੱਜੇ ਜਾਂਦੇ ਹੁੰਦੇ ਨੇ ਮੇਲੇ ਵਾਲੇ ਸੀਨਾ ਚ ਨਾ ਚੱਕਰ ਉਤਾਰਨ ਵਾਲੇ ਜੂਨੀਅਰ ਆਰਟਿਸਟ ਕਹਿੰਨੇ ਆ ਨਾ ਉਹਦਾ ਵੀ ਮਿਨੀਮਮ ਉੱਥੇ 5000 ਪਰ ਡੇ ਆ 5000 ਪਰ ਡੇ ਮੈਨੂੰ ਕੋਈ ਲੈ ਕੇ ਦਿਖਾ ਦੇਵੇ 30 ਦਿਨ ਕੰਮ ਕਰ ਲਿਆ ਤਾਂ ਕਿੰਨਾ ਹੋ ਗਿਆ ਇਸ ਇੰਡਸਟਰੀ ਚ ਬਹੁਤ ਪੈਸਾ ਹੈ ਮੈਨੂੰ ਲੱਗਦਾ ਹੁੰਦਾ ਜੇ ਇੰਡਸਟਰੀ ਵੱਡੀ ਹੋਊਗੀ ਲੋਗੋ ਇਸ ਇੰਡਸਟਰੀ ਨੂੰ ਵੱਡਾ ਕਰਨਗੇ ਤਾਂ ਉਹਨਾਂ ਦੀ ਆਮਦਨ ਬਹੁਤ ਵਧੂਗੀ ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ 100 ਫੀਲਡ ਨੇ ਹੁਣ ਅਸੀਂ ਉਹ ਲੋਗੋ ਜਾ ਬਣਾਉਣਾ ਸੀ ਜਗਜੀਤ ਸੰਧੂ ਫਿਲਮ ਸਾਨੂੰ ਇੱਥੇ ਕੋਈ ਬੰਦਾ ਹੀ ਲੱਭ ਰਿਹਾ ਹਮ ਅਸੀਂ ਉਹ ਬੰਬੇ ਜਾਣਾ ਉਹਨੇ 50-60000 ਰੁਪਏ ਮੰਗ ਲਿਆ ਕੀ ਹੈ ਕੰਪਿਊਟਰ ਤੇ ਬਹਿ ਕੇ ਐਂ ਕਰਨਾ ਇੱਥੇ ਲੱਭ ਲੋ ਕੋ ਮੁੰਡਾ ਕਰ ਲਵੇ ਕਿੰਨੇ ਪੈਸੇ ਕਮਾਊਗਾ ਹਮ ਕੋਈ ਵੀ ਚੀਜ਼ ਹੈ ਪੋਸਟਰ ਬਣਾਉਣਾ ਛੋਟੀ ਛੋਟੀਆਂ ਚੀਜ਼ਾਂ ਨੇ ਮੈਂ ਡਿਪਾਰਟਮੈਂਟ ਹੀ ਨਹੀਂ ਦੱਸ ਸਕਦਾ ਕਿ ਕਿੰਨੇ ਨੇ ਫੂਡ ਫੂਡ ਦਾ ਕਿੰਨਾ ਕੰਮ ਹੈ ਨਾ ਉਹਦੇ ਚ ਆਰਟ ਦਾ ਕੰਮ ਕਿੰਨਾ ਹੈ ਮੇਕਅਪ ਹੋ ਗਿਆ ਫੋਕਸ ਵਾਲਾ ਉਹਨੇ ਐ ਬੈਠਾਣਾ ਸੋਫੇ ਤੇ ਇਹ ਥਾਲੀ ਜੌਬ ਕਿਤੇ ਲੱਭਣੀ ਹੈ ਕਿਤੇ ਪਹਿਲਾਂ ਵੀਰੇ ਚੌਕ ਨਾ ਕਰਦੇ ਹੁੰਦੇ ਸੀ ਨਾ ਐ ਇੱਥੇ ਨਾਲ ਕੈਮਰੇ ਦੇ ਹੁਣ ਤਾਂ ਐ ਬੈਠਾ ਹੁੰਦਾ ਉਹਨੇ ਆਉਣਾ ਐਕਟਰ ਨੇ ਆ ਕੇ ਆਪਣਾ ਟੈਂਸ਼ਨ ਜੋ ਸੀਨ ਜੇ ਬੋਲਣੇ ਉਹਨੇ ਬੈਠੇ ਨੇ ਐਂ ਜੇ ਕਰ ਦੇਣਾ 12 ਘੰਟੇ ਦੀ ਸ਼ਿਫਟ ਹੈ 7 ਤੋਂ 8000 ਉਹਦਾ ਪਰ ਡੇ ਆ ਐਨਾ ਮੈਨੂੰ ਕੋਈ ਨੌਕਰੀ ਵਾਲਾ ਕਮਾ ਕੇ ਦਿਖਾ ਦਵੇ ਮੈਂ ਰਿਕਵੈਸਟ ਕਰਦਾ ਹੁਣ ਨਾ ਬਾਈ ਬਣ ਕੇ ਇੱਧਰ ਨੂੰ ਆਓ ਇਸ ਇੰਡਸਟਰੀ ਨੂੰ ਵੱਡਾ ਕਰੋ ਕਰਨਾ ਲੋਕਾਂ ਨੇ ਹੀ ਹੈ ਜਿੱਦ ਦਿਨ ਉਹ ਜੇ ਇੰਡਸਟਰੀ ਵੱਡੀ ਹੋਊਗੀ ਤਾਂ ਰੋਜਗਾਰ ਪੈਦਾ ਹੋਣਗੇ ਐ ਨਹੀਂ ਵੀ ਅਸਲ ਚ ਹਜੇ ਸਾਡੀ ਧਾਰਨਾ ਇਹ ਹੈ ਕਿ ਆਮ ਲੋਕਾਂ ਚ ਕਿ ਫਿਲਮਾਂ ਵਾਲੇ ਵਿਲੇ ਨੇ ਹੂੰ ਹਾਂ ਐਂ ਜੀ ਲੱਗਦਾ ਹੁੰਦਾ ਵੀ ਮੈਂ ਲੰਘਣਾ ਯਾਰ ਉਹਨੇ ਜਾਈ ਜਾ ਕੇ ਤਾਲ ਕਿੱਢ ਲਈ ਹੋਵੇ ਅਜੀ ਸ਼ੂਟਿੰਗ ਤੇ ਜਾਂਦੇ ਆ ਨਾ ਕਈ ਵਾਰੀ ਉਹ ਰੋਕ ਲੈਂਦੇ ਆ ਭਾਜੀ ਸ਼ੂਟ ਚੱਲਦਾ ਉਹ ਤਾਂ ਸਾਲੇ ਹੈ ਹੀ ਵਿਲੇ ਨੇ ਮਾਰ ਕੇ ਕਿੱਕ ਜੀ ਜਾ ਕੇ ਬਾਹਰ ਹੁੰਦੇ ਨੇ ਉੱਥੇ ਜਾ ਕੇ ਤਾਲ ਖੇਡ ਰਿਹਾ ਹੁੰਦਾ ਜਿੱਦ ਦਿਨ ਤੁਸੀਂ ਸਾਊਥ ਚੇਨ ਹੀ ਹੋਊਗਾ ਸਾਤ ਨੂੰ ਇਹ ਲੱਗਦਾ ਉਹ ਕੰਮ ਕਰ ਰਹੇ ਨੇ ਉਹ ਇੰਡਸਟਰੀ ਵੱਡੀ ਹੋਈ ਆਮ ਲੋਕ ਸਾਥ ਦੇਣਗੇ ਇੰਡਸਟਰੀ ਬਹੁਤ ਵੱਡੀ ਹੋ ਜਾਊਗੀ ਯਸ ਭਾਜੀ ਮੈਂ ਦੇਖਿਆ ਮੂਵੀ ਲੱਗੀ ਰਜਨੀਕਾਂਤ ਭਾਜੀ ਦੀ ਸਰਕਾਰੀ ਛੁੱਟੀ ਉੱਥੇ ਬਈ ਸਾਰੇ ਫਿਲਮ ਦੇਖੋ ਜਾ ਕੇ ਨਹੀਂ ਹੁੰਦਾ ਕਿੱਡੀ ਘੈਂਟ ਗੱਲ ਬਾਤ ਆ ਬਈ ਕੋਈ ਐਸੀ ਫਿਲਮ ਲੱਗੇ ਬਈ ਸਾਰਿਆਂ ਨੇ ਛੁੱਟੀ ਜਾ ਕੇ ਆਮ ਪਬਲਿਕ ਦੇਖੋ ਤੇ ਉਹ ਬਹੁਤ ਰਿਸਪੈਕਟ ਵੀ ਕਰਦੇ ਆ ਆਰਟਿਸਟ ਦੀ ਹਮ ਆ ਇੱਥੇ ਦਾ ਅੱਜ ਸਟਾਰ ਆ ਕੱਲ ਨੂੰ ਪਤਾ ਨਹੀਂ ਉਹ ਚੱਤਰਪੱਲੇ ਹੋਣ ਇੱਥੇ ਕੋਈ ਮਤਲਬ ਨਹੀਂ ਕੀ ਹੋਣੀ ਪੰਜਾਬ ਚ ਵੀਰੇ ਸਾਹਮਣੋਂ ਇੱਕ ਘੈਂਟ ਗੱਲ ਕੀ ਆ ਜੇ ਪਿਆਰ ਆ ਤਾਂ ਬੜਾ ਪਿਆਰ ਕਰਦਾ ਬੜਾ ਪਿਆਰਾ ਵੀ ਹਾਰ ਹਾਂ ਜੇ 99 ਵਿੱਚ ਇੱਕ ਗਲਤੀ ਕੋਈ ਬਾਇ ਚਾਂਸ ਮਿਸਟੇਕ ਹੋ ਗਈ ਜਾਂ ਮਿਸ ਅੰਡਰਸਟੈਂਡਿੰਗ ਹੋ ਗਈ ਮਿਸ ਅੰਡਰਸਟੈਂਡਿੰਗ ਹੋ ਥੋੜੀ ਵੀ ਕੋਈ ਸਪੀਚ ਕੋਈ ਇਦਾਂ ਦੀ ਵਾਇਰਲ ਹੋ ਗਈ ਚੱਕ ਵੀ ਜੱਜਮੈਂਟ ਐਸੀ ਪੇਸ਼ ਕਰਦੇ ਆ ਨਾ ਉਹ ਪੰਗਾ ਬੜਾ ਪੈ ਜਾਂਦਾ ਪਹਿਲਾਂ ਤਾਂ ਸਭ ਕੋ ਇੰਜੋਏ ਬਹੁ ਕਰਦੇ ਹੁੰਦੇ ਸੀਗੇ ਖੱਪ ਬਹੁ ਪਾਉਂਦੇ ਹੁੰਦੇ ਸੀ ਉਦੋਂ ਕੋਣਾ ਇੰਟਰਨੈਟ ਹੁੰਦਾ ਸੀਗਾ ਨਾ ਯੂਨੀਵਰਸਿਟੀ 'ਚ ਤੇ ਹੁਣ ਸਭੋ ਜਦੋਂ ਚਾਰ ਬੰਦਿਆਂ ਨੂੰ ਮਿਲਦੇ ਆ ਐਂ ਡਰ ਲੱਗਿਆ ਰਹਿੰਦਾ ਇੱਕ ਤਾਂ ਜਦੋਂ ਮਾਲਾ ਪਾਰਟੀਆਂ ਹੁੰਦੀਆਂ ਆਪਣੀਆਂ ਹਨ ਕਿਸੇ ਦੀ ਬਰਥਡੇ ਪਾਰਟੀ ਹੋ ਗਈ ਹੁਣ ਸਾਡਾ ਸਰਕਲ ਹੁੰਦਾ ਇਹੀ ਡਰ ਲੱਗਿਆ ਰਹਿੰਦਾ ਸਾਲਾ ਕਿਸੇ ਕੋਲ ਫੋਨ ਤਾਂ ਨਹੀਂ ਕਿਸੇ ਨੇ ਸੈਜ਼ ਭਾਗੇ ਜੇ ਨਾ ਅਗਲਾ ਤਾਂ ਸਟੋਰੀ ਪਾਉਂਦਾ ਉਧਰੋਂ ਅਸੀਂ ਭਾਵੇਂ ਕੋਈ ਕੋਈ ਐਸਾ ਟਾਪਿਕ ਚੱਕਿਆ ਹੁੰਦਾ ਨਾ ਉਹ ਬੰਦ ਕਰੇ ਇਹਨੂੰ ਉਹ ਬੰਦ ਕਰੇ ਇਹਨੂੰ ਐਂ ਹੀ ਕਰੀ ਜਾਂਦੇ ਆ ਵੀ ਉਹ ਉਹ ਇੰਜੋਏ ਨਹੀਂ ਹੋ ਪਾਉਂਦਾ ਕਿਉਂਕਿ ਪਤਾ ਹੀ ਨਹੀਂ ਐਨੀ ਕਿ ਕਲਿੱਪ ਕੱਟ ਕੇ ਕਿੱਥੇ ਪਹੁੰਚ ਗਈ ਪਤਾ ਹੀ ਨਹੀਂ ਕੀ ਬਣ ਜਾਣਾ ਉਹਦੇ ਪਿੱਛੇ ਕੀ ਗੱਲ ਹੋਈ ਆ ਕਿਸੇ ਨੇ ਸੁਣੀ ਐਡਿਟਿੰਗ ਵੀ ਐਂ ਕਰਦੇ ਆ ਤੁਹਾਡੀ ਪਾਰਟੀ ਵਾਲੀ ਕਲਿੱਪ ਨੂੰ ਮੰਨ ਲਓ ਤੁਸੀਂ ਕੋਈ ਧਾਰਮਿਕ ਮੂਵੀ ਉਦੇ ਨਾਲ ਜੋੜ ਦੇਣਾ ਦੇਖੋ ਜੀ ਇੱਕ ਪਾਸੇ ਧਾਰਮਿਕ ਗਾਣਾ ਕੱਢਿਆ ਦੂਜੇ ਪਾਸੇ ਹੱਥ 'ਚ ਗਲਾਸ ਫੜਿਆ ਹੋਇਆ ਫਿਰ ਉਹ ਮਿਊਜ਼ਿਕ ਆਉਂਦਾ ਤਤ ਮੈਂ ਨਵਾਂ ਬੰਦਾ ਮੈਨੂੰ ਪਤਾ ਹੀ ਨਹੀਂ ਇੰਟਰਨੈਟ ਦਾ ਮੈਂ ਦੇਖਿਆ ਹਾਂ ਯਾਰ ਮਾੜੀ ਗੱਲ ਆ ਦੇਖੋ ਆ ਐਕਟਰ ਅੱਜ ਕੱਲ ਦੇ ਆ ਸ਼ਰਾਬ ਫੜੀ ਉਧਰ ਪਾ ਰਿਹਾ ਮਤਲਬ ਇਹ ਨਾ ਕੀ ਕਹਿੰਦੇ ਹੁੰਦੇ ਮਾਈਂਡ ਗੇਮਸ ਐਡੀਟਿੰਗ ਨਾਲੇ ਵੀ ਐ ਕਰਦੇ ਹਾਂ ਹਾਂ ਬਹੁਤ ਕਰਦੇ ਆ ਐਡੀਟਰ ਬਹੁਤ ਐਕਵਾਰਿਆ ਮੈਂ ਮੀਡੀਆ ਚੈਨਲ ਦੇ ਵੀ ਦੇਖਦਾ ਹਾਂ ਉਹਨਾਂ ਨੇ ਇਹੋ ਜਿਹਾ ਟਾਈਟਲ ਲਾਉਂਦੇ ਆ ਨਾ ਉਹੀ ਮੱਲੋ ਮੱਲੀ ਹੈ ਨਾ ਕਿਸੇ ਦੀ ਜਨਾਨੀ ਨੇ ਕੈਨੇਡਾ ਜਾ ਕੇ ਦਿੱਤਾ ਧੋਖਾ ਉਹਨੇ ਉਹਨੇ ਮਾਰੀ ਕੂਚ ਛਾਲ ਸੋਣਾ ਇਹਦਾ ਟਾਈਟਲ ਲਾਉਂਦੇ ਆ ਜਦੋਂ ਖੋਲਦੇ ਆ ਵਿੱਚ ਕੱਖ ਵੀ ਨਹੀਂ ਹੁੰਦਾ ਨਾ ਭਾਜੀ ਮੋਏ ਮੋਏ ਹੋ ਚਲੀ ਸੀ ਪਤਾ ਨਹੀਂ ਹੁੰਦਾ ਕਿ ਇਹਨੀਆਂ ਇਤਾਲੀਆਂ ਛੱਡ ਕੇ ਗਈਆਂ ਹੁੰਦੀਆਂ ਕੁਝ ਨਹੀਂ ਕਹਿ ਸਕਦੇ ਯਾਰ ਮੋਏ ਮੋਏ ਹੋ ਜਾਂਦੀ ਕਈ ਵਾਰ ਸਾਡੇ ਨਾਲ ਵੀ ਮੋਏ ਮੋਏ ਹੁੰਦੀ ਹੈ ਨਾ ਤਾਂ ਮੈਂ ਕਹਿੰਦਾ ਯਾਰ ਜਿਹੜੇ ਪੱਤਰਕਾਰੋਂ ਤਾਂ ਮੈਂ ਖਾਸ ਤੌਰ ਤੇ ਕਹਿਣਾ ਹੁੰਨਾ ਕਿਉਂਕਿ ਇਸ ਫਿਲਮ ਚ ਪੱਤਰਕਾਰ ਦਾ ਇੱਕ ਕੈਰੈਕਟਰ ਹੈ ਅੱਛਾ ਇਹ ਤੇ ਚਪੋਲੇ ਚ ਉਹ ਦੇਖਿਓ ਤੁਸੀਂ ਮੈਂ ਅੱਜ ਬਾਰੇ ਬੜੀ ਗੱਲ ਨਹੀਂ ਕਰੂਗਾ ਕਈ ਵਾਰ ਰਿਵੀਲ ਹੋ ਜਾਂਦਾ ਮੈਨੂੰ ਲੱਗਦਾ ਸੀ ਇਸ ਟੌਪਿਕ ਤੇ ਬਹੁਤ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੀ ਪੱਤਰਕਾਰ ਹੀ ਆ ਨਾ ਸਾਡੇ ਦੇਸ਼ ਚੋਂ ਕੀ ਬਣ ਗਿਆ ਤੇ ਬਣਾਈ ਕਿੰਨੇ ਆ ਅਸੀਂ ਦੇਖ-ਦੇਖ ਕੇ ਕਿਉਂਕਿ ਸਾਨੂੰ ਹਾਲਾ ਉਹ ਮਸਾਲਾ ਚਾਹੀਦਾ ਹਾਂ ਕੋਈ ਸਾਤਾਂ ਵਾਲੀ ਖਬਰਾਂ ਨਹੀਂ ਸੁਣਦਾ ਹੋਊਗਾ ਜਿਵੇਂ ਆਪਣੇ ਰਮਨ ਕੁਮਾਰ ਜੀ ਪੜ੍ਹਦੇ ਹੁੰਦੇ ਸੀ ਹਨਾ ਅੱਜ ਐ ਹੋਇਆ ਦੂਰਦਰਸ਼ਨ ਤੇ ਥਾਂ ਮਾਰਦਿਆਂ ਕੱਢ ਗਏ ਜਦ ਤੱਕ ਅਸੀਂ ਇਹ ਨਹੀਂ ਕਹਿੰਦੇ ਵੀ ਕਲੇਸ਼ ਜਿਆ ਨਹੀਂ ਪਿਆ ਜੀ ਕੋਈ ਖਬਰ ਵੀ ਨਹੀਂ ਦੱਬਦੇ ਸਹੀ ਗੱਲ ਆ ਭਾਈ ਕੋਈ ਸਿਆਣੀ ਜੀ ਗੱਲ ਕਰ ਲੋ ਅਸੀਂ ਆ ਥਾੜੋ ਇਹ ਬਹੁਤ ਆਉਂਦੇ ਨੇ ਕੋਈ ਕਿਤੇ ਲੜਾਈ ਜੀ ਪੈਂਦੀ ਹੋਵੇ ਹਨਾ ਵੇਚਦਾ ਤੂੰ ਗੋਲੀਆਂ ਜਿਹੜੀ ਵੀਡੀਓ ਜੀ ਸੀ ਇਹ ਜੀ ਅੱਜ ਤੁਸੀਂ ਲਾਉਂਗੇ ਠਾ ਲੱਭਾਂਗੇ ਅਸੀਂ ਮੀਡੀਆ ਨੂੰ ਵੀ ਆ ਹੁਣ ਮੀਡੀਆ ਦਾ ਵਿਚਾਰੇ ਸਟੂਡੀਓ ਚ ਆ ਗਏ ਨਾ ਪਹਿਲਾਂ ਗਰਾਊਂਡ ਤੇ ਜਾ ਕੇ ਸਰਚ ਕਰਦੇ ਹੁੰਦੇ ਸੀਗੇ ਖਬਰਾਂ ਲੱਭਣੀਆਂ ਵੀ ਆ ਵੀ ਆਹ ਕਪਲਾ ਹੋ ਰਿਹਾ ਆਹ ਹੁੰਦਾ ਅੱਜ ਕੱਲ ਤਾਂ ਸਟੂਡੀਓ ਚ ਬੈਠੇ ਆ ਫੋਨ ਦੇਖੀ ਜਾਂਦੇ ਆਹ ਵੀਡੀਓ ਵਾਇਰਲ ਹੋਈ ਚੱਕ ਕੇ ਲਾਉਂਦੇ ਉਹ ਤੇ ਟਾਈਟਲ ਬਣਾ ਕੇ ਤੁਸੀਂ ਖਬਰਾਂ ਆਪ ਆਉਂਦੀ ਐ ਅੱਜ ਕੱਲ੍ਹ ਜਲ ਕੇ ਤੁਸੀਂ ਨਹੀਂ ਖਬਰਾਂ ਕੋਲ ਜਾਂਦੇ ਡਿਫਰੈਂਟ ਹੋ ਗਿਆ ਬਹੁਤ ਮਾਹੌਲ ਹੁੰਦਾ ਇੰਟਰਨੈਟ ਤੁਹਾਨੂੰ ਸਾਰਾ ਸੱਚ ਲੱਗਦਾ ਜੋ ਚੱਲਦਾ ਨਹੀਂ ਨਹੀਂ ਇਹਦੇ 'ਚ ਤਾਂ ਮੈਨੂੰ ਲੱਗਦਾ ਕਿ 80% ਝੂਠ ਦੁਰਿਆ ਫਿਰਦਾ ਇਹਦੇ ਜੋ ਗੱਲਾਂ ਹੀ ਨੇ ਆ ਵਾ ਰੀਅਲ ਜ਼ਿੰਦਗੀ ਕੁਝ ਹੋਰ ਹੁੰਦੀ ਐ ਨਾ ਬਣਾ ਕੇ ਕੁਝ ਹੋਰ ਦਿਖਾਉਣੀ ਪੈਂਦੀ ਐ ਉਹੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਪੌਡਕਾਸਟ ਤੇ ਸਾਰੇ ਸਿਆਲੇ ਹੋ ਜਾਂਦੇ ਆ ਉਹ ਸਿਆਲੇ ਹੋ ਜਾਂਦੇ ਆ ਤੋਂ ਚੀਜ਼ਾਂ ਕੁਝ ਹੋਰ ਹੋ ਗਈਆਂ ਹਾਲਾਂਕਿ ਇਸਤੇਮਾਲ ਇਹਦਾ ਹੋਰ ਤਰੀਕੇ ਨਾਲ ਹੋਣਾ ਚਾਹੀਦਾ ਸੀ ਤੁਹਾਨੂੰ ਤੁਹਾਨੂੰ ਨਾ ਤਾਂ ਹੀ ਪਿਆਰ ਕਰਦਿਆ ਕਿਉਂਕਿ ਤੁਸੀਂ ਨੇਚਰਲ ਹੋ ਭੋਲਾ ਕੈਰੈਕਟਰ ਵੀ ਮੈਨੂੰ ਲੱਗਦਾ ਮੈਨੂੰ ਲੱਗਦਾ ਵੀਰੇ ਜਿਹੜਾ ਕੈਰੈਕਟਰ ਬਹੁਤ ਫੇਮਸ ਹੁੰਦਾ ਜਿਵੇਂ ਪ੍ਰਿੰਸ ਭਾਈ ਦਾ ਪੰਮਾ ਸੀ ਥੋੜਾ ਭੋਲਾ ਤੇ ਮੈਨੂੰ ਲੱਗਦਾ ਇਹ ਤੁਹਾਡੇ ਵਿੱਚ ਹੀ ਸੀਗਾ ਇੱਕ ਕਦੇ-ਕਦੇ ਤੁਸੀਂ ਉਦਾਂ ਆਮ ਵੀ ਆ ਕਈ ਵਾਰੀ ਦੇਖੋ ਅਹ ਰਹਿ ਤਾਂ ਆਪਾਂ ਪੰਜਾਬ 'ਚ ਜੰਮੇ ਇੱਥੇ ਆ ਨਾ ਬਾਕੀ ਮੈਨੂੰ ਲੱਗਦਾ ਐਕਸਪੀਰੀਅੰਸ ਹੋ ਜਾਂਦਾ ਜਦੋਂ ਕੈਰੈਕਟਰ ਨੂੰ ਫੜਨ ਦਾ ਵੀ ਕਿਵੇਂ ਹਰੇਕ ਦਾ ਆਪਣਾ ਪ੍ਰੋਸੈਸ ਹੁੰਦਾ ਮੇਰੇ ਆਪਣੇ ਫੰਡੇ ਨੇ ਕੈਰੈਕਟਰ ਤੱਕ ਪਹੁੰਚਣ ਦੇ ਪਰ ਮੈਨੂੰ ਇੰਨਾ ਜ਼ਰੂਰ ਹੁੰਦਾ ਕਿ ਉਹ ਕਨਵਿੰਸਿੰਗ ਪਾਵਰ ਆ ਕਿਸੇ ਕੈਰੈਕਟਰ ਦੀ ਉਹ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ ਇੱਕ ਸਿੰਪਲ ਦੀ ਗੱਲ ਹੈ ਇਫ ਯੂ ਡੂ ਐਕਟਿੰਗ ਇਟ ਮੀਨਸ ਨੋ ਐਕਟਿੰਗ ਹਮ ਨੋ ਐਕਟਿੰਗ ਇਜ਼ ਐਕਟਿੰਗ ਇਹ ਸਿੰਪਲ ਜੀ ਗੱਲ ਹੈ ਰੋਲਾ ਸਾਰਾ ਜਦੋਂ ਅੱਗੇ ਕੈਮਰਾ ਆ ਜਾਂਦਾ ਨਾ ਉੱਥੋਂ ਸ਼ੁਰੂ ਹੁੰਦਾ ਹੁੰਦੇ ਸਾਰੇ ਐਕਟਰ ਨੇ ਉੱਥੇ ਜਦੋਂ ਤੁਸੀਂ ਆਪਣੇ ਹੁਣ ਭੋਲਾ ਮੈਨੂੰ ਲੱਗਦਾ ਇੱਕ ਉਹ ਕੈਰੈਕਟਰ ਹੈ ਜਿਹੜਾ ਪੰਜਾਬ ਦੇ ਹਰ ਪਿੰਡ 'ਚ ਫਿਰਦਾ ਹੋਣਾ ਉਹਨੋਂ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਉਹਦੀ ਆਪਣੀ ਦੁਨੀਆ ਹੁੰਦੀ ਹੈ ਉਹਨੂੰ ਐ ਲੱਗਦਾ ਹੁੰਦਾ ਉਹ ਹੀ ਸਭ ਤੋਂ ਵੱਡਾ ਤੇ ਹਰੇਕ ਗਰੁੱਪ ਚ ਹੁੰਦਾ ਇੱਕ ਇਹ ਜਿਹੜਾ ਰੌਣਕ ਜੀ ਲਵਾਈ ਲੱਗਦਾ ਹੁੰਦਾ ਉਹਦੀ ਆਪਣੀ ਦੁਨੀਆ ਹੁੰਦੀ ਹੈ ਸੋ ਇਦਾਂ ਦੇ ਕੈਰੇਕਟਰਾਂ ਦੀ ਮੈਨੂੰ ਲੱਗਦਾ ਕਿ ਬਾਹਲਾ ਚੱਕਰਾਂ ਚ ਪੈਣ ਦੀ ਲੋੜ ਨਹੀਂ ਹੁੰਦੀ ਇਹ ਤੁਹਾਡੇ ਸਾਹਮਣੇ ਤੁਰੇ ਫਿਰਦੇ ਹੁੰਦੇ ਪਰ ਫੋਕਸ ਕਰਨਾ ਉਹਦੇ ਤੇ ਉਸ ਚੀਜ਼ ਨੂੰ ਹਾਈਲਾਈਟ ਕਰਨਾ ਉਹਦੇ ਥਰੂ ਕਹਾਣੀ ਕਹਿਣੀ ਉਹ ਚੈਲੰਜ ਹੁੰਦਾ ਹਮ ਹੁਣ ਪੋਲਾ ਜੇ ਤਾਂ ਰੀਲਾਂ ਬਣਾਉਂਦਾ ਰੀਲ ਹੁੰਦੀ ਹੈ 1 ਮਿੰਟ ਦੀ ਫਿਲਮ ਹੁੰਦੀ ਸਵਾ ਦੋ ਘੰਟੇ ਦੀ ਸਵਾ ਦੋ ਘੰਟੇ ਹੋਲਡ ਕਰਨਾ ਉਹਦੇ ਵਿੱਚ ਫਿਰ ਤੁਹਾਨੂੰ ਆਰਟ ਤਾਂ ਪਾਉਣੀ ਪੈਣੀ ਹੈ ਨਾ ਹਾਂ ਹਾਂ ਉਹਦੇ ਵਿੱਚ ਫਿਰ ਕੁਝ ਚੀਜ਼ਾਂ ਦਾ ਤੁਹਾਨੂੰ ਲਿਆਉਣੀਆਂ ਪੈਣੀਆਂ ਹੈ ਨਾ ਕਿ ਲੋਕ ਹੁਣ ਟਿਕਟ ਖਰਚ ਕੇ ਵੀ ਆਉਣਗੇ ਜੇ ਉਹਨਾਂ ਨੂੰ ਉਹ ਸਵਾਦ ਨਾ ਆਇਆ ਫਿਰ ਮਿੰਟ ਵੀ ਲਾਉਂਦੇ ਆ ਗਾਲਾਂ ਕੱਢਣ ਨੂੰ ਹਨਾ ਤਾਂ ਫਿਰ ਓਨੀ ਹੀ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ ਇੱਕ ਪਹਿਲਾ ਹਫਤਾ ਦੱਸ ਦਿੰਦਾ ਨਾ ਵੀ ਫਿਲਮ ਕਿੰਦਾ ਪਹਿਲਾ ਦਿਨ ਹੀ ਦੱਸ ਦਿੰਦਾ ਪਹਿਲਾ ਦਿਨ ਹੀ ਦੱਸ ਦਿੰਦਾ ਪਹਿਲਾ ਦਿਨ ਹੀ ਦੱਸ ਦਿੰਦਾ ਵੀ ਕਿੱਥੇ ਹੈ ਪਹਿਲੇ ਦਿਨ ਤਾਂ ਦੇਖੋ ਬਾਈ ਉਹ ਰਿਵਿਊ ਜਿਹਾ ਆਉਂਦੇ ਹੁੰਦੇ ਨੇ ਜਿਹੜੇ ਜਿਹੜੇ ਹਰ ਫਿਲਮ ਨੂੰ ਵਾਸ ਕਰ ਦੇ ਦਿੰਦੇ ਆ ਯਾਰ ਬੰਦੇ ਕਿੰਨੇ ਸੱਚ ਬੋਲਦੇ ਆ ਯਾਰ ਮੈਂ ਹੈਰਾਨ ਹੁੰਦਾ ਕਈ ਵਾਰ ਵੀ ਕਿੱਥੇ ਤੋਰੇ ਮਰਦੇ ਆ ਯਾਰ ਐਹ ਜੀਆਂ ਜੀਆਂ ਫਿਲਮਾਂ ਨੂੰ ਨਾ ਮਤਲਬ ਵੀ ਗਾ ਹੀ ਪਾ ਦਿੰਦੇ ਆ ਉਹ ਤਾਂ ਨਾਤਬਾਰ ਕਰਿਆ ਕਰੋ ਬਾਈ ਉਹ ਤਾਂ ਟੀਮ ਭੇਜ ਦਿੰਦੇ ਆ ਵੀ ਜਾਓ ਜਾ ਕੇ ਪਤਾ ਕਰਕੇ ਆਓ ਇਹ ਤਾਂ ਮੈਂ ਸਾਫ਼ ਕਰਨਾ ਵੀ ਜਦ ਤੱਕ ਤੁਸੀਂ ਆਪ ਨਹੀਂ ਦੇਖਦੇ ਫਿਲਮ ਤੇ ਕੋਈ ਭਰੋਸਾ ਨਹੀਂ ਰਿਵਿਊ ਪਹਿਲੀ ਇੱਕ ਆ ਵੀ ਸੱਚ ਯਾਦ ਆ ਗਈ ਸਾਡੇ ਕ੍ਰਿਟਿਕਸ ਨਹੀਂ ਹੈਗੇ ਫਿਲਮਾਂ ਦੇ ਜਿਹੋ ਕ੍ਰਿਟਿਕਸ ਉਹ ਕਰਦੇ ਨੇ ਫਿਲਮ ਦਾ ਉਹ ਬਾਅਦ ਚ ਪ੍ਰੋਮੋਸ਼ਨ ਕਰਨ ਲੱਗ ਜਾਂਦੇ ਫਿਰ ਉਹਨਾਂ ਨੂੰ ਗਾਣਾ ਪੈਂਦੀ ਆ ਉਸ ਤੋਂ ਬਚਣਾ ਚਾਹੀਦਾ ਮੈਂ ਕਹਿੰਦਾ ਜੇ ਕਿਸੇ ਨੇ ਆਉਣਾ ਹੈ ਫਿਲਮਾਂ ਦੀ ਲਾਹ ਪਾਕ ਕਰਨ ਉਹਦਾ ਇੱਕੋ ਕੰਮ ਹੋਣਾ ਚਾਹੀਦਾ ਲਾਹ ਪਾਕ ਕਰਨੀ ਉਹਨੂੰ ਕਿਸੇ ਦਾ ਫੋਨ ਨਹੀਂ ਚੱਕਣਾ ਚਾਹੀਦਾ ਤੇ ਉਹਨੂੰ ਕੋਈ ਪ੍ਰੋਮੋਸ਼ਨ ਨਹੀਂ ਕਰਨੀ ਚਾਹੀਦੀ ਉਹਨੂੰ ਕੋਈ ਹੋਰ ਕੰਮ ਨਹੀਂ ਕਰਨਾ ਚਾਹੀਦਾ ਇੱਥੇ ਪੰਗਾ ਕੀ ਹੁੰਦਾ ਕਰਦੇ ਨੇ ਸ਼ੁਰੂ ਉੱਥੋਂ ਕਰਦੇ 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 ਬਿਜ਼ਨਸ ਬਣ ਜਾਂਦਾ ਫਿਰ ਜਦੋਂ ਮਾੜੀ ਫਿਲਮ ਨੂੰ ਵਧੀਆ ਕਹਿ ਦਿੰਦੇ ਆ ਫਿਰ ਲੋਕ ਛੱਡਦੇ ਥੋੜੀਏ ਲੋਕਾਂ ਨੇ ਤਾਂ 150 ਰੁਪਏ ਦਿੱਤਾ ਆ ਬਈ ਜਾਲ ਤਾਂ ਲਹਿਣ ਗਈ ਕਿ ਆ ਤੇਰੇ ਕਹਤੇ ਗਏ ਸੀ ਅਸੀਂ ਸਮਝ ਰਹੇ ਹੋ ਹਿੰਦੀ ਦੇ ਵਿੱਚ ਮੈਨੂੰ ਇਹ ਵਧੀਆ ਲੱਗਦਾ ਕਿ ਉੱਥੇ ਫਿਲਮ ਨੂੰ ਮਾੜਾ ਕਹਿਣ ਵਾਲੇ ਬਹੁਤ ਹੁੰਦੇ ਹਾਂ ਪੰਜਾਬੀ 'ਚ ਕੋਈ ਨਹੀਂ ਹੈਗਾ ਪੰਜਾਬੀ ਦਾ ਬੱਸ ਚੱਲੇ ਹਰੇਕ ਨੂੰ ਗ੍ਰੈਮੀ ਹਰੇਕ ਨੂੰ ਓਸਕਰ ਸਭ ਨੂੰ ਦੇ ਦਿੰਨੇ ਵੀ ਉਹਦੇ ਨਾਲ ਦੀ ਤਾਂ ਕੋਈ ਹੈ ਹੀ ਨਹੀਂ ਹਾਂ ਤੇ ਮੈਨੂੰ ਲੱਗਦਾ 2 ਤੋਂ 3 2 ਤੋਂ 3 ਘੱਟ ਨੇ ਮੈਨੂੰ ਲੱਗਦਾ ਮਿਨੀਮਮ 10 ਬੰਦੇ ਹੋਣੇ ਚਾਹੀਦੇ ਆ ਜਿੰਨਾ ਤੇ ਆਮ ਲੋਕਾਂ ਦਾ ٹرسٹ ਹੋਣਾ ਚਾਹੀਦਾ ਕਿ ਇਹ ਨਹੀਂ ਵਿਗਦੇ ਇਹ ਫਿਲਮ ਦੀ ਜਿੱਦਾਂ ਦੀ ਮਰਜ਼ੀ ਹੋਵੇ ਉਹਨਾਂ ਨੂੰ ਸਹੀ ਰਿਵਿਊ ਦੇਣੇ ਚਾਹੀਦੇ ਆ ਫੇਰ ਫਿਲਮਾਂ ਦੇਖੋ ਬਣਦੀਆਂ ਹੂੰ ਫੇਰ ਫਰਕ ਪਾਊਗਾ ਫੇਰ ਜਦੋਂ ਪ੍ਰੋਮੋਸ਼ਨ ਤੇ ਆ ਜਾਂਦੇ ਫੇਰ ਚੀਜ਼ਾਂ ਫੇਰ ਗੜਬੜ ਜਾਂਦੀਆਂ ਭਾਈ ਪੰਜਾਬ 'ਚ ਪਤਾ ਕੀ ਆ ਕ੍ਰਿਟਿਕਸ ਦਾ ਕੀ ਰੋਲ ਆ ਉਧਰੋਂ ਸਿੰਗ ਉਹਦਾ ਹੀ ਫੋਨ ਹੋਣਾ ਸਿੱਧਾ ਐਕਟਰ ਦਾ ਹਾਂ ਓਏ ਹਾਂ ਕੀ ਕਰਾਂ ਉਹ ਤਾਂ ਆਊਗਾ ਨਾ ਤੇਰਾ ਸੌਰੀ ਗਾਰ ਗਾਰ ਸੀ ਕਹਾ ਤੇਰੀ ਟੈਂਟ ਫੋੜੀ ਚੱਕ ਕੇ ਲੈ ਜਣੀ ਆਂ ਨਹੀਂ ਐਂ ਐਂ ਕਰਨਗੇ ਫੂਲ ਟੈਂਡ ਫੋੜੀ ਤਾਂ ਚੱਕੂਗੇ ਅੱਗੋਂ ਜੇ ਮਾਤੜ ਹੋਇਆ ਹਾਂ ਸਮਝ ਰਹੇ ਹੋ ਮੇਰੀ ਗੱਲ ਮੈਂ ਕੀ ਕਹਣਾ ਹਾਂ ਹਾਂ ਜੀ ਜੀ ਸਮਝ ਗਿਆ ਜਦੋਂ ਅੱਗੋਂ ਵੀ ਟੈਂਡ ਫੋੜੀ ਉਹਦੀ ਚੱਕੀ ਜਾਂਦੀ ਹੁੰਦੀ ਹੈ ਜਿਹੜਾ ਮਾਤੜ ਹੋਊਗਾ ਜਿਹਦੇ ਅੱਗੋਂ ਬਰਾਬਰ ਦਾ ਹੋਇਆ ਨਾ ਬਾਈ ਉਹਦੀ ਟੈਂਡ ਫੋੜੀ ਚੱਕਣੀ ਔਕੀ ਹੋ ਜਾਂਦੀ ਹੂੰ ਹਾਂ ਐ ਨਹੀਂ ਕੋਈ ਕਿਸੇ ਦੀ ਚੱਕ ਸਕਦਾ ਇਹ ਪੰਜਾਬ ਹੈ ਇੱਥੇ ਸਾਰੀ ਸ਼ੇਰ ਨੇ ਹੂੰ ਹੂੰ ਕੋਈ ਛੋਟਾ ਨਹੀਂ ਹੈ ਨਾ ਹਾਂ ਹਾਂ ਐ ਤਾਂ ਹੁੰਦਾ ਨਹੀਂ ਵੀ ਕੋਈ ਐ ਕੋਈ ਚੱਕ ਲੂ ਕੁਝ ਨਹੀਂ ਹੁੰਦਾ ਹੁੰਦਾ ਇੱਕੋ ਗੱਲ ਤੇ ਤੁਸੀਂ ਮਰੋਗੇ ਉਹ ਪੈਸਾ ਹੂੰ ਉਹ ਬਾਈ ਮੜਾ ਵਧੀਆ ਗੈਰੀ ਫਿਲਮ ਨੂੰ ਇੰਨੇ ਹੀ ਗਮ ਹੁੰਦਾ ਇੰਨੇ ਪੈਸੇ ਇੱਥੇ ਬੰਦਾ ਫਸ ਜਾਂਦਾ ਜਦੋਂ ਬੰਦਾ ਵਧੀਆ ਕਰ ਰਹੂਗਾ ਜਦੋਂ ਇਹਨੂੰ ਧਰਮ ਇਮਾਨ ਨਾਲ ਸਮਝੂਗਾ ਫਿਰ ਤੁਸੀਂ ਫਿਲਮਾਂ ਦੇਖੋ ਬੰਦੀਆਂ ਹੂੰ ਕੀਆ ਵਾਦਾ ਘੈਂਟ ਜੀ ਗੱਲ ਕਹੀ ਹੈ ਬਾਈ ਨੇ ਧਿਆਨ ਨਾਲੇ ਨੋਟ ਕਰ ਲਓ ਨੋਟ ਕਰ ਲਓ ਸਾਰੇ ਸੁਣਨ ਵਾਲੀ ਗੱਲ ਆ ਇਹ ਹੁਣ ਤਾਂ ਚਲੋ ਸਾਰੇ ਬਿਜ਼ੀ ਨੇ ਤੁਹਾਡੇ ਯਾਰ ਦੋਸਤ ਜਾਂ ਨਾਲ ਦੇ ਕਲੀਗਜ਼ ਕੋਈ ਬਿਜ਼ਨਸ ਦੇ ਵੇਲੇ ਹੀ ਬੈਠਿਆ ਯਾਰ ਮੈਨੂੰ ਪੌਡਕਾਸਟ ਸਿਆਣੀ ਗੱਲ ਕਰ ਲੰਦੋ ਹਾਂ ਆਪਸੇ ਆਨੇ ਜੋ ਕੀ ਕਰਦੇ ਸੀਰੀਅਸ ਹੋ ਕੇ ਉਹ ਜਿਵੇਂ ਉਹਨੇ ਐਕਟਿੰਗ ਕੀਤੀ ਜਿਦ ਤੇਰੇ ਉਹਦੇ ਚ ਕੌਣ ਸੀ ਤੇਰਾ ਪੌਡਕਾਸਟ ਸੀਗਾ ਉਹਨੇ ਬਿੱਲੂ ਨੇ ਬਿੱਲੂ ਮੈਨੂੰ ਪਤਾ ਨਹੀਂ ਵੀਰੇ ਹੈ ਤੇਰਾ ਨਹੀਂ ਸੀ ਪੌਡਕਾਸਟ ਭਾਈ ਹਾਂ ਜਿਹੜਾ ਬਿੱਲੂ ਨਾਮ ਵਾਲੀ ਬਿੱਲੂ ਹਾਂ ਤੂੰ ਉਹਨੂੰ ਕਿਹਾ ਸੀ ਨਾ ਵੀਏ ਗੁੱਸੇ ਹੋਣ ਦਾ ਐਕਸਪ੍ਰੈਸ਼ਨ ਕਹਿੰਦਾ ਐਕਸਪ੍ਰੈਸ਼ਨ ਆ ਯਾਰ ਮੈਨੂੰ ਬੜਾ ਵਧੀਆ ਲੱਗਾ ਸੀ ਕੋਲਾ ਜੀ ਦਿਲ ਦਾ ਦਮ ਹੀ ਵਾਸਾ ਯਾਰ ਐਂਦਾ ਬੰਦੇ ਮੈਨੂੰ ਵਧੀਆ ਲੱਗਦੇ ਆ ਹਨਾ ਉਹ ਸਾਫ਼ ਹੁੰਦੇ ਆ ਦਿਲ ਦੇ ਹਾਂ ਹਾਂ ਇਹ ਜੇ ਬੰਦਿਆਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਦਿਲੋਂ ਇਹ ਜੇ ਆ ਹਾਂ ਲੋਕ ਚੱਲ ਉਹਦੇ ਬਾਰੇ ਕੀ ਸੋਚਦੇ ਆ ਇਹ ਵੱਖਰੀ ਗੱਲ ਹੈ ਜਦੋਂ ਮਾਰਕੀਟ ਫੀਲਡ 'ਚ ਆਉਂਦੇ ਆ ਪਰ ਉਹਨਾਂ ਦਾ ਸਾਹਮਣਾ ਵੀ ਤੁਹਾਨੂੰ ਕਰਨਾ ਚਾਹੀਦਾ ਯੈਸ 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 ਜੇ ਤੁਸੀਂ ਸਾਹਮਣਾ ਨਹੀਂ ਕਰਨਾ ਚਾਹੁੰਦੇ ਫਿਰ ਆਪਣੀਆਂ ਪ੍ਰੋਫਾਈਲਾਂ ਤੁਸੀਂ ਪ੍ਰਾਈਵੇਟ ਕਰ ਲਓ ਯੈਸ ਯੈਸ ਇਹ ਮੈਂ ਕਹਿੰਦਾ ਉਹਨਾਂ ਜੇ ਕੋਈ ਹੁਣ ਮੈਨੂੰ ਵੀ ਕਮੈਂਟ ਆ ਜਾਂਦੇ ਨੇ ਫਿਰ ਮੱਥੇ ਹੋਣੇ ਚਾਹੀਦੇ ਠੀਕ ਆ ਹਾਂ ਕਿਉਂਕਿ ਜੇ ਦਿਖਦੇ ਪਏ ਆ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਆ ਸਾਨੂੰ ਇਹ ਵੀ ਚੱਲਣਾ ਪੈਣਾ ਵੀ 2000 ਠੀਕ ਆ ਮੈਂ ਕੋਈ ਚਵਲ ਮਾਰੂੰਗਾ ਤਾਂ ਮੈਂ ਕੋਈ ਲੋਕ ਮੈਨੂੰ ਕਹਿਣਗੇ ਵੀ ਇਹ ਮਾੜੀ ਗੱਲ ਆ ਮੈਨੂੰ ਸਿਰ ਮਰਤ ਲੈਣਾ ਚਾਹੀਦਾ ਬਈ ਮੈਂ ਥੋੜੀ ਕਹੂੰਗਾ ਤੁਸੀਂ ਗੱਲ ਤੋਂ ਹੂੰ ਉਹ ਤਾਂ ਉਹਨਾਂ ਨੇ ਤੁਹਾਨੂੰ ਜੱਜ ਕਰਨਾ ਜਿਵੇਂ ਤੁਸੀਂ ਕੰਮ ਕਰੋਗੇ ਮੈਂ ਸਵਾਲ ਭੁੱਲ ਜਾਣਾ ਹਾਂ ਆ ਜਾ ਸੀਰੀਅਸ ਹੋ ਗਏ ਠੀਕ ਆ ਥੀਏਟਰ ਵਾਲੇ ਨਾ ਪਹਿਲਾਂ ਬਹੁਤ ਬੇਲੇ ਰਹੇ ਨੇ ਬੜੀ ਪੇਸ਼ੈਂਸ ਮੈਂ ਦੇਖੀ ਆ ਵੀ ਆਡੀਸ਼ਨ ਦੇ ਕੇ ਆਉਣੇ ਘਰੇ ਕੋਈ ਨਾ ਨਾ ਹੋਊਗਾ ਘਰੇ ਫੋਨ ਮੰਮੀ ਨਹੀਂ ਨਹੀਂ ਸਭ ਘੈਂਟ ਚੱਲਦਾ ਪਿਆ ਕੋਈ ਚੱਕਰ ਨਹੀਂ ਅੱ ਕਿਉਂਕਿ ਨਾ ਮੈਂ بڑے ਪੇਸ਼ੈਂਟਸ ਵਾਲੇ ਦੇਖੇ ਨੇ ਜਿਹੜੇ ਘੈਂਟ ਐਕਟਰ ਨੇ ਕਿਉਂਕਿ ਉਹਨਾਂ ਨੇ ਮਜਬੂਰੀਆਂ ਸਾਰਾ ਕੁਝ ਦੇਖਿਆ ਹੁੰਦਾ ਵਾ ਉਹ ਕਿਸੇ ਨੂੰ ਦੱਸਦੇ ਨਹੀਂ ਹੂੰ ਬਈ ਠੀਕ ਹੋ ਜਾਣਾ ਵਾ ਸਾਰਾ ਕੁਝ ਹੱਲਾਸ਼ਰੀ ਸਾਰਨ ਨਹੀਂ ਦਈਣੀ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੱਲਦਾ ਪਿਆ ਵਾ ਬਈ ਉਹ ਮਾਹੌਲ ਵੀ ਤੁਸੀਂ ਦੇਖਿਆ ਹੋਇਆ ਆਲੇ ਦੁਆਲੇ ਆਪਣੇ ਹਾਂ ਮੋਸਟਲੀ ਮੈਂ ਤਾਂ ਵਾਵਾ ਦੇਖੇ ਕਿਉਂਕਿ ਉਹੀ ਮੈਂ ਗੱਲ ਜਦੋਂ ਮੈਂ ਛੋਟਾ ਸੀ ਮੇਰੇ ਆਲੇ ਦੁਆਲੇ ਐਨਐਸਡੀ ਐਨ ਸੀਗੇ ਨਾ ਸਾਰੇ ਤਾਂ ਉਹ ਵਿਚਾਰੇ ਪਹਿਲੀ ਗਲਤ ਉਹ ਉਹ ਬਣ ਜਾਂਦੇ ਆ ਸਭ ਤੋਂ ਵੱਡੀ ਹੈ ਜਿਹੜੀ ਮੈਨੂੰ ਲੱਗਦੀ ਕਿ ਮੈਂ ਇਹ ਚੀਜ਼ ਨਹੀਂ ਕਰਨੀ। ਥੀਏਟਰ ਬਾਰੇ ਮੈਂ ਖੋ ਥੀਏਟਰ ਚ ਰਹਿਆ ਬਹੁਤ ਟਾਈਮ ਜਜਮੈਂਟਸ ਲਾਈਆਂ ਹੋਈਆਂ ਨੇ ਲੋਕਾਂ ਨੇ ਕੁਝ ਇਹਨਾਂ ਬਾਰੇ ਤੇ ਇਹਨਾਂ ਨੇ ਇੰਡਸਟਰੀ ਬਾਰੇ। ਉਹ ਮੈਨੂੰ ਲੱਗਦਾ ਉਹ ਉਹ ਖਤਮ ਕਰਨਾ ਚਾਹੀਦਾ। ਕਿ ਸਾਨੂੰ ਘਰੇ ਬੈਠੇ ਹੁਣ ਇੱਕ ਬਹੁਤ ਵਧੀਆ ਐਕਟਰ ਹੈ ਮੰਨ ਲਓ। ਇੱਕ ਤੋਂ ਇੱਕ ਬੈਠਿਆ ਦੁਨੀਆ ਦਾ ਜੇ ਉਹ ਪਿੰਡ ਘਰੇ ਬੈਠਾ ਉਹ ਮਾਰਕੀਟ 'ਚ ਨਹੀਂ ਆਇਆ ਤਾਂ ਉਹ ਮਾਰਕੀਟ ਨੂੰ ਘਰੇ ਬੈਠਾ ਗਾਣਾ ਕੱਢੀ ਜਾਂਦਾ। ਹੂੰ ਕੌਣ ਗਲਤ ਹੈ? ਉਹੀ ਗੱਲ ਤਾਂ ਉਹ ਮਾਰਕੀਟ ਚ ਆਉਣਾ ਉਹਨੂੰ ਆਉਣਾ ਚਾਹੀਦਾ ਨਾ ਵਿੱਚ ਬੈ ਕੇ ਚ ਇਹਨੂੰ ਚੀਜ਼ਾਂ ਦਾ ਪਤਾ ਲੱਗਦਾ ਹੁਣ ਥੀਏਟਰ ਵਾਲਿਆਂ ਬਾਰੇ ਕਿ ਮੈਂ ਕਹਾ ਕਿ ਉਹ ਫਿਲਮ ਇੰਡਸਟਰੀ ਬਾਰੇ ਇਹ ਕਹਿੰਦੇ ਰਹਿੰਦੇ ਆ ਕਿ ਇੱਥੇ ਯਾਰ ਸਾਨੂੰ ਕੋਈ ਲੈਂਦਾ ਨਹੀਂ ਜਾਂ ਮੈਨੂੰ ਇਹ ਲੱਗਦਾ ਕਿ ਇਹ ਉਹਨਾਂ ਨੂੰ ਲੈ ਲੈਂਦੇ ਨੇ ਜਿਨ੍ਹਾਂ ਦੇ ਵਿਊ ਵੱਧ ਨੇ ਉਹ ਵਿਅਦਧ ਨੇ ਇਹ ਮੈਨੂੰ ਲੱਗਦਾ ਬੇਸਲੈਸ ਗੱਲ ਹੈ ਜੇ ਤੁਹਾਡੇ ਚ ਦਮ ਹੈ ਜੇ ਤੁਹਾਡੇ ਚ ਕਲਾ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਹੂੰ 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 ਬੰਬੇ ਤਾਂ ਇਹ ਹਾਲਾਤ ਹੋਏ ਪਏ ਨੇ ਬੈਟਰੀਆਂ ਲੈ ਲੈ ਲੱਭਦੇ ਆ ਦਿੱਲੀ ਡੇਲੀ ਦੇ ਐਨੇ ਆਡੀਸ਼ਨਸ ਆਉਂਦੇ ਆ ਤੁਸੀਂ ਉੱਤੇ ਖੜੇ ਹੀ ਨਹੀਂ ਉੱਤਰ ਪਾਉਂਦੇ ਮੋਸਟਲੀ ਮੈਂ ਦੇਖਦਾ ਥੀਏਟਰ ਵਾਲਿਆਂ ਨੂੰ ਆਡੀਸ਼ਨ ਦੇਣ ਦਾ ਨਹੀਂ ਪਤਾ ਲੱਗਦਾ ਅੱਗੋ ਕਹਿੰਦੇ ਯਾਰ ਮੇਰੋ ਆਡੀਸ਼ਨ ਹੀ ਦਿੱਤਾ ਜਾਂਦਾ ਫੇਰ ਬਈ ਇਸ ਫੀਲਡ 'ਚ ਨਾ ਆਓ ਹੋਰ ਤਾਂ ਕੋਈ ਹੱਲ ਹੀ ਹੈ ਨਹੀਂ ਹਾਂ ਪਤਾ ਆ ਲੋਕ ਤਾਂ ਬਹੁਤ ਬਹੁਤ ਆਡੀਸ਼ਨ ਦਿੱਤਾ ਮੈਨੂੰ ਲੱਗਦਾ ਕਿ ਮੇਰਾ ਇਹ ਕੌਨਫੀਡੈਂਸ ਆ ਮੈਨੂੰ ਚਲੋ ਇੱਥੇ ਤਾਂ ਆਪਾਂ ਵਧੀਆ ਕੰਮ ਕਰਦੇ ਆ ਪੰਜਾਬ 'ਚ ਕਿ ਮੈਂ ਸਭ ਤੋਂ ਬੈਸਟ ਆਡੀਸ਼ਨ ਦਿੰਨਾ ਤੇ ਮੈਨੂੰ ਇਹ ਕੰਪਲੀਮੈਂਟ ਹਮੇਸ਼ਾ ਮਿਲਦਾ ਬੰਬੇ ਤੋਂ ਹਮ ਵਿੱਚ ਚਾਹੇ ਫਿਲਮ ਵਿੱਚ ਮੈਨੂੰ ਰੱਖਣ ਨਾ ਰੱਖਣ ਇੱਕ ਕਾਲ ਜ਼ਰੂਰ ਆਉਂਦੀ ਹੈ ਮੈਨੂੰ ਡਾਇਰੈਕਸ਼ਨ ਟੀਮ ਵੱਲੋਂ ਕਿ ਅਹੇਜਾ ਸਾਲਾ ਆਡੀਸ਼ਨ ਨਹੀਂ ਦੇਖਿਆ ਹੁਣ ਕਿਉਂਕਿ ਮੈਂ ਬਹੁਤ ਸ਼ਿੱਦਤ ਨਾਲ ਬਣਾਉਣਾ ਤੁਹਾਨੂੰ ਆਡੀਸ਼ਨ ਹੀ ਇੱਕ ਸਾਧਨ ਹੈ ਜਿਹੜਾ ਤੁਹਾਨੂੰ ਉਸ ਤੱਕ ਲਿਜਾ ਸਕਦਾ ਤੁਹਾਨੂੰ ਕਲਾ ਨੂੰ ਕਿਸੇ ਡਾਇਰੈਕਟਰ ਨੇ ਤੁਹਾਨੂੰ ਦੇਖਣਾ ਤਾਂ ਉਹ ਤੋਂ ਹੀ ਦੇਖਣਾ ਹਾਲਾਂਕਿ ਪੰਜਾਬੀ 'ਚ ਘੱਟ ਹੁੰਦੇ ਹੈ ਨੋ ਡਾਊਟ ਬਟ ਇੱਥੇ ਹੋਰ ਸਾਧਨ ਬਹੁਤ ਨੇ ਮੁੰਡੇ YouTube ਤੇ ਕੰਮ ਕਰਦੇ ਆ ਥੋੜੇ ਜਿਹੀ ਅੱਖਾਂ ਅੱਗੇ ਆ ਜਾਂਦੇ ਆ ਫਿਰ ਉਹਨਾਂ ਨੂੰ ਇੱਕ ਚਾਂਸ ਮਿਲਦਾ ਮੌਕਾ ਵੱਜ ਜਾਂਦਾ ਦੂਤਾ ਹੋ ਗਿਆ ਜਿਵੇਂ ਹਨਾ ਉਹ ਮੈਨੂੰ ਵਧੀਆ ਲੱਗਦਾ ਐਕਟਰ ਉਹ YouTube ਤੇ ਮੁੰਡਾ ਕੰਮ ਕਰਦਾ ਹਨਾ ਉਹ ਮੈਨੂੰ ਮਿਲਿਆ ਵੀ ਸੀਗਾ ਮੈਂ ਉਹਨੂੰ ਕਿਹਾ ਵੀ YouTube ਠੀਕ ਐ ਹੁਣ ਤੂੰ ਫਿਲਮਾਂ ਆ ਲੈ ਮੂਵ ਕਰ ਹੂੰ ਹੂੰ ਕਈ ਵਾਰ ਗਾਈਡੈਂਸ ਵੀ ਹੋਣੀ ਬਹੁਤ ਜ਼ਰੂਰੀ ਐ ਨਾ ਕਿ ਫਿਲਮਾਂ ਵੱਡੀ ਮਾਰਕੀਟ ਐ ਤੂੰ ਇਹਦੇ ਚ ਵੀ ਆ ਤੂੰ ਬਹੁਤ ਵਧੀਆ ਐਕਟਰ ਐ ਬਹੁਤ ਕਮਾਲ ਕਰੇਗਾ ਅੱਗੇ ਅੱਗੇ ਹੁਣ ਜਦੋਂ ਅ ਇਹ ਗੈਪ ਆ ਗਿਆ ਵਿੱਚ ਹੂੰ ਇਹ ਕਹੀ ਜਾਂਦੇ ਆ ਕਿ ਉਹ ਲੈਂਦੇ ਨਹੀਂ ਉਹ ਕਹਿੰਦੇ థియేਟਰ ਵਾਲੇ ਨਿੰਦ ਦੇ ਬਹੁਤ ਨੇ ਤੇ ਮੈਨੂੰ ਲੱਗਦਾ ਇਹ ਉਹ ਐ ਕਿੰਨੇ ਨੇ ਮਿਸ ਕਿ ਇੰਗਲਿਸ਼ ਕਿ ਮਿਸ ਕਮਿਊਨੀਕੇਸ਼ਨ ਜਾਂ ਉਹ ਆਈਸ ਬ੍ਰੇਕ ਹੋਣੀ ਚਾਹੀਦੀ ਆ ਬ੍ਰੇਕ ਹੋਣੀ ਚਾਹੀਦੀ ਆ ਉਹਨਾਂ ਨੂੰ ਵੀ ਥੋੜਾ ਜਿਆ ਢਿੱਲੇ ਹੋਣਾ ਪੈਣਾ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਅੱਗੇ ਜਿਹੜਾ ਜ਼ਮਾਨਾ ਆਉਣਾ ਐਕਟਰਾਂ ਦਾ ਹੀ ਐ ਯੈਸ ਹੁ ਆ ਹੀ ਗਿਆ ਵੈਸੇ ਤਾਂ ਆ ਹੀ ਗਿਆ ਇਹਦੇ 'ਚ ਕੋਈ ਡਾਊਟ ਹੀ ਨਹੀਂ ਜਦ ਮੈਨੂੰ ਕੰਮ ਮਿਲ ਸਕਦਾ ਮੈਂ ਥੀਏਟਰ 'ਚੋਂ ਆਇਆ ਹਾਂ ਮੈਂ ਕਿਵੇਂ ਕਹਿ ਸਕਦਾ ਕਿ ਥੀਏਟਰ ਵਾਲਿਆਂ ਨੂੰ ਮੌਕੇ ਨਹੀਂ ਮਿਲਦੇ ਅੱਜ ਮੈਂ ਸਾਰੀ ਗੇਮ ਪਾਵਰ ਦੀ ਐ ਤੁਸੀਂ ਛੋਟਾ ਨਾ ਨਾ ਸੋਚੋ ਵੱਡਾ ਸੋਚੋ ਨਾ ਤੁਸੀਂ ਇਸ ਚੀਜ਼ ਨੂੰ ਸਮਝੋ ਸੁਪਨੇ ਤੋਂ ਬਾਅਦ ਮੈਂ ਕੋਈ ਫਿਲਮ ਨਹੀਂ ਕੀਤੀ ਪੰਜਾਬੀ 3 ਸਾਲ ਦਾ ਗੈਪ ਸੀ 3 ਸਾਲਾਂ ਬਾਅਦ ਤੂਫਾਂਗ ਆਈ ਸੀ ਹੂੰ ਉਹ 3 ਸਾਲ ਚ ਮੈਂ ਕੀ ਸਿੱਖਿਆ ਇਹ ਮੇਰਾ ਪ੍ਰੋਸੈਸ ਹੈ ਮੈਨੂੰ ਲੱਗਿਆ ਕਿ ਪਾਵਰ ਹੱਥ ਚ ਕਿਵੇਂ ਲੈਣੀ ਹੈ ਮੇਰੇ ਕੋਲ ਜੋ ਆਈਡੀਆ ਹੈ ਮੈਂ ਲੋਕਾਂ ਨੂੰ ਦੇ ਦੇਣਾ ਮੈਂ ਡਾਇਰੈਕਟਰ ਨੂੰ ਜਾ ਕੇ ਕਹਦਾ ਨਾ ਭਾਜੀ ਇਹ ਕੈਰੇਕਟਰ ਇਦਾਂ ਦਾ ਬਣਾਉਨੇ ਆ ਉਹਨਾਂ ਨੇ ਆਪਣੀ ਫਿਲਮ ਚ ਪਾ ਕੇ ਪੈਸੇ ਕਮਾ ਲਈ ਹੂੰ ਆਈਡੀਆ ਤਾਂ ਸਾਡਾ ਸੀਗਾ ਕੈਰੇਕਟਰ ਸਾਡਾ ਡਿਜ਼ਾਈਨ ਕੀਤਾ ਹੋਇਆ ਸੀ ਕਿਉਂ ਨਾ ਯਾਰ ਮੈਂ ਸੋਚਿਆ ਕਿ ਪਾਵਰ ਹੱਥ ਲੈਣ ਦਾ ਮਤਲਬ ਵੀ ਆਪ ਚੀਜ਼ਾਂ ਬਣਾਈਏ ਟੀਮ ਬਣਾਈਏ ਕੋਣ ਸੀ ਟੀਮ ਬਣਾਈ ਮੈਨੂੰ ਆਪਣੀ ਟੀਮ ਤੇ ਪੂਰਾ ਭਰੋਸਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਅਸੀਂ ਗਾ ਬਾ ਦਾਂਗੇ ਆਲਰੇਡੀ ਬਾਇਆ ਹੋਇਆ ਪਾਜੀ ਤੇ ਨਹੀਂ ਨਹੀਂ ਬਹੁਤ ਕੁਝ ਕਰਨਾ ਅਜੇ ਜ਼ਿੰਮੇਵਾਰੀਆਂ ਅਸੀਂ ਵੱਡੀਆਂ ਚੱਕੀਆਂ ਆਈਆਂ ਮੋਢਿਆਂ ਤੇ ਆ ਆਪਣੇ ਆਪ ਨੂੰ ਕਹਿ ਲੀਦਾ ਉੱਠੋ ਸ਼ੇਰਾ ਬਹੁਤ ਹੋ ਜਾਏਗਾ ਤੁਹਾਨੂੰ ਕਰਨਾ ਤੇ ਮੈਂ ਕੁਐਸਚਨ ਬੋਲ ਗਿਆ ਕੁਐਸਚਨ ਬੋਲ ਗਿਆ ਯਾਰ ਆਹੀ ਚੀਜ਼ ਆ ਨਾ ਮੇਰੇ ਪੋਲੇ ਵਾਲੀ ਉਹ ਕਿੱਧਰ ਲੰਘੇ ਓਏ ਆ ਆ ਦੇਖੋ ਇਹ ਸੀਰੀਅਸ ਗੱਲ ਦੇ ਵਿੱਚ ਕਮੇਡੀ ਸਿਚੁਏਸ਼ਨਲ ਕਮੇਡੀ ਆਹ ਕਮੇਡੀ ਵਧੀਆ ਲੱਗਦੀ ਆ ਤੁਹਾਨੂੰ ਯਾਦ ਆਇਆ ਗੱਲ ਜੀ ਕੀ ਚੱਲਦੀ ਸੀ ਹਣਾ ਕਿੰਨੀ ਘੈਂਟ ਜੀ ਚੀਜ਼ ਆ ਹਾਂ ਇਹੀ ਸਿਚੁਏਸ਼ਨਲ ਕਾਮੇਡੀ ਆ ਨਾ ਇਹੀ ਇਹੀ ਵੀ ਗੱਲ ਕਰਦੇ ਕਰ ਯਾਰ ਮੈਂ ਭੁੱਲ ਗਿਆ ਯਾਰ ਮੈਂ ਗੱਲ ਕੀ ਕਰਦਾ ਸੀ ਆ ਹੀ ਕਰਦੇ ਸੀ ਵੀ ਹ ਹੁਣ ਸਾਰੇ ਕਮਾਗਰਾਂ ਦੇ ਹੈਗੇ ਨੇ ਹਾਂ ਹਾਂ ਵੀ ਜਦੋਂ ਤੁਸੀਂ ਇਕੱਠੇ ਹੋਣਗੇ ਤੁਹਾਡੇ ਵੀ ਬੈਚ ਹੋਣਾ ਕੋਈ ਹਾਂ 2014 ਬੈਚ ਬਈ ਜਿਹੜੇ ਆ ਤੁਹਾਨੂੰ ਕਦੋਂ ਮਿਲੇ ਤੁਹਾਡਾ ਹੁਣ ਜਿਹੜੇ ਸਰਕਲ ਚ ਨਾਲ ਹੈਗੇ ਨੇ ਬੰਦੇ ਜਿਹੜੇ ਹੁਣ ਸਰਕਲ ਚ ਨੇ ਮੇਰੇ ਸਰਕਲ ਚ ਯਾਰ ਕਾਲਜ ਚੋਂ ਤਿੰਨ ਚਾਰਾਂ ਅਸੀਂ ਰੂਬੂਰੀ ਹੋਗੇ ਜਿਸਕੀਰਤ ਹੋ ਗਿਆ ਮੁੰਡਾ ਸੈਂਡੀ ਹੋ ਗਿਆ ਕੈਨੇਡਾ ਹੋਣਾ ਅਸੀਂ ਚਾਰ ਪੰਜ ਜਾਣੇ ਅਸੀਂ ਸਿੱਧੂ ਆਂ ਇੰਗਲੈਂਡ ਬੈਠਾ ਤੁਹਾਡੀ ਪੁਰਾਣੀਆਂ ਫੋਟੋਆਂ ਤੇ ਆਸਾ ਨਿਕਲ ਜਾਂਦਾ ਵੀਰੇ ਸਾਰੀਆਂ ਹਾਂ ਉਹ ਪਹਿਣੀਆਂ ਉਹ ਫੇਸਬੁੱਕ ਤੇ ਪਈਆਂ ਹੋਈਆਂ ਉਹ ਫੇਸਬੁੱਕ ਤੇ ਹੁਣ ਕੋਈ ਯਾਦ ਜੀ ਆਉਂਦੀ ਹੈ ਨਾ 10 ਸਾਲ ਪਹਿਲਾਂ ਵੀ ਖੁਦ ਹੀ ਆਸਾ ਹੀ ਜਾਂਦਾ ਤੁਸੀਂ ਦਾ ਹੱਥ ਲਾਈਆ ਵੀ ਆਹ ਮੈਂ ਕੈਜ ਵਾਲਾ ਹੁੰਦਾ ਸੀ ਓਏ ਲਾ ਦਿਓ ਵਿੱਚ ਐ ਵੀ ਉਹ ਕੈਜ ਦਾ ਹੁੰਦਾ ਸੀ ਹੱਥ ਆਇਆ ਫਿਰ ਅਸੀਂ ਇੱਕ ਦੂਜੇ ਨੂੰ ਭੇਜਦੇ ਹਾਂ ਸਾਡਾ ਦੇਖ ਲੈ ਤੂੰ 10 ਸਾਲ ਪਹਿਲਾਂ ਕੈਜ ਆ ਜੀ ਕਈ ਵਾਰ ਉਦੋਂ ਭਾਵ ਕੋ ਕੇ ਸਟੇਟਸ ਨਹੀਂ ਸੀ ਪਾਉਂਦੇ ਹੁੰਦੇ ਚੱਕ ਦਾਂਗੇ ਹੁਣ ਦੇਖਦੇ ਹਾਂ ਸਾਲ ਆ ਕੀ ਕਰਦੇ ਰਹੇ ਓਏ ਆ ਸੀ ਮੈਂ ਚੀਮੇ ਹੋ ਗਿਆ ਪਾਲੀ ਹੋ ਗਿਆ ਗਰਸੇਵਕ ਹੋ ਗਿਆ ਇਹ ਸਾਰੇ ਹੋ ਗਏ ਗੈਰੀ ਹੋ ਗਏ ਇਹ ਸਰਕਲ ਹੈ ਤੇ ਇਹਨਾਂ ਜੀ ਅਸੀਂ ਹੁਣ ਇੰਜੋਏ ਕਰਦੇ ਆਂ ਪੂਰਾ ਵਧੀਆ ਮੈਚਰ ਸਰਕਲ ਆ ਵੀ ਅਜੇ ਵੀ ਤੁਸੀਂ ਇਕੱਠੇ ਹੋ ਹਾਂ ਇਹ ਗੱਲ ਵਧੀਆ ਕਿ ਇਕੱਠੇ ਰਹੇ ਕੋਈ ਇਦਾਂ ਦਾ ਉਹ ਨਹੀਂ ਹੋਇਆ ਦਿਲ ਦੀ ਗੱਲ ਤੁਸੀਂ ਕਹਿੰਦੇ ਸੀ ਨੀ ਕਰਦੇ ਆਂ ਅਸੀਂ ਸ਼ੇਅਰ ਉਹ ਹਾਲਾ ਜਾਂ ਲਾ ਕੇ ਨਾ ਥੋੜਾ ਜਿਹਾ ਫਿਰ ਅਸੀਂ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਆਂ ਯਾਰ ਤੇਰੀ ਆਵ ਨਾ ਬਹੁਤ ਪੈੜੀ ਸੀ ਕੀ ਕੀਤਾ ਤੂੰ ਉਹ ਯਾਰ ਆ ਕੀ ਕਰਦਾ ਰਿਹਾ ਯਾਰ ਤੂੰ ਅੱਛਾ ਤੁਹਾਡਾ ਕਿਹੜਾ ਕੈਰੇਕਟਰ ਜਿਹੜਾ ਤੁਹਾਨੂੰ ਲੱਗਿਆ ਵੀ ਯਾਰ ਮੈਂ ਇਨੂੰ ਚੱਲ ਹੋਰ ਵਧੀਆ ਹਮੇਸ਼ਾ ਹੁੰਦਾ ਤੇ ਡਾਇਰੈਕਟਰ ਜਾਂ ਐਕਟਰ ਬੰਦਾ ਕਹਿੰਦਾ ਹੋਰ ਵਧੀਆ ਕਰ ਸਕਦਾ ਇੱਥੇ ਮੈਂ ਆ ਪੋਜ਼ ਕਰ ਸਕਦਾ ਸੀ ਉਹ ਤਾਂ ਰਹਿਣੀ ਆ ਚੀਜ਼ ਨਾ ਪਰ ਕਿਹੜਾ ਲੱਗਿਆ ਯਾਰ ਮੈਂ ਬਖੂਬੀ ਠੀਕ ਕਰ ਲਿਆ ਤੇ ਕਿਹੜਾ ਇਦਾਂ ਦਾ ਹੈਗਾ ਯਾਰ ਉੱਥੇ ਨਾ ਯਾਰ ਗਾਹ ਜਾਂ ਬੜਾ ਪਿਆ ਸੀ ਹੋ ਜ ਨਹੀਂ ਪਾਇਆ ਐਕਟ ਮੇਰੇ ਕੋਲ ਉਸ ਹੱਬ ਦਾ ਕਈ ਵਾਰ ਤੁਸੀਂ ਸੋਚਿਆ ਬਹੁਤ ਕੁਝ ਹੁੰਦਾ ਵੀ ਆਹ ਸੀਨ ਜਦੋਂ ਮੈਂ ਗਾ ਹੀ ਪਾ ਦੂੰਗਾ ਉਹ ਕਈ ਵਾਰੀ ਮੌਕਦੇ ਸਾਲਾ ਸੂਰ ਡਿੱਗ ਰਿਹਾ ਹੁੰਦਾ ਉਹ ਰੋਲਾ ਪੈ ਰਿਹਾ ਹੁੰਦਾ ਫੜਾ ਫੜ ਕਰੋ ਨਵੇੜੋਂ ਨਵੇੜੋ ਇੱਥੇ ਕਿਹੜੀ ਐਕਟਿੰਗ ਕਿਹੜਾ ਉੱਥੇ ਤੁਹਾਨੂੰ ਮ ਮੇਰੀ ਹਰ ਫਿਲਮ ਮੈਂ ਜਦੋਂ 6 ਮਹੀਨੇ ਬਾਅਦ ਦੇਖਦਾ ਫਿਰ ਮੈਨੂੰ ਲੱਗਦਾ ਯਾਰ ਆ ਮੈਂ ਕੀ ਕਰਦਾ ਰਿਹਾ ਇਹ ਤਾਂ ਇਟ ਮੀਨਸ ਤੁਹਾਡੇ ਚ ਗਰੋਥ ਹੋ ਰਹੀ ਹੈ ਜੇ ਮੈਨੂੰ ਮੇਰਾ ਕੰਮ ਵਧੀਆ ਲੱਗ ਰਿਹਾ ਇਟ ਮੀਨਸ ਖੜਾ ਤੂੰ ਉੱਥੇ ਖੜਾ ਸੋ ਇਹ ਤਾਂ ਹਮੇਸ਼ਾ ਲੱਗਣੇ ਜੇ ਮੇਰੀ ਹਰ ਫਿਲਮ ਜੇ ਮੈਂ ਦੁਬਾਰਾ ਕਰੂੰਗਾ ਤਾਂ ਮੈਨੂੰ ਲੱਗਦਾ ਮੈਂ ਦੁੱਗਣੇ ਤਰੀਕੇ ਨਾਲ ਕਰੂੰਗਾ ਚਾਹੇ ਉਹ ਮੌਦਰ ਬਰਾੜ ਆ ਤੂਫੰਗ ਦਾ ਜਿਵੇਂ ਲੱਗਦਾ ਮੈਂ ਉੱਥੇ ਦੁਬਾਰਾ ਕੰਮ ਕਰੂੰਗਾ ਤਾਂ ਉਹ ਹੋਰ ਡੇਂਜਰ ਹੋਊਗਾ ਕਰੈਕਟ ਜੇ ਹੁਣ ਭੋਲਾ ਦਵਾਲਾ ਆ ਰਿਹਾ ਤੇ ਦੁੱਗਣੀ ਡੋਜ਼ ਨਾਲ ਆ ਰਿਹਾ ਉਹਦੇ ਚ ਉਹ ਚੀਜ਼ ਟੈਕਨੀਕਲੀ ਇਹ ਉਹੀ ਗੱਲ ਆ ਆਪਣੇ ਆਪ ਨੂੰ ਤਰਸ਼ੋ ਬਾਰ-ਬਾਰ ਰੋਜ਼-ਰੋਜ਼ ਆਪਣੇ ਆਪ ਨੂੰ ਪਾਲਿਸ਼ ਕਰੋ ਹਾਂ ਹਾਂ ਰੋਜ਼ ਉੱਠ ਕੇ ਨਾਓ ਫਿਰ ਪਾਲਿਸ਼ ਕੱਢ ਲਓ ਰਗੜੋ ਆਪਣੇ ਆਪ ਨੂੰ ਫਿਰ ਦੇਖਣੇ ਵੀ ਜਾਈਏ ਕਿਹੜੇ ਪਾਸੇ ਇਹ ਤਾਂ ਹੈ ਯਾਰ ਮੈਨੂੰ ਲੱਗਾ ਹੱਸਦੇ-ਹੱਸਦੇ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਫਿਰ ਤੁਹਾਨੂੰ ਇਹ ਜੋਬ ਬੋਰ ਯਾਰ ਹੁਣ ਐ ਤਾਂ ਹੈ ਨਹੀਂ ਤੁਸੀਂ ਹੱਸਦੇ ਰਹਿੰਦੇ ਹੋ ਵੀ ਤੁਹਾਨੂੰ ਤਕਲੀਫਾਂ ਜਾਂ ਦੁੱਖ ਨਹੀਂ ਹੈਗੇ ਉਹ ਘੁੱਗੀ ਹੈ ਵਾਧੂ ਹੈ ਘੁੱਗੀ ਭਾਈ ਵਾਲੀ ਗੱਲ ਹੈ ਵੀ ਹੱਸਦੇ ਚਿਹਰੇ ਦੇ ਪਿੱਛੇ ਬਹੁਤ ਹੋਣੇ ਆ ਤੁਹਾਡੇ ਨਾ ਬਹੁਤ ਹੁਣ ਮੈਨੂੰ ਚਾਰਲੀ ਚੈਪਲੇ ਸਭ ਤੋਂ ਮੈਨੂੰ ਲੱਗਦਾ ਉਸ ਤੋਂ ਵੱਡਾ ਆਰਟਿਸਟ ਹੀ ਹੈ ਨਹੀਂ ਦੁਨੀਆ ਦੇ ਵਿੱਚ ਜਦੋਂ ਤੁਸੀਂ ਉਹਦੀ ਬਾਇਓਪਿਕ ਪੜ੍ਹੋਗੇ ਜਾਂ ਉਹਨੂੰ ਤੁਸੀਂ ਦੇਖੋਗੇ ਸਾਨੂੰ ਲੱਗਦਾ ਕਿ ਉਸ ਤੋਂ ਵੱਡਾ ਦੁੱਖ ਕਿਸੇ ਨੇ ਸਿਆਹੀ ਨਹੀਂ ਹੋਣਾ ਬਟ ਫਿਰ ਵੀ ਅਸੀਂ ਉਹਨੂੰ ਹਸਾਉਣ ਕਰਕੇ ਜਾਣਦੇ ਮੈਨੂੰ ਲੱਗਾ ਹਸਾਇਆ ਵੀ ਤਾਂ ਹੀ ਜਾ ਸਕਦਾ ਜੇ ਤੁਸੀਂ ਅੰਦਰੋਂ ਬਹੁਤ ਭਰੇ ਹੋਏ ਉਸ ਚੀਜ਼ ਦਾ ਫਰਕ ਪੈਂਦਾ ਫਿਰ ਤੁਸੀਂ ਜੋ ਤੁਸੀਂ ਗੱਲ ਕਰਦੇ ਹੋ ਨੇ ਮੇਰੀ ਮੇਰੀ ਕਾਮੇਡੀ ਦੇ ਵਿੱਚ ਮੈਨੂੰ ਲੱਗਦਾ ਹਮੇਸ਼ਾ ਕੁਝ ਨਾ ਕੁਝ ਮੈਸੇਜ ਰਹੂਗਾ ਉਹਦੇ 'ਚ ਸਟਾਇਰ ਰਹੂਗਾ ਜਿਵੇਂ ਪੁਰਾਣੇ ਜ਼ਮਾਨੇ 'ਚ ਭੰਡ ਹੁੰਦੇ ਸੀਗੇ ਹੂੰ ਉਹਨਾਂ 'ਚ ਸਟਾਇਰ ਹੁੰਦਾ ਸੀ ਉਹ ਵਿਅਰਥ ਹੈ ਜੇ ਤੁਸੀਂ ਫालतੂ ਸੌਂਦੇ ਹੋ ਉਹ ਭੁੱਲ ਸਕਦੇ ਹੋ ਜਿਹੜਾ ਸਟਾਇਰ ਹੁੰਦਾ ਨਾ ਉਹ ਬਹੁਤ ਯਾਦ ਰਹਿੰਦਾ ਹੁੰਦਾ ਹੂੰ ਤੇ ਉਹੀ ਕੋਸ਼ਿਸ਼ ਕੀਤੀ ਹੈ ਕਿ ਜੋ ਮੈਂ ਕੋਈ ਗੱਲ ਕਰਦਾ ਉਹਦੇ ਅਰਥ ਕਈ ਵਾਰੀ ਹੱਸਦੇ ਹੱਸਦੇ ਡੂੰਘੇ ਹੁੰਦੇ ਆ ਮੈਂ ਪੰਜ ਵੀ ਕੋਈ ਇਦਾਂ ਦਾ ਹੀ ਮਾਰੂਗਾ ਜਿਹੜਾ ਥੋੜਾ ਜਿਹਾ ਅਰਥ ਹੋਊਗਾ ਫਿਲਮ 'ਚ ਵੀ ਅਸੀਂ ਐਂ ਕੀਤਾ ਮੈਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਨਾ ਇੱਕ ਟੌਪਿਕ ਨਹੀਂ ਹੈਗਾ ਉਹ 'ਚ ਬਹੁਤ ਸਾਰੇ ਟੌਪਿਕ ਨੇ ਉਹਦੇ ਚ ਲਾਈਕ ਜਿਵੇਂ ਗਰਾਊਂਡਸ ਨੇ ਹੁਣ ਪਿੰਡਾਂ ਦੇ ਪਹਿਲਾਂ ਤਾਂ ਥਾਲੀ ਵਾਰੀ ਨਹੀਂ ਸੀ ਆਉਂਦੀ ਹੁੰਦੀ بیٹنگ ਦੀ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀਗੇ ਹੁਣ ਬੰਦੇ ਨਹੀਂ ਪੂਰੇ ਹੁੰਦੇ ਦੂਜੀ ਟੀਮ ਤੇ ਛੱਡੋ ਇੱਕ ਪਾਸੇ ਤੇ ਹੀ ਨਹੀਂ ਛੇ ਪੂਰੇ ਹੁੰਦੇ ਕੋਈ ਹੈ ਹੀ ਨਹੀਂ ਪਿੰਡ ਚ ਖੇਡਣ ਵਾਲਾ ਹੀ ਹੈ ਨਹੀਂ ਸਹੀ ਗੱਲ ਹੈ ਵੀਰੇ ਕਹਾਜ ਆਉਗਿਆ ਹੋਇਆ ਹੁਣ ਮੈਂ ਜਦੋਂ ਜਾਂਨਾ ਪਿੰਡ ਸਾਡੇ ਉਹ ਕਿੱਧਰ ਗਏ ਤੁਹਾਡੇ ਆ ਉਹ ਚੀਜ਼ਾਂ ਨੂੰ ਬਹੁਤ ਬਾਕੂਬੀ ਨਾਲ ਇਸ ਫਿਲਮ ਚ ਦਿਖਾਇਆ ਗਿਆ ਹਨਾ ਵੀ ਸਿਸਟਮ ਗੜਬੜੀ ਕਿੱਥੇ ਹੋ ਰਹੀ ਹੈ ਹਮ ਗਲੋਬ ਬੇਸਿਕਲੀ ਜਦੋਂ ਡਿਵੈਲਪਮੈਂਟ ਆਉਂਦੀ ਹੈ ਹੂੰ ਉਹ ਨਾਲ ਨਾਲ ਨੁਕਸਾਨ ਵੀ ਲੈ ਕੇ ਆਉਂਦੀ ਹੈ ਮੈਨੂੰ ਲੱਗਦਾ ਜੇ ਸਾਰੇ ਪੜ ਲਿਖ ਗਏ ਤਾਂ ਕਲਚਰ ਨੇ ਗਵਾਚ ਜਾਣਾ ਹੂੰ ਸਾਡੀ ਹੋਂਦ ਨੇ ਉਦੋਂ ਗਵਾਚਣਾ ਸਾਨੂੰ ਸਾਂਭਿਆ ਕਿਹਨਾਂ ਨੇ ਹੋਇਆ ਪਿੰਡਾਂ ਨੇ ਜਿਹੜੇ ਅਨਪੜ੍ਹ ਨੇ ਅਸੀਂ ਮੈਂਟ ਚ ਕਹਿ ਦਿੰਦੇ ਆ ਨਾ ਵੀ ਅਨਪੜ੍ਹ ਹਲਾ ਅਨਪੜਾ ਜੈਨ ਨੂੰ ਕੋ ਪਤਾ ਨਹੀਂ ਮੈਨੂੰ ਲੱਗਦਾ ਸਭ ਤੋਂ ਵੱਧ ਉਹਨਾਂ ਨੇ ਸਾਂਭਿਆ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਚੁੱਲ੍ਹੇ 'ਚ ਫੂਕਾ ਵੀ ਉਹੀ ਮਾਰ ਰਹੇ ਆ ਜੇ ਤੁਸੀਂ ਬੀਏ ਪੀਐਚਡੀ ਕਰਗੇ ਤੁਸੀਂ ਗੈਸ ਤੇ ਆਜੋ ਗੈਸ ਵੀ ਛੱਡੋ ਕੰਮ ਹੀ ਨਹੀਂ ਕਰੋਗੇ ਹੂੰ ਤੁਹਾਨੂੰ ਲੱਗਦਾ ਕਿ ਚੀਜ਼ਾਂ ਐ ਆਰਡਰ ਕਰਾਂਗੇ ਫਿਰ ਅਸੀਂ ਇੱਥੇ ਬੈਠੇ ਆਰਡਰ ਹੀ ਕਰਦੇ ਆ ਇੱਥੇ ਅਸੀਂ ਹੁਣ ਪਰਾਲੀ ਲੈ ਕੇ ਬਾਲਣ ਦਾ ਨਹੀਂ ਬਾਲ ਲਏ ਕਿ ਅਸੀਂ ਪੜ ਲੈ ਅੱਗੇ ਹੁਣ ਅਸੀਂ ਡਿਵੈਲਪਮੈਂਟ ਸ਼ਹਿਰ ਚ ਆ ਗਏ ਸੋ ਇਹ ਜਿਹੜੀਆਂ ਚੀਜ਼ਾਂ ਮੇਰੇ ਦਿਮਾਗ ਚ ਆਉਂਦੀਆਂ ਰਹਿਣੀਆਂ ਫੇਰ ਮੈਨੂੰ ਲੱਗਦਾ ਮੈਂ ਜ਼ਿਆਦਾ ਸਿਆਣਾ ਹੋ ਗਿਆ ਫੇਰ ਮੈਂ ਉੱਥੇ ਸਟਾਪ ਕਰ ਦਿੰਦਾ ਕਦੇ ਐ ਨਹੀਂ ਲੱਗਦਾ ਮੈਂ ਵੀਰੇ ਰਿਲੇਟ ਕਰਦਾ ਕਿ ਇੱਕ ਚੀਜ਼ ਕਿਉਂਕਿ ਮਨ ਲਓ ਅੱਜ ਮੈਂ ਇਹ ਖੁਆਇਸ਼ਾਂ ਵਧਾਈਆਂ ਮੈਂ ਸੋਚਿਆ ਵੀ ਮੈਂ ਵੱਡਾ ਹੋਣਾ ਤਾਂ ਮੈਂ ਉਹ ਐਡਾ ਬਰਡਨ ਚੱਕ ਲਿਆ ਜੇ ਮੈਂ ਕਦੀ ਕਦੀ ਦਿਮਾਗ ਚੋਂਦਾ ਵੀ ਸਾਰਾ ਕੁਝ ਛੱਡ ਦੇ ਯਾਰ ਮਾੜਾ ਮोटा ਚੱਲੀ ਜਾਂਦਾ ਜਾਵਾ ਪਿੰਡ ਤੇ ਬਸ ਉਹ ਖੁਸ਼ੀ ਹੈ ਹੁਣ ਦੇਖੋ ਬਹੁਤ ਸਾਰੇ ਜਿਹੜੇ ਮੁੰਡੇ ਆਪਣੇ ਕੈਨੇਡਾ ਰਹਿੰਦੇ ਆ ਡੇਲੀ ਇੰਟਰਵਿਊ 'ਚ ਕੋਈ ਨਾ ਕੋਈ ਛਾਪਾ ਸੜਿਆ ਰਹਿੰਦਾ ਉੱਧਰ ਹਨਾ ਕੋਈ ਕਹਿੰਦਾ ਮੈਂ ਇੱਧਰ ਨੂੰ ਮੂਵ ਹੋ ਰਿਆਂ ਕੋਈ ਕਹਿੰਦਾ ਜਾਣਾ ਨਹੀਂ ਚਾਹੀਦਾ ਕੋਈ ਉਲਟਾ ਚੱਲਦਾ ਰਹਿੰਦਾ ਹੈ ਇਹ ਬਹੁਤ ਵੱਡੀ ਡਿਬੇਟ ਆ ਚੱਲਦੀ ਰਹਿਣੀ ਇਹ ਮੈਨੂੰ ਲੱਗਦਾ ਇੱਕ ਪ੍ਰੋਸੈਸ ਹੈ ਜਦੋਂ ਤੁਹਾਡੇ ਕੋਲ ਪੈਸਾ ਨਹੀਂ ਹੁੰਦਾ ਤੁਹਾਡੀ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਜੇ ਮੈਂ ਚੁੱਲ੍ਹੇ ਤੇ ਹੂਕਾ ਮਾਰਾਂ ਸਾਡੇ ਘਰੇ ਗੈਸ ਆ ਜੀ ਜੇ ਮੈਂ ਸਾਈਕਲ ਤੇ ਜਾ ਰਿਆਂ ਮੈਂ ਮੋਟਰਸਾਈਕਲ ਤੇ ਆ ਜਾ ਇਹ ਪ੍ਰੋਸੈਸ ਹੈ ਮੋਟਰਸਾਈਕਲ ਤੁਸੀਂ ਗੱਡੀ ਤੇ ਆਉਨੇ ਹੋ ਫਿਰ ਤੁਹਾਨੂੰ ਲੱਗਦਾ ਗੱਡੀ ਛੋਟੀ ਹੈ अल्टੋ ਨਹੀਂ ਹੁਣ ਵੱਡੀ ਚਾਹੀਦੀ ਹੈ ਫਿਰ ਤੁਸੀਂ ਫੋਰਚੂਨਰ ਸੋਚਦੇ ਹੋ ਕਰਦੇ 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 ਮੰਨ ਲਓ ਹੁਣ ਤੁਹਾਡੇ ਕੋਲ ਬਹੁਤ ਪੈਸਾ ਆ ਗਿਆ ਹਮ ਹਾਲੀਵੁੱਡ ਇਸੀ ਤੇ ਬਹੁਤ ਕੰਮ ਕਰਦਾ ਕਿ ਜਦੋਂ ਤੁਹਾਡੇ ਕੋਲ ਸਭ ਕੁਝ ਆ ਜਾਂਦਾ ਫਿਰ ਤੁਸੀਂ ਕਿੱਥੇ ਮਰਦੇ ਹੋ ਫਿਰ ਤੁਹਾਡੇ ਕੋਲ ਸੁੱਖ ਕਿਉਂ ਨਹੀਂ ਆਉਂਦਾ ਫਿਰ ਤੁਸੀਂ ਸਿਆਣੀਆਂ ਗੱਲਾਂ ਕਰਦੇ ਹੋ ਯਾਰ ਸਭ ਕੁਝ ਪੈਸਾ ਇਹ ਗੱਲ ਜਿਹੜੇ ਪਿੰਡ ਬੈਠੇ ਹੁੰਦੇ ਉਹਨੂੰ ਮਾੜੀ ਲੱਗਦੀ ਆ ਯਾਰ ਪੈਸਾ ਸਭ ਕੁਝ ਨਹੀਂ ਪੈਸਾ ਦਾ ਸਭ ਕੁਝ ਹੈ ਪਰ ਜਦੋਂ ਤੁਸੀਂ ਕਮਾ ਲੈਨੇ ਹੋ ਫਿਰ ਤੁਸੀਂ ਦੇਖਦੇ ਹੋ ਯਾਰ ਸੋळा ਬਚਪਨ ਯਾਰੀ ਦੋਸਤੀ ਤਾਂ ਪਿੰਡ ਰਹਿ ਗਈ ਫਿਰ ਤੁਹਾਨੂੰ ਲੱਗਦਾ ਸਾਨੂੰ ਮੂਵ ਹੋਣਾ ਚਾਹੀਦਾ ਪਰ ਇਹ ਪ੍ਰੋਸੈਸ ਹੈ ਬਿਨਾ ਉੱਥੇ ਗਏ ਤੁਹਾਨੂੰ ਉਹਦੀ ਕਦਰ ਵੀ ਨਹੀਂ ਪੈਂਦੀ ਜਿਹੜੇ ਪਿੰਡ ਬੈਠੇ ਐ ਉਹਨਾਂ ਨੂੰ ਸੋ ਲੱਗਦਾ ਕਿ ਅਸੀਂ ਅਮਰੀਕਾ ਹੀ ਜਾਈਏ ਇਹ ਪ੍ਰੋਸੈਸ ਹੈ ਹੁਣ ਜੇ ਹੁਣ ਸਾਨੂੰ ਪਹਿਲਾਂ ਲੱਗਦਾ ਹੁੰਦਾ ਸੀ ਅਮਲੋਹ ਜਾਣਾ ਹੀ ਬਹੁਤ ਵੱਡੀ ਗੱਲ ਹੈ ਸਾਡੇ ਪਿੰਡ ਤੋਂ 5 ਕਿਲੋਮੀਟਰ ਹੈ ਤੁਹਾਨੂੰ ਮਲੋ ਪਤਾ ਵੀ ਨਹੀਂ ਹੋਣਾ ਕਿੱਥੇ ਨਹੀਂ ਮੈਂ ਤੁਹਾਡਾ ਚੰਨਾ ਪਿੰਡ ਮੈਂ ਛੰਨਾ ਛੰਨਾ ਹਿੰਮਤਗੜ੍ਹ ਛੰਨਾ ਸਾਨੂੰ ਲੱਗਦਾ ਜੀ ਮਲੋ ਗਿਆ ਮੁੰਡਾ ਆਜੂ ਸ਼ਾਮ ਤੱਕ ਵੜਿਆ ਇਹ ਲੱਗਦਾ ਹੁੰਦਾ ਸੀ ਫਿਰ ਨਹੀਂ ਨਾਬੇ ਆਏ ਉਹ 90 ਪੜਦਾ ਓਏ ਨਾਬਾ ਬਹੁਤ ਦੂਰ ਹੈ ਫਿਰ ਪਟਿਆਲਾ ਹਨ ਹੁਣ ਹਰੇਕ ਦਾ ਡ੍ਰੀਮ ਹੁੰਦਾ ਚੰਡੀਗੜ੍ਹ ਰਹੀ ਹੈ ਹੁਣ ਜਿਹੜਾ ਚੰਡੀਗੜ੍ਹ ਜੰਮਿਆ ਹੁਣ ਜਿ ਸਾਨੂੰ 12 13 ਸਾਲ ਹੋ ਗਏ ਚੰਡੀਗੜ੍ਹ ਰਹਿੰਦੇ ਹਾਂ ਵੱਧ ਹੀ ਹੋ ਗਈ ਹੁਣ ਸਾਨੂੰ ਇਹ ਵੀ ਪਤਾ ਵੀ ਚੰਡੀਗੜ੍ਹ ਦੇ ਅਗਲਾ ਕਹਿੰਦਾ ਚੰਡੀਗੜ੍ਹ ਦੇ ਵੀ ਗਰੀਬ ਏਰੀਆ ਹੁਣ ਮੈਂ ਤਾਂ ਉਹਨੂੰ ਮੱਧੇ ਮਾਰਗ ਵਾਲੇ ਨੂੰ ਪਰਲੇ ਪਾਸੇ ਨੂੰ ਕੈਨੇਡਾ ਹੀ ਕਹਿੰਦਾ ਉਹਨਾਂ ਚਾਰ ਸੈਕਟਰ ਵਾਲੇ ਨੂੰ ਬੰਦੇ ਥੋੜੀ ਨੇ ਹੁਣ ਜਿਹੜਾ ਚਾਰ ਸੈਕਟਰ ਚ ਜੰਮਿਆ ਉਹ ਤਾਂ ਸਾਰੇ ਮਾਨੀ ਨੇ ਨਾ ਸਹੀ ਸਹੀ ਗੱਲ ਆ ਵੀਰੇ ਬਹੁਤ ਮਹਿੰਗੇ ਕਿੱਲੇ ਗੱਲਿਆਂ ਚ ਕੋਠੀਆਂ ਨੇ ਉਹਨਾਂ ਦਾ ਜਿਹੜਾ ਜਵਾਕ ਜੰਮਦਾ ਉਹਨੂੰ ਐ ਲੱਗਦਾ ਵਾਲਾ ਚੰਡੀਗੜ੍ਹ ਕੀ ਐ ਉਹ ਇੱਥੇ ਰਹਿੰਦੇ ਨਹੀਂ ਉਹ ਅਮਰੀਕਾ ਪੜਦਾ ਹੁਣ ਜਿਹੜਾ ਅਮਰੀਕਾ ਜੰਮਿਆ ਹੋਊ ਉਹਨੂੰ ਕੀ ਲੱਗਦਾ ਉਹ ਕਿੱਥੇ ਜਾਣਾ ਚਾਹੀਦਾ ਉਹ ਮਾਰਸ ਦੀ ਤਿਆਰੀ ਕਰਦਾ ਉਹਨੂੰ ਐ ਲੱਗਦਾ ਕਿ ਮੈਂ ਚੰਦ ਤੇ ਜਾ ਕੇ ਕੀ ਕਰਾਂ ਪੰਜ ਪੰਜ ਪਤਾ ਨਹੀਂ ਬਹੁਤ ਜ਼ਿਆਦਾ ਅਮੀਰ ਉਹ ਜਿਹੜੀ ਪੰਡੁੱਬ ਉੱਚ ਵੀ ਮਰ ਗਏ ਹਾਂ ਸੁਣੇ ਉਹ ਲੈ ਉਹ ਮੀਰਾ ਨੇ ਐ ਪੰਗਾ ਜਿਹਾ ਲੈ ਲਿਆ ਹੁੰਦਾ ਸੀ ਹੈਨਾ ਬਈ ਚੰਗੇ ਪਲੇ ਅਡਵੈਂਚਰ ਕਰਦੇ ਤੁਸੀਂ ਅਡਵੈਂਚਰ ਦੇ ਚੱਕਰ ਚ ਉਹ ਜਿਹੜੀ ਸੀਰੀਜ਼ ਵੀ ਬਣੀ ਐ ਨੈਟਫਲਿਕਸ ਤੇ ਕਿਹੜੀ ਆ ਉਹ ਜਿਹੜੀ ਘੁੰਮ ਕੇ ਜੇ ਗੁੜੀ ਆ ਜੀ ਮਾਰਦੀ ਹੁੰਦੀ ਐ ਅੱਛਾ ਉਹ ਕੀ ਨਾਂ ਹੁੰਦਾ ਜਿਹੜੀ ਗੇਮਸ ਆ ਉਹ ਹਾਂ ਸਕਵਿਡ ਗੇਮ ਸਕਵਿਡ ਗੇਮ ਉਹਦੇ ਚ ਇਹੀ ਐ ਐਂਡ ਤੇ ਉਹ ਜਿਹੜਾ ਸਭ ਤੋਂ امیر ਹੁੰਦਾ ਉਹੀ ਨਿਕਲਦਾ ਆਹੋ ਬੁੜਾ ਬੁੜਾ ਹੀ ਨਿਕਲਦਾ ਜਿਹੜਾ ਪੰਗੇ ਲੈ ਉਹਨੂੰ ਐਂਟਰਟੇਨਮੈਂਟ ਚਾਹੀਦਾ ਸੀ ਉਹਨੂੰ ਕਹਿੰਦਾ ਮੇਰੇ ਨੂੰ ਐਂਟਰਟੇਨਮੈਂਟ ਨਹੀਂ ਸੀ ਹੋ ਰਿਹਾ ਤਾਂ ਮੈਂ ਬੋਰ ਹੋ ਗਿਆ ਸੀ ਲਾਈਵ ਤੋਂ ਤਦੋਂ ਮੈਂ ਸੋਚਿਆ ਬੰਦੀ-ਮੁੰਦੀ ਮਰਵਾ ਲਈਏ ਤੇ ਆਪ ਹੀ ਖੇਡ ਕੇ ਦੇਖ ਲਈਏ ਬਹੁਤ ਦਾ ਖੇਡ Netflix ਦੀ ਗੱਲ ਲਈ ਤੁਸੀਂ ਬਲੈਕ ਮਿਰਰ ਦੇਖੀ ਆਂ ਹਾਂ ਮੈਂ ਸਾਰੇ ਐਪੀਸੋਡ ਉਹਦੇ ਦੇਖੇ ਜਿਹੜਾ ਕੱਲਾ ਕੱਲਾ ਹੋਇਆ ਹਾਂ ਇਕ ਵੈਬ ਸੀਰੀਜ਼ ਹੈ ਜਿਹਦਾ ਇੱਕ ਐਪੀਸੋਡ ਇੱਕ ਫਿਲਮ ਵਾਂਗ 40-40 ਮਿੰਟ ਦੇ ਸੀਜ਼ਨ ਪੰਜ ਅਲੱਗ-ਅਲੱਗ ਨੇ ਉਹ ਐਡਵਾਂਸ ਬਹੁਤ ਨੇ ਚੁੱਪ-ਚੁੱਪ ਜੀ ਵੀ ਲਾਗ ਨਹੀਂ ਉਹਨਾਂ ਲੱਗਦਾ ਇੱਥੇ ਹੁਣ ਦੇਖੋ ਤੁਸੀਂ ਉਹ ਟਰਮੀਨੇਟਰ 2000 1992 ਚਾਹੀ ਸੀਗੀ 95 95 ਚ ਹੂੰ 97 ਚ ਸੀਗੀ 99 ਸੀ ਟਰਮੀਨੇਟਰ ਉਹ ਜੇ ਚਰਨੋਲਡ ਹੁੰਦਾ ਹਾਂਜੀ ਹਾਂਜੀ ਉਹ ਹੁਣ ਉਹ ਬਣਨ ਲੱਗ ਗਏ ਸਾਰੇ ਉਹ ਮਸ਼ੀਨਾਂ ਜੀਆਂ ਗਰਾਊਂਡਾਂ 'ਚ ਖੜੀਆਂ ਨੇ ਸਰਵ ਕਰ ਰਹੀਆਂ ਨੇ ਹਨਾ ਉਹ ਤਾਂ ਬਹੁਤ ਐਡਵਾਂਸ ਸੋਚਦੇ ਆ ਚੀਜ਼ਾਂ ਤਾਂ ਹੁਣ ਡਿਵੈਲਪਮੈਂਟ ਜਿਵੇਂ ਜਿਵੇਂ AI ਕਿੰਨੀ ਸਟਰੋਂਗ ਹੋ ਗਈ ਹੈ ਨਾ ਉਹੀ ਚੱਕ ਕੇ ਮੂੰਹ 'ਕੇ ਤੇ ਦਾ ਲਾ ਆਂਦੇ ਆ ਜਗਜੀਤ ਸੰਧੂ ਚਾਹੀਦਾ ਹੋਇਆ ਆਪਾਂ ਨੂੰ ਕਾਸਟ ਲਈ AI ਤੋਂ ਬਣਾ ਲੈਣਾ ਪਰ ਹਿਊਮਰ ਕਿੱਥੋਂ ਲੈ ਕੇ ਆਓਗੇ ਸਿਆਲੀਆਂ ਗੱਲਾਂ ਕਿੱਥੋਂ ਲਿਆਓਗੇ ਇਹਨਾਂ ਕਈ ਮੈਂ ਰਿਪੋਰਟਿੰਗ ਕਰਦੇ ਜਿਹੜੇ ਹਾਂ ਉਹ ਕਈਆਂ ਨੂੰ ਤਾਂ ਲੱਗਦਾ ਸੱਚੀ ਬੀਬੀ ਖੜੀ ਪੜਦੀ ਪਈ ਹੈ ਖਬਰਾਂ ਲੇਕਿਨ ਉਹ AI ਵਾਲਾ ਮਾਡਲ ਬੋਲਦਾ ਪਿਆ ਸੀ ਖਬਰਾਂ ਅੱਛਾ ਇਹ ਵੀ ਚੱਲ ਪਿਆ ਹੁਣ ਸਟਾਰਟ ਹੋ ਗਿਆ ਹੋ ਸਕਦਾ ਕੁਝ ਵੀ ਹੋ ਸਕਦਾ ਇਨ ਫਿਊਚਰ ਆਪਾਂ ਸੋਚ ਹੀ ਸਕਦੇ ਉਹ ਗੱਲਾਂ ਹੀ ਕਰਦੇ ਹੁੰਦੇ ਸੀ ਵੀ ਵੀਡੀਓ ਆਇਆ ਚੱਲ ਕੇ ਆਇਆ ਕਰੂ ਤੁਸੀਂ ਵੀਡੀਓ ਗੱਲ ਕਰਦੇ ਹੋ ਇਹ ਚੀਜ਼ਾਂ ਸੱਚੀਆਂ ਹੋ ਜਾਣੀਆਂ ਵੀਆਰ ਆ ਗਿਆ ਕਿੰਨਾ ਕੁ ਆ ਗਿਆ ਉਹ Apple ਦਾ Vision ਜਿਹੜਾ ਉਹ ਆ ਗਿਆ ਅੱਖਾਂ ਨੂੰ ਲੱਗਿਆ ਤੁਹਾਡੇ ਸਾਹਮਣੇ ਸਾਰਾ ਕੁਝ ਪਰ ਉਹਦੇ ਚ ਮੈਨੂੰ ਲੱਗਦਾ ਕਿ ਉਹੀ ਗੱਲ ਆ ਗਈ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਆਪਣੀ ਹੋਂਦ ਕਲਚਰ ਤੁਹਾਡਾ ਖਤਰੇ 'ਚ ਹੋਊਗਾ ਸਭ ਤੋਂ ਵੱਡਾ ਡਰ ਇਨ੍ਹਾਂ ਚੀਜ਼ਾਂ ਤੋਂ ਲ ਕਲਚਰ ਬਚਿਆ ਕਿਉਂ ਰਿਹਾ ਕਿਉਂਕਿ ਇੱਕ ਦੂਜੇ ਚ ਮਿਕਸ ਨਹੀਂ ਹੋਏ ਦੁਨੀਆ ਜਦੋਂ ਗਲੋਬਲ ਹੋ ਗਈ ਹਮ ਪਹਿਲਾਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਗੱਲਾਂ ਸੁਣਦੇ ਹੁੰਦੇ ਸੀ ਵੀ ਆਹ ਫਲਾਣਾ ਬੈਕਵਰਡ ਜਿਹੜੀ ਆ ਪੰਜਾਬ ਚ ਹਮ ਇਹ ਪਿੰਡੂ ਏਰੀਆ ਜਾਂ ਸ਼ਹਿਰ ਵਾਲੇ ਥੋੜੇ ਜਿਹਾ ਜ਼ਿਆਦਾ ਐਡਵਾਂਸ ਮੰਨੇ ਜਾਂਦੇ ਸੀ ਆਪਾਂ ਪਿੰਡਾਂ ਚ ਰਹਿੰਦੇ ਸੀ ਹੁਣ ਮੈਨੂੰ ਲੱਗਦਾ ਲੱਗਦਾ ਹੀ ਨਹੀਂ ਹੁਣ ਕੋਈ ਕਹਿ ਕੇ ਦਿਖਾਵੇ ਕੋਈ ਬੈਕਗ੍ਰਾਉਂਡ ਹਮ ਸਾਰਿਆਂ ਦੇ ਦਾ ਕੋਈ ਨਾ ਕੋਈ ਬਾਹਰ ਬੈਠਾ ਸਭ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਦੁਨੀਆਦਾਰੀ ਕੀ ਹੈ ਇੰਟਰਨੈਟ ਆ ਗਿਆ ਦੁਨੀਆ ਇੱਕ ਹੋ ਗਈ ਹਮ ਹਾਲਾਂਕਿ ਆਪਣੇ ਬਜ਼ੁਰਗਾਂ ਨੇ ਬਹੁਤ ਲੇਟ ਅਕਸੈਪਟ ਕੀਤਾ ਮੈਂ ਡੈਡੀ ਨੂੰ ਕਿੰਨੀ ਧਰ ਕਹਿੰਦਾ ਰਿਹਾ ਡੈਡੀ ਐਂਡਰੌਇਡ ਫੋਨ ਲੈ ਲਓ ਮੇਰੇ ਕੋ ਨਹੀਂ ਚੱਲਦਾ ਬਟਨ ਵਾਲਾ ਹੀ ਚਲਾਈ ਗਏ ਉਹ ਚਲਾਈ ਗਏ ਹੁਣ ਜਦੋਂ ਚਲਾਉਣਾ ਆ ਗਿਆ ਹੁਣ ਛੱਡਦੇ ਨਹੀਂ ਫੇਸਬੁੱਕ ਤੇ ਮੈਂ ਇੱਕ ਦਿਨ ਦੇਖੀ ਜਾਣਾ ਡੈਡੀ ਦਾ ਇੰਸਟਾਗ੍ਰam ਤੇ ਬੈਠਾ ਉਹ ਮੈਂ ਆਈ ਈਡੀ ਤੁਸੀਂ ਬਣਾ ਲਈ ਹੋਰ ਕਹਿੰਦੇ ਵਿਹਲਾ ਬੈਠਾ ਸੀ ਉਹ ਮੈਂ ਕਈ ਵਾਰ ਕੈਮਰੇ 'ਚ ਦੇਖਦਾ ਹੁਣ ਨਾ ਘਰੇ ਉਹ ਕੁਰਸੀ ਢਾਹ ਕੇ ਬਸ ਆਹੀ ਕੋ ਚੱਲਦਾ ਨਾ ਮੈਂ ਦੁਨੀਆ ਦੀ ਹਰ ਚੀਜ਼ ਐ ਮਾਰ ਦਿਆ ਕੱਢ ਕੇ ਹੁਣ ਯਾਰ ਉਹ ਘਰ ਤੋਂ ਗੱਲ ਜਿਆਦਾ ਹੀ ਹਰ ਇੱਕ ਮਿਡਲ ਮੈਂ ਵੀ ਮਿਡਲ ਕਲਾਸ ਤੋਂ ਠੀਕ ਆ ਵੀ ਵਧੀਆ ਉਹਦਾ ਰੋਟੀ ਪਾਣੀ ਠਹਿ ਘੈਂਟ ਇੱਕ ਡ੍ਰੀਮ ਹੁੰਦਾ ਵੀ ਮਾਪਿਆਂ ਦੇ ਗੋਡੇ ਖੜਨ ਤੋਂ ਪਹਿਲਾਂ ਆਪਾਂ ਵਧੀਆ ਕਰ ਦੇ ਦੀ ਉਹਨਾਂ ਨੂੰ ਹਮ ਤਾਂ ਤੁਹਾਡੇ ਜਦੋਂ ਮੈਂ ਦੇਖਿਆ ਵੀ ਯਾਰ ਬਾਈ ਨੇ ਕਰ ਦਿਖਾਇਆ ਇਹ ਲੜਾਈ ਪਤਾ ਮਿਡਲ ਕਲਾਸ ਦੀ ਕੋਈ ਇੱਕ ਕਰ ਜੇ ਸਾਨੂੰ ਜਿੱਤ ਹੁੰਦੀ ਆ ਸਾਡੀ ਵੀ ਜਗਜੀਤ ਨੇ ਕਰ ਲਿਆ ਵੀ ਯਾਰ ਮੈਂ ਵੀ ਕਦੇ ਨਾ ਕਦੇ ਕਰ ਲਵਾਂਗਾ ਹੋਪ ਮਿਲਦੀ ਐ ਇਸ ਚੀਜ਼ ਹੋਪ ਮਿਲਦੀ ਐ ਉਹ ਸੁਪਨਾ ਸੀਗਾ ਯਾਰ ਕਿ ਘਰ ਬਣਾਉਣਾ ਮੈਂ ਜਿੰਨਾ ਕਮਾਇਆ ਉਹ ਤੇ ਲਾਦਾ ਦੋਵੇਂ ਮੇ ਵਿਲਾ ਹੋ ਗਿਆ ਫਿਰ ਮੈਂ ਦੇਖਵਲ ਪਲਮ ਪਲਮ ਜੀ ਵੀ ਨਹੀਂ ਕੋਈ ਆ ਰਿਹਾ ਯਾਰ ਕੀ ਕਰੀਏ ਸਾਰੇ ਲੱਗ ਗਏ ਫਿਰ ਉਹ ਬੜਾ ਔਕਾ ਸਵਾ ਸੀਗਾ ਪਰ ਮੈਂ ਯਾਰ ਖੁਸ਼ ਆ ਘਰ ਬਣਿਆ ਦੈਟਸ ਇਟ ਬਹੁਤ ਬਹੁਤ ਇੱਕ ਸਾਹਮਣੋਂ ਵੱਡੀ ਗੱਜੀ ਕਮਾਲ ਆ ਗਿਆ ਮੁੰਡੇ ਨੂੰ ਨਾ ਜੇ ਚਲੋ ਕੁੜੀਆਂ ਵੀ ਅੱਜ ਕੱਲ ਬਈ ਔਲਾਦ ਨੂੰ ਇਹ ਹੁੰਦਾ ਵੀ ਜਿਹੜੀ ਮੈਂ ਕਹਿੰਨਾ ਵੀ ਸਿਆਣੀ ਔਲਾਦ ਆ ਉਹਨੂੰ ਹੁੰਦਾ ਵੀ ਮਾਪਿਆਂ ਲਈ ਨਾ ਇੱਕ ਘੈਂਟ ਘਰ ਬਣਾ ਦਈਏ ਘਰ ਬਣਾ ਦਈਏ ਹਾਂ ਉਹਦੇ ਚ ਨੋ ਡਾਟ ਉਹ ਇੱਕ ਇੰਨੀ ਸੈਟੀਸਫੈਕਸ਼ਨ ਮਿਲੀ ਬڑے ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ ਗਲਤ ਕਹਿ ਗਿਆ ਮਾਪਿਆਂ ਲਈ ਨਹੀਂ ਵੀ ਆਪਣੇ ਲਈ ਆਪਣੇ ਲਈ ਵੀ ਸਾਰੀ ਫੈਮਿਲੀ ਜੋ ਤੁਸੀਂ ਇੱਕ ਹੋਨੇ ਆ ਖੁਸ਼ੀ ਤਾਂ ਖੁਸ਼ੀ ਆ ਹਾਂ ਹਾਂ ਪਹਿਲਾਂ ਤੁਹਾਨੂੰ ਐ ਲੱਗਦਾ ਹੁੰਦਾ ਕਿ ਯਾਰ ਐ ਰਹਿੰਦੇ ਰਹੇ ਅੰਦਰ ਉਹਦੇ ਵਿੱਚ ਅਜੀਬ ਜਿਹੀ ਖੁਸ਼ੀ ਮਿਲਦੀ ਉਹ ਸੈਟੀਸਫੈਕਸ਼ਨ ਨੂੰ ਕੋਈ ਤੋੜ ਵੀ ਨਹੀਂ ਸਕਦਾ ਉਹ ਜਿਹੜਾ ਘਰ ਬਣਾਇਆ ਚਾਹੇ ਸਾਰੇ ਲੱਗੇ ਹਨਾ ਪਰ ਉਹ ਖੁਸ਼ੀ ਸੀਗੀ ਕਿ ਬਈ ਬਣਾਤਾ ਹੁਣ ਅੱਗੇ ਦੇਖਾਂਗੇ ਕੀ ਕਰੀ ਆ ਵੀ ਤਾਂ ਘਰ ਹੀ ਬਣਾਇਆ ਓਏ ਭੋਲੇ ਓਏ ਉਹ ਵੀ ਇੱਕ ਘਰ ਬਣ ਗਿਆ ਸਹੀ ਗੱਲ ਆ ਹੁਣ ਮੈਨੂੰ ਕੋਈ ਕਹਿ ਦੇਵੇ ਕਿ ਕਈ ਕਹਿੰਦੇ ਆ ਕੋਈ ਹੁਣ ਵੀ ਐਕਟਰਾਂ ਨੂੰ ਸਾਈਡ ਕੰਮ ਜੇ ਵੀ ਕਰਨੇ ਚਾਹੀਦੇ ਨੇ ਇੱਧਰ ਇਨਵੈਸਟ ਕਰ ਦੋ ਮੈਂ ਆ ਭਰਾਵਾ ਜਿਸ ਚੀਜ਼ ਨੇ ਬਣਾਇਆ ਹੈ ਨਾ ਕਿ ਮੇਰੀ ਹੀ ਇਨਵੈਸਟਮੈਂਟ ਹੈ ਘਰ ਤੇ ਜਿਆਦਾ ਲੱਗੇ ਸੀ ਇਸ ਕੁਝ ਬਹੁਤ ਵਜਾ ਆ ਘਰ ਤੇ ਜਿਆਦਾ ਪੈਸੇ ਲੱਗੇ ਸੀ ਕਿ ਆ ਉਹ ਇਹ ਭੋਲੇ ਉਹ ਤੇ ਲੱਗੇ ਨੇ ਉਹ ਇਹ ਭੋਲੇ ਉਹ ਤੇ ਜਿਆਦਾ ਲੱਗੇ ਪਹਿਲਾਂ ਘਰ ਤੇ ਲੱਗੇ ਸੀ ਇਹ ਉਹ ਬਹੁਤ ਖੁਸ਼ੀ ਮਿਲਦੀ ਮੈਨੂੰ ਲੱਗਦਾ ਭੋਲੇ ਤੇ ਲਾਏ ਆ ਹੁਣ ਬਹੁਤ ਖੁਸ਼ੀ ਮਿਲੂਗੀ ਭਾਈ ਇੱਕ ਕਰ ਹੋਰ ਬਣ ਜਾਣਾ ਸੀ ਤੁਸੀਂ ਉਹ ਇਹ ਭੋਲੇ ਉਹ ਤੇ ਲਾਤੇ ਨਹੀਂ ਯਾਰ ਹੁਣ ਬਣ ਗਿਆ ਠੀਕ ਹੈ ਪਰ ਐ ਕਿ ਚਲੋ ਸਾਥ ਬਹੁਤ ਦਿੱਤਾ ਹੈ ਨਾ ਮੈਂ ਜਦੋਂ ਸਕ੍ਰਿਪਟ ਮੈਨੂੰ ਉਲਟਾ ਹੋਇਆ ਜੀ ਸਕ੍ਰਿਪਟ ਲਿਖੀ ਪਹਿਲਾਂ ਪਹਿਲੀ ਗੱਲ ਤਾਂ ਇਸ ਗੱਲ ਦੀ ਕੁਝ ਵੀ ਸਕ੍ਰਿਪਟ ਸਾਡੇ ਕੋਲ ਪੂਰੀ ਸੀ ਅੱਛਾ ਜੀ ਅੱਛਾ ਵੀ ਲਿਖੀ ਬੰਨੇ ਕਿੰਨੇ ਡਰਾਫਟ ਚ ਪੂਰੀ ਹੋਈ ਉਹ ਬਹੁਤ ਡਰਾਫਟ ਲੱਗ ਗਿਆ ਹੁਣ ਕਿਉਂਕਿ ਐਂਕੀ ਐਕਸਪੀਰੀਅੰਸ ਨਾਲ ਚੀਜ਼ਾਂ ਤੁਹਾਨੂੰ ਸੋਚਦੇ ਸੋਚਦੇ ਨਾਲ ਇਹ ਵੀ ਸੋਚ ਲੈਣੋਂ ਕੈਮਰਾ ਇੱਧਰੋਂ ਆਊਗਾ ਜਿੰਮੀ ਜੇ ਪਾਊਗੀ ਸਟ੍ਰੀਨ ਪਲੇ ਬਣ ਜਾਂਦਾ ਸਾਰਾ ਬਣ ਜਾਂਦਾ ਫਿਰ ਮੈਂ ਇੱਕ ਦੋ ਨੂੰ ਸੁਣਾਈ ਸ਼ਹਿਰ ਚ ਕੀਤੀ ਠਾਜ ਮੰਨ ਗਏ ਅੱਛਾ ਵੱਡੇ ਹੈਗੇ ਸੀਗੇ ਪ੍ਰੋਡਕਸ਼ਨ ਹਾਊਸ ਫਿਰ ਮੂੰ ਲੱਗਿਆ ਯਾਰ ਇਹ ਤਾਂ ਮੰਨ ਗੀ ਹਾਲਾਂਕਿ ਖੁਸ਼ ਹੋਣਾ ਚਾਹੀਦਾ ਮੈਂ ਮੈਂ ਕਿਉਂ ਨਾ ਆਪਾਂ ਥੋੜਾ ਰਿਸਕ ਲਈਏ ਕਿ ਜੇ ਇਹਨਾਂ ਨੂੰ ਇਹ ਵਧੀਆ ਲੱਗ ਰਹੀ ਹੈ ਇਟ ਮੀਨਸ ਇਹ ਕੰਮ ਕਰੂਗੀ ਸਕ੍ਰਿਪਟ ਕਿਉਂ ਨਾ ਇਹਨੂੰ ਆਪਣੇ ਕੋਲ ਰੱਖੀਏ ਤੇ ਆਪਾਂ ਕਿਸੇ ਨਾਲ ਕਰਕੇ ਵਿਚਪਾਰਨਾ ਵੀ ਜ਼ਰੂਰ ਰਹੀਏ ਕਿ ਆਪਾਂ ਇਹਨਾਂ ਤੋਂ ਪੈਸੇ ਲੈ ਲਈਏ ਉਹ ਅੱਜ ਨਹੀਂ ਤਾਂ ਕੱਲ ਨੂੰ ਖਤਮ ਹੋ ਜਾਣੇ ਆ ਪਰ ਕਦੇ ਖੜੇ ਨਹੀਂ ਹੋ ਪਾਵਾਂਗੇ ਐਜ਼ ਅ ਪ੍ਰੋਡਿਊਸਰ ਯੈਸ ਫਿਰ ਮੈਨੂੰ ਲੱਗਿਆ ਰਿਸਕ ਲੈਣੇ ਆ ਫਿਰ ਉਦੋਂ ਮੈਂ ਕੇਵੀ ਬਾਈ ਹੋਰਾ ਨਾਲ ਸੀਗਾ ਫਿਲਮ ਤੂਫੰਗ ਕਰ ਰਹੇ ਸੀਗੇ ਉਹਨਾਂ ਨੂੰ ਮੈਂ ਸੁਣਾਈ ਉਹਨਾਂ ਨੂੰ ਬਹੁਤ ਵਧੀਆ ਲੱਗੀ ਹਾਲਾਂਕਿ ਫਿਲਮ ਵੇਚਣਾ ਇੱਕ ਅਲੱਗ ਐਕਸਪੀਰੀਅੰਸ ਆ ਮੈਨੂੰ ਵੇਚਣ ਦਾ ਨਹੀਂ ਸੀ ਪਤਾ ਉਹ ਮੇਰੇ ਨਾਲ ਆ ਗਏ ਹਨ ਉਹਨਾਂ ਨੇ ਬਿਨਾ ਕੋਈ ਕੁਐਸਚਨ ਕੀਤੇ ਉਹ ਸਾਰਾ ਕੁਝ डन ਹੋ ਗਿਆ ਅੱਜ ਬਹੁਤ ਵਧੀਆ ਉਹ ਜਾ ਰਹੀ ਹੈ ਵਧੀਆ ਨਿਬੜ ਗਈ ਫਿਲਮ ਸਾਨੂੰ ਪੂਰਾ ਹੁਣ ਭਰੋਸਾ ਫਿਲਮਾਂ ਤੇ ਪੂਰਾ ਕੌਨਫੀਡੈਂਸ ਹੈ ਉਸ ਤੋਂ ਜ਼ਿਆਦਾ ਮੈਨੂੰ ਕੌਨਫੀਡੈਂਸ ਲੋਕਾਂ ਤੇ ਹੈ ਕਿ ਉਹ ਫਿਲਮ ਨੂੰ ਹੁਣ ਸਿਨੇਮੇ ਜਾ ਕੇ ਦੇਖਣਗੇ 16 ਫਰਵਰੀ ਨੂੰ ਆਉਣੀ ਹੈ ਤੇ ਸਾਰੇ ਐਕਟਰਾਂ ਦਾ ਡ੍ਰੀਮ ਹੁੰਦਾ ਵੀ ਉਹ ਸਵੇਰੇ 7 ਵਜੇ ਦਾ ਵੀ ਲੱਗਦਾ ਸ਼ੋਅ ਇੱਕ ਨਹੀਂ ਉਹ ਬੜੀਆਂ ਫਿਲਮਾਂ ਦਾ ਲੱਗਦਾ ਆਸ਼ ਅਗਲੀ ਭੋਲਾ 2 ਦਾ ਲਾਵਾਂਗੇ ਅੱਛਾ ਮੈਨੂੰ ਨਹੀਂ ਪਤਾ ਸੀ ਵੀਰੇ ਨਹੀਂ ਨਹੀਂ ਆਪਣੇ 9 ਵਜੇ ਹੀ ਲੱਗਦਾ ਅੱਛਾ ਜਦੋਂ ਇੰਨੀ ਬੁਕਿੰਗ ਹੋ ਜੇ ਫੇਰ ਉਹ ਲਾਉਂਦੇ ਆ 7:00 ਵਜੇ ਦਾ ਕਿੰਨੇ ਸ਼ੋਅ ਹੁੰਦੇ ਇੱਕ ਦਿਨ ਚ ਇਹ ਡਿਪੈਂਡ ਕਰਦਾ ਅੱਛਾ ਕਿ ਸਿਨੇਮਾ ਕਿਹੜਾ ਹੈ ਕਿੱਧਰ ਜਾਂਦੇ ਲੋ ਇੰਡੀਆ ਤੋਂ ਬਾਹਰ ਪਹਿਲਾਂ ਲੱਗ ਜਾਂਦੇ ਆ ਇੱਥੇ ਬਾਜੂ ਲੱਗਦਾ ਮੈਂ ਸੁਣਿਆ ਆਸਟ੍ਰੇਲੀਆ ਆਪਣੇ ਤੋਂ ਅੱਗੇ ਆ ਉੱਥੇ ਪਹਿਲਾਂ ਲੱਗ ਜਾਂਦੀ ਹੈ ਤਾਂ ਉਸ ਚੀਜ਼ ਦਾ ਕੈਨੇਡਾ ਪਿੱਛੇ ਆ ਤੇ ਉੱਤੇ ਬਾਅਦ ਚ ਲੱਗਦੀ ਹੈ ਅੱਛਾ 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 ਕਈ ਵਾਰੀ ਕਈ ਵਾਰ ਉਹ ਵੀ ਰਿਵਾਰ ਨਿਸ਼ਾਨ ਬੜੀ ਟੈਕਨੀਕਲ ਜੀ ਗੱਲ ਹੈ ਇੱਕ ਬਈ ਇਹ ਟ੍ਰਾਂਸਪੋਰਟ ਨਹੀਂ ਜਾਂਦੀ ਆ ਕਿ ਉਹ ਮੈਂ ਸੁਣਿਆ 100 GB ਦੀ ਫਾਈਲ ਹੁੰਦੀ ਹੈ ਇੱਕ ਇੱਕ ਥੀਏਟਰ ਚ ਜਾ ਕੇ ਦੇਣੀ ਪੈਂਦੀ ਹੈ ਜਾਂ ਇਹ ਸੈਟਲਾਈਟ ਥਰੂ ਜਾਂਦੀ ਹੈ ਨਹੀਂ ਇਹ ਸੈਟਲਾਈਟ ਥਰੂ ਹੀ ਜਾਂਦੀ ਹੈ UFO ਚ ਅਪਲੋਡ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਕੋਡ ਜਾਂਦਾ ਹੈ ਬਹੁਤ ਟੈਕਨੀਕਲ ਜਿਆ ਫਿਰ ਉਸ ਤੋਂ ਬਾਅਦ ਉਹ ਭਰਦੇ ਆ ਫਿਰ ਸ਼ੋਅ ਸ਼ੁਰੂ ਹੁੰਦਾ ਫਿਰ ਦੁਬਾਰਾ ਕੋਡ ਆਉਂਦਾ ਫਿਰ ਦੁਬਾਰਾ ਸ਼ੋਅ ਸ਼ੁਰੂ ਹੁੰਦਾ ਐਂ ਜੀ ਐ ਕੋਈ ਸਿਸਟਮ ਬੜਾ ਕੁਛ ਹੈ ਨਾ ਖਾਸਾ ਕੁਛ ਹੈ ਨਹੀਂ ਸਾਨੂੰ ਬੈਠੇ ਨੂੰ ਤਾਂ ਐ ਪਤਾ ਲੱਗਦਾ ਵੀ ਐਕਟ ਕੀਤਾ ਕਿਸੇ ਨੇ ਪਹਿਲਾਂ ਅਤੇ ਫਿਲਮ ਬਣ ਗਈ ਹਾਂ ਅੰਦਰ ਪਿੱਛੇ ਬਹੁਤ ਕੁਛ ਹੈ ਰੋਜ਼ਗਾਰ ਵੀ ਕਈ ਕਾਫੀਆਂ ਨੂੰ ਮਿਲਿਆ ਕਿੰਨੀ ਟੀਮ ਬੰਦੇ ਸੀਗੇ ਸ਼ੂਟ ਕਰਨ ਵਾਲੇ ਸ਼ੂਟ ਸੌਕ ਬੰਦਾ ਹੋਊਗਾ ਸ਼ੂਟ ਦੇ ਵਿੱਚ 70 80 ਕਹਿੰਦੇ 150 ਵੀ ਹੁੰਦਾ ਰਿਹਾ ਡਿਪੈਂਡ ਕਰਦਾ ਸੀਨ ਦੇ ਉੱਪਰ ਕਿਹੜਾ ਪਰ ਆ ਮੇਨ ਮੇਨ ਸੀਗੇ ਜਿਹੜੇ ਸਾਰੇ ਉਹ 60 ਤੋਂ 70 ਦਾ ਰਹਿੰਦੇ ਸੀਗੇ ਸੈੱਟ ਦੇ ਉੱਪਰ ਪਰ ਬਾਅਦ ਚ ਟੈਕਨੀਕਲੀ ਕਹਿੰਦੇ ਨਾ ਫਿਲਮ ਟੇਬਲ ਤੇ ਬਣਦੀ ਹੈ ਉੱਥੇ ਜਾ ਕੇ ਪਤਾ ਲੱਗਦਾ ਵੀ ਆ ਐ ਕਰਕੇ ਐ ਕਰਕੇ ਐ ਕਰਕੇ ਐ ਕਰਨਾ ਫਿਰ ਜੁੜਦੇ ਜਾਂਦੇ ਆ ਬੰਦੇ ਜੁੜਦੇ ਜਾਂਦੇ ਆ ਫਿਰ ਇਹ ਫਿਲਮ ਦਿਖਾਈ ਮੈਂ ਜਿਹੜੇ ਜਮਾ ਸਿਨੇਮੇ ਚ ਨਹੀਂ ਗਏ ਉਹਨਾਂ ਨੂੰ ਵੀ ਦਿਖਾਈ ਅੱਛਾ ਮਾਤੜਾ ਨੂੰ ਵੀ ਦਿਖਾਈ। ਕੀ ਬਾਤ ਹੈ। ਸੋ ਉਹਨਾਂ ਨੂੰ ਲੱਗਿਆ ਇਹਦੇ ਵਿੱਚ ਆ ਵਧੀਆ ਆ ਵਧੀਆ। ਫਿਰ ਜਮਾ ਜਿਹੜੇ ਬਲੈਕ ਮਿਰਰ ਦੇਖਦੇ ਆ ਉਹਨਾਂ ਨੂੰ ਵੀ ਦਿਖਾਈ। ਦੇਖ 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 ਨਹੀਂ ਨਹੀਂ ਇੰਜੋਏ ਸਾਹਮਣੇ ਕੀਤੀ। ਫਿਲਮ ਬਹੁਤ ਇੰਜੋਏ ਨੇ ਕੀਤੀ। ਫਿਰ ਉਹਨਾਂ ਦੇ ਦਿਮਾਗ 'ਚ ਜੋ ਕੁਐਸਚਨ ਆਉਂਦਾ ਸੀਗਾ ਅਸੀਂ ਉਹਨੂੰ ਨੋਟ ਕਰਦੇ ਸੀ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਸੀ ਵੀ ਇਹਨੂੰ ਕਿਵੇਂ ਦੂਰ ਕਰੀਏ। ਇੱਕ ਇੱਕ ਫਿਲਮ ਹਮ ਸ਼ਕਲ ਆਈ ਸੀਗਾ ਉਹ ਆਪਣਾ ਟਰੋਲ ਬੰਦਦਾ। ਅੱਛਾ ਵੀ ਦੇਖ ਲੂ। ਦੇਖ ਨੂੰ ਨਹੀਂ ਕਿ ਤੈਨੂੰ ਸਜ਼ਾ ਦਿੱਤੀ ਵੀ ਇਸ ਫਿਲਮ ਨੂੰ ਮੇਗਾ ਪੰਜਾਬੀ ਦੀ ਤਾਂ ਬਹੁਤ ਫਿਲਮਾਂ ਨੇ ਜਿਹੜੀਆਂ ਐ ਫੜ ਕੇ ਦਿਖਾਈਆਂ ਜਾਂਦੇ ਦੇਖ ਲੂ ਦੇਖ ਲੂ ਮੈਨੂੰ ਹੋਰ ਪੁਰਾਣੀਆਂ ਵੀਡੀਓ ਯਾਦ ਆ ਗਈਆਂ ਤੁਹਾਡੀਆਂ ਚੱਲ ਉਧਰ ਚਲੋ ਟਾਈਮ ਸੀਗਾ ਹਾਂ ਮੈਂ ਰੋਸਟਿੰਗ ਕਰਦਾ ਰਿਹਾ ਪਹਿਲਾਂ ਅੱਛਾ ਹਾਂ ਮੈਂ ਦੇਖਿਆ ਨਹੀਂ ਮਤਲਬ ਹਲਕੀ ਫੁਲਕੀ ਕਾਮੇਡੀ ਬਹੁਤ ਜ਼ਿਆਦਾ ਡੁੰਗਾਈ ਚ ਰੋਸਟਿੰਗ ਨਹੀਂ ਕੀਤੀ ਤੁਹਾਡਾ ਵੀ ਰੋਸਟਿੰਗ ਮਤਲਬ ਪੰਜਾਬੀ ਜਿਹਾ ਜਲੂਸ ਕੱਢਣਾ ਕਿਸੇ ਦਾ ਚਿਬ ਕੱਢਨੇ ਆਓ ਚਿਬ ਕੱਢਨੇ ਉਹੀ ਦਿਲੂਸ ਹੀ ਹੋ ਗਿਆ ਜਦ ਕਹੀ ਜਾਂਦਾ ਹੁਣ ਮੈਂ ਤੂੰ ਵੀ ਸਿਆਣਾ ਹੋ ਗਿਆ ਤੁਸੀਂ ਵੀ ਇੱਕ ਟਾਈਮ ਤੇ ਉਹ ਫੋਕੇ ਸਿੰਗਰ ਕੀਤਾ ਸੀ ਦੇਖ ਉਹ ਫਿਲਮ ਸੀਗੀ ਉਹ ਫਿਲਮ ਸੀਗੀ ਕਿਤੇ ਨਾ ਕਿਤੇ ਚਲੋ ਚਲੋ ਸਮਾਂ ਆਉਂਦਾ ਹੈ ਵਧੀਆ ਯਾਰ ਹੱਸਮੁਖ ਚਿਹਰੇ ਵਿੱਚ ਨਾ ਵੀਰੇ ਕੋਈ ਰਿਗਰੈਕਟ ਵੀ ਹੁੰਦਾ ਮੈਂ ਨਹੀਂ ਕੋਈ ਸੈਡ ਗੱਲ ਕਰਨਾ ਚਾਹੁੰਦਾ ਸਿਆਣੀ ਗੱਲ ਪੋਡਕਾਸਟ ਵਾਲੀ ਹੂੰ ਪਰ ਮੈਨੂੰ ਲੱਗਦਾ ਵੀ ਜਿਹੜਾ ਬਾਹਰ ਟੱਪਦਾ ਜਾਂ ਰੰਦਾ ਖੁਸ਼ ਰਹਿੰਦਾ ਉਹ ਕੁਛ ਨਹੀਂ ਚੱਕਰ ਕੋਈ ਚੱਕਰ ਨਹੀਂ ਉਹਨੂੰ ਹੀ ਚੱਕਰ ਬਹੁਤ ਹੁੰਦਾ ਅੰਦਰ ਉਹਦੇ ਹੂੰ ਬਸ ਉਹਨੂੰ ਪਤਾ ਵੀ ਮੈਂ ਨਹੀਂ ਦੱਸਣਾ ਯਾਰ ਇਹ ਮੇਰਾ ਆਪਦਾ ਵਾ ਜੇ ਅੱਜ ਮੈਂ ਮੁਸੀਬਤ ਚ ਜਾਂ ਅੱਜ ਮੇਨੂੰ ਪ੍ਰੋਬਲਮਸ ਨੇ ਉਹ ਮੈਂ ਹੀ ਰਿਸਕ ਲੇ ਆ ਜ਼ਿੰਦਗੀ ਦੇ ਉਹ ਸੈਪਟੇਬਲ ਹੋ ਜਾਂਦਾ ਆਈ ਗੈਸ ਬਸ ਇਹ ਕਹਿ ਰਹੇ ਹਾਂ ਉਹੀ ਹੈ ਮੈਨੂੰ ਬਾਕੀ ਇਹ ਵੀ ਲੱਗਦਾ ਕਿ ਚੁਆਇਸ ਹੈ ਤੁਹਾਡੀ ਪ੍ਰੋਬਲਮ ਤਾਂ ਕਿਨੂੰ ਨਹੀਂ ਹੈਗੀ ਅਮੀਰ ਤੋਂ ਅਮੀਰ ਬੰਦੇ ਨੂੰ ਹੀ ਨੇ ਤੁਹਾਨੂੰ ਕੀ ਲੱਗਦਾ ਲੌਨ ਵਾਸਕ ਨੂੰ ਨਹੀਂ ਨਹੀਂ ਉਹ ਬੜਾ ਵਧੀਆ ਸੌਂਦਾ ਹੋਊਗਾ ਮੈਨੂੰ ਤਾਂ ਲੱਗਦਾ ਉਹਨੇ ਬੰਦੇ ਵੀ ਤੈਨ ਰੱਖਿਆ ਨੂੰ ਤੂੰ ਸੋਚੋ ਤੂੰ ਸੋਚੋ ਉਹ ਕਰ ਵੀ ਸਕਦਾ ਹੈ ਜੀ ਇਹ ਇੱਕ ਚੁਆਇਸ ਹੈ ਸੈੱਡ ਰਹਿਣਾ ਹੈ ਯਾ ਰਹਿਣਾ ਦੇਖੋ ਮੈਨੂੰ ਐ ਲੱਗਦਾ ਹੁੰਦਾ ਹਰੇਕ ਦਾ ਕਹਿੰਦੇ ਹੁੰਦੇ ਨੇ ਜਨਮ ਦਿਨ ਤੇ ਮਰਨ ਦਿਨ ਲਿਖਿਆ ਹੁੰਦਾ ਤੁਹਾਡੇ ਹੱਥੋਂ ਬਸ ਕੁਝ ਨਹੀਂ ਹੈ ਇਹ بڑے ਲੋਕਾਂ ਨੇ ਸਿਆਣੇ ਬੰਦੇ ਨੇ ਗੱਲਾਂ ਕਹੀਆਂ ਮੈਂ ਰਿਪੀਟ ਕਰ ਦਿੰਨਾ ਮੇਰੀ ਗੱਲ ਨਹੀਂ ਹੈਗੀ ਨਾ ਤਾਂ ਜੰਮਣਾ ਤੁਹਾਡੇ ਹੱਥ ਵਸੇ ਵੀ ਤੁਸੀਂ ਕਿੱਥੇ ਜੰਮਣਾ ਕਿਸ ਕੰਟਰੀ ਜੰਮਣਾ ਫੇਰ ਤੁਹਾਨੂੰ ਇਹ ਵੀ ਨਹੀਂ ਪਤਾ ਕਿਸ ਘਰ ਚ ਜੰਮਣਾ ਫੇਰ ਤੁਹਾਨੂੰ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤੁਹਾਡੀ ਚੁਆਇਸ ਹੀ ਹੈ ਨਹੀਂ ਕਿ ਮੈਂ ਇਸ ਘਰ ਚ ਉੱਚੀ ਜਾਤੀ ਚ ਜੰਮ ਗਿਆ ਮੈਂ ਇੱਧਰ ਜੰਮ ਗਿਆ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਹਾਂ ਨਾ ਕਿਸੇ ਨੇ ਫੜ ਕੇ ਜਮਾਇਆ ਵੀ ਇੱਧਰ ਜੰਮਣਾ ਤੂੰ ਓਏ ਕੇਹੇ ਹੱਥ ਵਸ ਨਹੀਂ ਨਾ ਇਹਦਾ ਮਤਲਬ ਤੁਸੀਂ ਤਾਂ ਕੋਈ ਸ਼ਕਾਰੀ ਨਹੀਂ ਸਕਦੇ ਤੁਹਾਡਾ ਇੱਕੋ ਕੰਮ ਹੈ ਜਨਮ ਤੇ ਮਰਨ ਦੇ ਵਿੱਚ ਜਿੰਨੀ ਲਾਈਫ ਹੈ ਉਹਨੂੰ ਕਿਵੇਂ ਕੱਢ ਸਕਦੇ ਹੋ ਰੋ ਕੇ ਕੱਢ ਲੋ ਕਈਆਂ ਦਾ ਕੰਮ ਹੈ ਲਾਮੇ ਦੇਈ ਜਾਣੇ ਉਹ ਯਾਰ ਜਦੋਂ ਹੌਲੀ ਠੰਡੀ ਬਹੁਤ ਆ ਉਹ ਉਹਨਾਂ ਦੇ ਸੁਭਾਅ ਚ ਆ ਜਾਂਦਾ ਸ਼ਿਕਾਇਤਾਂ ਕਰਨੀਆਂ ਇਹ ਕਾਨੂੰਨ ਦਾ ਕਿ ਸ਼ਿਕਾਇਤ ਕਰਨੀ ਨਹੀਂ ਹੂੰ ਇੱਕ ਕਾਨੂੰਨ ਦਾ ਹੱਸ ਕੇ ਖੇਡ ਲੋ ਕਿਸੇ ਨੂੰ ਹੁੰਦਾ ਕੋਈ ਆ ਕੇ ਹੁਣ ਸਾਨੂੰ ਕਈ ਵਾਰ ਅਜੀਬ ਵਿਹੇਵ ਕਰ ਦਿੰਦਾ ਮੈਂ ਤਾਂ ਉਹ ਬੰਦੇ ਨੂੰ ਇੰਜੋਏ ਕਰਦਾ ਕਿ ਠੀਕ ਹੈ ਬਈ ਇਹ ਦਾ ਉਹ ਹੈ ਹੈਨਾ ਤੇ ਹਰੇਕ ਨੇ ਆਪਣਾ ਇੱਕ ਪੈਟਰਨ ਚੁਣਨਾ ਤੇ ਮੈਨੂੰ ਲੱਗਦਾ ਖੁਸ਼ ਰਹਿਣਾ ਇੱਕ ਚੁਆਇਸ ਹੋਣੀ ਚਾਹੀਦੀ ਹੈ ਤੁਹਾਡੀ ਨਾ ਕਿ ਮਜਬੂਰੀ ਹੂੰ ਤੇ ਇਹਦੇ ਵਰਗੀ ਕੋਈ ਰੀਜ਼ਨਿੰਗ ਹੈ ਹੱਸ ਖੇਡ ਕੇ ਸਾਰੇ ਕੰਮ ਹੋ ਜਾਣਾਂ ਵੱਡੇ ਤੋਂ ਵੱਡਾ ਮਸਲਾ ਇੱਕ ਸਮਾਇਲ ਖਤਮ ਕਰ ਸਕਦੀ ਜੀ ਸਾਡੇ ਸਿਆਪਾ ਹੁਣ ਜਿਹੜਾ ਬੰਦਾ ਫੇਸਬੁੱਕ ਤੇ ਡਾ ਮਹਾਨ ਸਮਝਦਾ ਆਪਣੇ ਆਪ ਨੂੰ ਉਹ ਕਈ ਵਾਰ ਮੈਂ ਤੇ ਨਾ ਤੇ ਬੱਤੀਆਂ ਦੇ ਲੜਦੇ ਦੇਖਿਆ ਜਿਹੜਾ ਕਹਿੰਦਾ ਕੰਟਰੀ ਐ ਕੰਟਰੀ ਐ ਜਦੋਂ ਮੋਹਾਲੀ ਚ ਰਹਿੰਦੇ ਆਪਾਂ ਜਦੋਂ ਕਦੇ ਰੈੱਡ ਬੱਤੀਆਂ ਬੰਦ ਹੋ ਜਾਂਦੀਆਂ ਨਾ ਸਾਡਾ ਜਲੂਸ ਨਿਕਲ ਜਾਂਦਾ ਬਾਹਰਲੇ ਦੇਸ਼ਾਂ ਜੇ ਧੁਮਾਕਾ ਵੀ ਹੋ ਜੇ ਨਾ ਤਾਂ ਲਾਈਨ ਬਣਾ ਕੇ ਨਿਕਲਦੇ ਆਓ ਸਾਡੇ ਤਾਂ ਪੂਰੀਆਂ ਦੇ ਲੰਗਰ ਚ ਵੀ ਇੱਕ ਦੂਜੇ ਤੇ ਚੜ ਕੇ ਆਉਂਦੇ ਉਹ ਵਾ ਮੈਂ ਖਾਣੀ ਆ ਪਹਿਲਾਂ ਗੱਡੀ ਮੇਰੀ ਲੰਘ ਜੇ ਪਹਿਲਾ ਲੈਨ ਤੋਂ ਬਾਕੀ ਬਾਅਦ ਚ ਫਾਟਕ ਦੇ ਥੱਲੇ ਨਹੀਂ ਖੜਦੇ ਸੀ ਥੱਲੇੋਂ ਲੰਘਦੇ ਆ ਮਰ ਚਾਹੇ ਜਾਈਏ ਪਤਾ ਨਹੀਂ ਜਾਣਾ ਕਿੱਥੇ ਆ ਵੀ ਥੋੜਾ ਜਿਹਾ ਤਾਂ ਮੈਨੂੰ ਲੱਗਦਾ ਕੰਟਰੀ ਹੁਣ ਆਪਾਂ ਸਰਕਾਰਾਂ ਨੂੰ ਗਾਲਾਂ ਕੱਢਦੇ ਆ ਗੱਲ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਪਰ ਮੈਂ ਜਾ ਰਿਹਾ ਹੁਣ ਹਮ ਕਿੰਨਾ ਸੌਖਾ ਸਰਕਾਰਾਂ ਨੂੰ ਗਾਲਾਂ ਕੱਢਣਾ ਪਰ ਸਾਡੇ ਵੀ ਕੋਈ ਫਰਜ਼ ਨੇ ਕੋਈ ਮਰਜ਼ੀ ਸਰਕਾਰ ਆ ਜੇ ਮੈਂ ਕਹਿੰਦਾ ਸਭ ਤੋਂ ਬੈਸਟ ਆ ਜੇ ਤੁਸੀਂ ਰੱਬ ਨੂੰ ਵੀ ਮੁੱਖ ਮੰਤਰੀ ਬਣਾ ਦੋ ਉਹਦੇ ਵੀ ਗਾਲਾਂ ਪੈਣਗੀਆਂ ਕਿਉਂ ਕਿ ਕਿਉਂਕਿ ਅਸੀਂ ਸਹੀ ਨਹੀਂ ਹੈ ਕਿਉਂ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਨੂੰ ਘਰੇ ਬੈਠੇ ਕੋ ਰੋਟੀ ਦੇ ਜੇ ਹੁਣ ਸੜਕ ਤੇ ਜਾਣਾ ਖੱਬੇ ਹੱਥ ਜਾਣਾ ਰੂਲ ਨਹੀਂ ਤੋੜਨਾ ਇਹ ਸਰਕਾਰ ਤਾਂ ਕੁਛ ਨਹੀਂ ਜਾਣਾ ਤਾਂ ਤੁਸੀਂ ਰਹੇ ਹੋ ਮੈਂ ਤਾਂ ਕਹਿੰਦਾ ਸਾਡਾ ਰੋਡ ਸਿਸਟਮ ਹੀ ਸਹੀ ਹੋ ਜਾ ਸਾਡੀ ਕੰਟਰੀ ਬਹੁਤ ਸਾਫ ਹੋ ਜਾ ਸਹੀ ਗੱਲ ਹੈ ਕਿੰਨੇ ਬੰਦੇ ਡਸਟਬਿਨ ਦੇਖ ਕੇ ਚੀਜ਼ ਛੱਡਦੇ ਆ ਹੂੰ ਹੂੰ ਬਾਹਰ ਜਾ ਕੇ ਸਾਰੇ ਸਿਆਣੇ ਹੋ ਜਾਂਦੇ ਆ ਕਿਉਂਕਿ ਉੱਥੇ ਡਾਂਗ ਪੈਂਦੀ ਹੈ ਹੂੰ ਇੱਥੇ ਖੁੱਲੇ ਚ ਜੋ ਮਰਜ਼ੀ ਕਰੋ ਉੱਥੇ ਕਰਕੇ ਦਿਖਾਵੇ ਕੋਈ ਉੱਥੇ ਕੋਈ ਰੂਲ ਤੋੜ ਕੇ ਦਿਖਾਵੇ ਹੂੰ ਹੈਨਾ ਉੱਥੇ ਟੌਰ ਨਾਲ ਲਾਇਸੈਂਸ ਕਿੰਨਾ ਔਖਾ ਬਣਦਾ ਇੱਥੇ ਤੱਕ ਬਿਨਾ ਫੋਟੋ ਵੀ ਬਾਅਦ ਚ ਕਰਾ ਦੀ ਕੋਈ ਨਹੀਂ ਹੁਣ ਤਾਂ ਚਲੋ ਰੂਲ ਬਣ ਗਏ ਜਿਹੜੇ ਟਾਈਮ 'ਚ ਮੈਂ ਕਰਾਇਆ ਸੀ 16 ਸਾਲ ਪਹਿਲਾਂ ਪਤਾ ਨਹੀਂ ਹਾਂ ਉਦੋਂ ਤਾਂ ਬਸ 300 ਰੁਪਏ ਦਿੱਤਾ ਹੀ ਕਹਿੰਦੇ ਆ ਜੂ ਕਰੇ ਚੁਆਇਸ ਹੁਣੀ ਚਾਹੀਦੀ ਐ ਮੈਨੂੰ ਲੱਗਦਾ ਖੁਸ਼ ਰਹਿਣਾ ਚੁਆਇਸ ਐ ਚੰਗਾ ਇਨਸਾਨ ਬਣਨਾ ਵੀ ਚੁਆਇਸ ਐ ਬਾਕੀ ਸਿਸਟਮ ਦਾ ਹਿੱਸਾ ਬਣ ਕੇ ਰਹਿਣਾ ਵੀ ਚੁਆਇਸ ਐ ਹੱਸਦੇ ਖੇਡਦੇ ਜ਼ਿੰਦਗੀ ਕੱਢੋ ਬਹੁਤ ਵਧੀਆ ਨਿਕਲੂਗੀ ਤੇ ਆਪਣੇ ਆਪ ਨੂੰ ਸਹੀ ਕਰੋ ਮੈਂ ਕਹਿੰਦਾ ਲੈਕਚਰ ਕਿਸੇ ਨੂੰ ਨਾ ਦੋ ਕਿ ਸਾਨੂੰ ਨਹੀਂ ਤੁਸੀਂ ਸਿਆਣਾ ਬਣਾਉਣਾ ਗਿਆਨ ਵੰਡਣਾ ਹੀ ਨਹੀਂ ਬਸ ਹਰ ਬੰਦਾ ਆਪਣੇ ਆਪ ਨੂੰ ਸਿਆਣਾ ਬਣਾ ਲੇ ਨਾ ਸਾਰੇ ਸਿਆਣੇ ਹੋ ਜਾਣ ਮੈਂ ਕਹਿੰਦਾ ਕੋਈ ਇਸ ਗੱਲ ਦਾ ਹੀ ਪ੍ਰਣ ਕਰ ਲੇ ਬਾਕੀ ਗੱਲਾਂ ਤਾਂ ਛੱਡੋ ਮੁੱਦੇ ਬਹੁਤ ਨੇ ਕੋਈ ਸੜਕ ਤੇ ਖੱਬੇ ਹੱਥ ਚੱਲੇ ਜਾਂ ਸੜਕ ਤੇ ਅਸੀਂ ਸਹੀ ਚੱਲਣ ਲੱਗ ਜਾਈਏ ਸਾਡੇ ਚ ਬਹੁਤ ਸੁਧਾਰ ਹੋ ਜਾਊਗਾ ਹੁਣ ਉੱਥੇ ਜੇ ਬੱਤੀ ਕਿਸੇ ਜਗ੍ਹਾ ਤੇ ਨਹੀਂ ਹੁੰਦੀ ਬਾਹਰ ਤਾਂ ਜਿਹੜਾ ਪਹਿਲਾਂ ਆਇਆ ਉਹ ਹੀ ਜਾਊਗਾ ਕਦੇ ਵੀ ਦੇਖੇ ਉੱਥੇ ਗੱਡੀ ਚ ਗੱਡੀ ਨਹੀਂ ਵੱਜਦੀ ਆ ਇੱਥੇ ਤਾਂ ਅੱਧਾ ਘੰਟਾ ਇਸ ਗੱਲ ਤੇ ਲੜਨ ਲੱਗ ਜਾਂਦੇ ਮੈਂ ਜਾਣਾ ਪਹਿਲਾਂ ਮੈਂ ਜਾਣਾ ਫੇ ਲੜਾਈਆਂ ਵੱਖਣੀਆਂ ਇਧਰ ਲੈ ਨੇ ਇਧਰ ਮੁੜਨਾ ਐਂਡਿਕੀਟਰ ਸੋਕਣ ਵਾਲਾ ਸੀ ਕਦੇ ਕਦੇ ਲਾਉਨੇ ਆ ਧੁੰਦ ਚ ਵੀ ਅਸੀਂ ਇਧਰਲੇ ਪਾਸੇ ਆ ਰਹੇ ਹੁੰਨੇ ਆ ਹਾਂ ਹਨਾ ਧੁੰਦ ਚ ਕਿੰਨੇ ਕੇਸ ਵੀ ਆ ਰਹੇ ਨੇ ਸੀ ਪੀ ਇਸ਼ੂ ਹੈ ਨਹੀਂ ਕਿੰਨੇ ਐਕਸੀਡੈਂਟ ਹੁੰਦੇ ਆ ਮੈਨੂੰ ਐਡਾ ਹੁੰਦਾ ਕਿ ਧੁੰਦ ਚ ਤੁਸੀਂ ਗੱਡੀ ਰਸਤੇ ਚ ਰੋਕ ਲੈਨੇ ਹੋ ਸਾਡੇ ਰੋਡ ਤਾਂ ਵੈਸੀ ਸਿੰਗਲ ਨਹੀਂ ਹਨਾ ਅਸੀਂ ਘੁਮਕੇ ਨਹੀਂ ਆਉਣਾ ਉਧਰ ਦੀ ਥੱਲੇ ਦੀ ਅਸੀਂ ਐ ਉਲਟਾ ਜਾ ਕੇ ਵੀ ਸ਼ਾਰਟਕਟ ਜਾਣਾ ਸਾਰਿਆਂ ਦਾ ਨਿਚੋੜ ਹੈਗਾ ਪੇਸ਼ੈਂਸ 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 ਆਰਾਮ ਨਾਲ ਆਰਾਮ ਨਾਲ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਹੈ ਜੇ ਸਾਡੇ ਤੇ ਸਬਰ ਆ ਗਿਆ ਨਾ ਵੀ ਬਹੁ ਵੱਡੀ ਗੇਮ ਜਿੱਤ ਜਾਗੇ ਹਰ ਚੀਜ਼ ਚ ਸਬਰ ਉਹ ਮੇਰੇ ਇੱਕ ਫਰੈਂਡ ਨੂੰ ਨਾ ਬਹੁਤ ਗੁੱਸਾ ਹੁੰਦਾ ਤੇ ਉਹ ਚੜ ਜਾਂਦਾ ਯਾਰ ਗੱਲ ਤੋਂ ਉਹਨੂੰ ਮੈਂ ਇੱਕ ਗੱਲ ਪੱਲੇ ਪਾਈ ਸੀ ਉਸ ਦਿਨ ਤੋਂ ਗੁੱਸੇ ਹੋਣਾ ਟਕ ਗਿਆ ਮੈਂ ਕੀ ਪੱਲੇ ਪਾਈ ਸੀ ਉਹਦੇ ਗੱਲ ਮੈਂ ਕਿਹਾ ਜਦੋਂ ਤੈਨੂੰ ਗੁੱਸਾ ਹੋਵੇ ਨਾ ਤੂੰ 20 ਮਿੰਟ ਪਹਿਲਾਂ ਸ਼ਾਂਤ ਬਹਿਣਾ ਵੀ ਹੈ ਮੇਰਾ ਗੁੱਸਾ ਕਰਨਾ ਲਾਜ਼ਮੀ ਜਾਂ ਜਾਇਜ਼ ਆ ਵੀ ਪਹਿਲਾਂ 15 ਕੁ ਮਿੰਟ ਅੰਦਰ ਹੀ ਰੱਖੀ ਬਈ ਜੇ ਤੇਰਾ ਸ਼ਾਂਤ ਹੋ ਗਿਆ ਹੋ ਗਿਆ ਫਿਰ ਤੂੰ ਆਪਣੀ ਗੱਲ ਕਰ ਲਈ ਜਿੱਦਾਂ ਮੈਂ ਤੁਹਾਡਾ ਗੁੱਸੇ ਆ ਵੀ ਮੈਂ ਆ ਜੇ ਨਾ ਭੋਲਾ ਜਾ ਜੇ ਉਹਦਾ ਭੋਲੇ ਹੋਏ ਭੋਲੇ ਕੱਢਣਾ ਜੇ ਪਹਿਲੇ ਹੀ ਬਣਾ ਕੇ ਰੱਖਿਆ ਹੁੰਦਾ ਠੀ ਤੇ ਜਿਵੇਂ ਮੈਂ 15 ਮਿੰਟ ਸੋਚ ਲਿਆ ਯਾਰ ਮੈਂ ਗੁੱਸਾ ਕਰ ਲਿਆ ਠੀਕ ਆ ਅੱਗੋਂ ਜਵਾਬ ਆ ਗਿਆ ਬਾਈ ਅੱਗੋਂ ਖਸਮੋਖ ਉਹਨੇ ਕਹਿ ਦਿੰਨਾ ਯਾਰ ਚੱਲ ਕੋਈ ਗੱਲ ਨਹੀਂ ਅਮਣ ਫੇਰਾ ਪੈ ਕਰ ਲੰਨੇ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਕਿਹਾ ਮੈਂ ਫਿਰ ਰਿਜੈਕਟ ਕਰਦਾ ਰਹੂੰਗਾ ਯਾਰ ਮੈਂ ਐਨਾ ਗੁੱਸੇ ਨਾਲ ਬੋਲ ਪਿਆ ਨੂੰ ਅੱਗੋਂ ਤਾਂ ਉਹ ਸ਼ਾਂਤ ਰਹਿਣਾ ਸ਼ੁਰੂ ਹੋ ਗਿਆ ਕਿੰਨੀ ਕੀ ਗੱਲ ਤੇ ਆਪਾਂ ਲੜ ਪੈਨੇ ਆ ਨਾ ਮੈਂ ਦੇਖਿਆ ਕੱਲ ਮੈਂ ਗੱਡੀ ਜਾਂਦਾ ਮੇਰੀ ਗ੍ਰੀਨ ਲਾਈਟ ਸੀਗੀ ਉਧਰੋਂ ਕੋਈ ਮੋਟਰਸਾਈਕਲ ਵਾਲਾ ਰੈੱਡ ਤੇ ਆ ਗਿਆ ਹੂੰ ਹੁਣ ਮੇਰੀ ਗ੍ਰੀਨ ਸੀਗੀ ਸਪੀਡ ਫੜ ਲਈ ਗੱਡੀ ਨੇ ਥੋੜੀ ਜੀ ਉਹਦੇ ਚ ਨਾ ਵਿਚਾਰਾ ਬਣੀ ਆਨਲਾਈਨ ਆਰਡਰ ਵਾਲਾ ਸੀਗਾ ਕੋਈ ਅੱਛਾ ਉਹਦੇ ਜਦੋਂ ਵੱਜਣ ਲੱਗਿਆ ਨਾ ਬ੍ਰੇਕ ਮਾਰੀ ਮੈਂ ਇੱਕਦਮ ਮੇਰੇ ਪਿੱਛੇ ਵੀ ਗੱਡੀਆਂ ਆਉਂਦੀਆਂ ਠਾ ਆ ਕੇ ਟੱਚ ਹੋ ਗਈ ਥੋੜੀ ਜੀ ਉਹਦਾ ਮੈਂ ਇੱਕ ਐਕਸਪ੍ਰੈਸ਼ਨ ਦੇਖਿਆ ਜਿਹੜਾ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਵਧੀਆ ਲੱਗਿਆ ਹਾਲਾਂਕਿ ਗੁੱਸਾ ਤਾਂ ਆਉਂਦਾ ਬੰਦੇ ਨੂੰ ਇੱਕ ਵਾਰੀ ਜਦੋਂ ਉਹਨੇ ਵੱਜੀ ਉਹਨੇ ਜੇ ਅੱਖਾਂ ਹੀ ਬੰਦ ਕਰਕੇ ਉਹਨੇ ਬਸ ਐਂ ਕਿਹਾ ਬਈ ਵਹੀ ਗੱਲ ਤੇ ਮੇਰੇ ਮੂੰਹ 'ਚ ਸਮਾਈਲ ਨਿਕਲ ਗਈ ਇੰਨੀ ਇੱਕ ਗੱਲ ਖਤਮ ਹੋ ਗਈ ਨਾ ਹੁਣ ਜੇ ਉਹ ਮੈਨੂੰ ਕਹਿੰਦਾ ਅੰਨਾ ਤਾਂ ਮੈਂ ਕਹਣਾ ਇਹ ਸਾਲਿਆ ਤੂੰ ਅੰਨਾ ਇੰਨੇ ਤੇ ਅਸੀਂ ਲੜਦੇ ਲੜਦੇ ਕਿੱਥੇ ਤੱਕ ਪਹੁੰਚ ਜਾਂਦੇ ਹਾਂ ਕਿੰਨੀ ਸਬਰ ਦੀ ਗੱਲ ਹੈ ਕਿ ਇੱਕ ਬੰਦਾ ਜੇ ਨੂੰ ਗੁੱਸਾ ਆਇਆ ਮੰਨ ਲਓ ਅਸੀਂ ਹਿਊਮਨ ਹੈ ਗੁੱਸਾ ਆਉਂਦਾ ਵੀ ਆਉਂਦਾ ਵਾ ਤੇ ਦੂਜਾ ਮਾੜੀ ਜੀ ਸਮਾਈਲ ਵੀ ਕਰ ਦੇ ਉਹਨੂੰ ਸਬਰ ਨੂੰ ਰੱਖ ਕੇ ਆਟੋਮੈਟਿਕ ਤੁਸੀਂ ਥੱਲੇ ਆ ਜਾਓਗੇ ਇਸ ਚੀਜ਼ ਦਾ ਕਿੰਨਾ ਫਰਕ ਪੈਂਦਾ ਕੀ ਆ ਬਾਤ ਮੈਨੂੰ ਮੈਨੂੰ ਸਾਹਮਣੇ ਉਹ ਪਾਵਰਫੁਲ ਬੰਦਾ ਉਹ ਲੱਗਦਾ ਜਿਹਦਾ ਇਮੋਸ਼ਨ ਤੇ ਕੰਟਰੋਲ ਆ ਭਾਵੇਂ ਉਹ ਖੁਸ਼ੀ ਆ ਭਾਵੇਂ ਉਹ ਗੁੱਸਾ ਵਾ ਪਿਆਰ ਆ ਜਿਹਨੂੰ ਬੈਲੈਂਸ ਕਰਨਾ ਹੁੰਦਾ ਵੀ ਸਭ ਕੁਝ ਠੀਕ ਆ ਹਾਂ ਉਹ ਬੰਦਾ ਬਾਕੀ ਬਹੁਤ ਸਟਰੋਂਗ ਸਹੀ ਗੱਲ ਹੈ ਵੀ ਉਹ ਖੁਸ਼ੀ ਵੀ ਜ਼ਾਹਿਰ ਨਹੀਂ ਕਰਦਾ ਬਸ ਠੀਕ ਹੈ ਹਾਂ ਨਾ ਜਿਆਦਾ ਹੱਸਦੇ ਆ ਨਾ ਉਹਨਾਂ ਨੂੰ ਖੁਸ਼ੀ ਹੁੰਦੀ ਆ ਕੋਈ ਨਾ ਛੇਤੀ ਰੋਂਦੇ ਆ ਉਹ ਨਾ ਉਮਰੂ ਮਰੂ ਕਰਦੇ ਆ ਤੇ ਇਹ ਚੀਜ਼ ਆਉਣੀ ਕਿਸੇ ਬੰਦੇ ਚ ਬਹੁਤ ਵਧੀਆ ਗੱਲ ਹੂੰ ਰਿਗਰੈਕਟ ਹੈਗਾ ਕੋਈ ਜ਼ਿੰਦਗੀ ਦਾ ਰਿਗਰੈਕਟ ਕਹਿੰਦੇ ਆ ਜਾਂ ਨਾ ਕੋਈ ਰਿਗਰੈਕਟ ਵੀ ਯਾਰ ਕੋਈ ਆ ਚੀਜ਼ ਕਰ ਲੰਦੇ ਜਾਂ ਆ ਹੋ ਜਾਂਦਾ ਏ ਇਦਾਂ ਹੋ ਜਾਂਦਾ ਉਹ ਆਲਾ ਬਥੇਰਾ ਕੋ ਸੋਚੀ ਜਰ ਗੱਟਾ ਵੀ ਰਾਤਕ ਤੇ ਚਲੇ ਜਾਂਦੇ ਮੈਂ ਵੀ ਉਹ ਪੰਡੂ ਬੀਚ ਬਹਿ ਕੇ ਨਾ ਰਾਇ ਨੇ ਅਮੀਰ ਨਹੀਂ ਹੋਣਾ ਵੀ ਐਡਵੈਂਚਰ ਲਈ ਪੰਡੂ ਬੀਚ ਗਏ ਯਾਰ ਕਾਦਾ ਵੀ ਜੋ ਹੈ ਉਹੀ ਗੱਲ ਉਹੀ ਗੱਲ ਆ ਗਈ ਸੇਮ ਸਾਡੇ ਹੱਥ ਵਾਸਤੇ ਕੁਝ ਨਹੀਂ ਜੇ ਸਾਡੇ ਹੱਥ ਵਾਸਤੇ ਕੁਝ ਹੋਵੇ ਫੇਰ ਅਸੀਂ ਰਿਗਰੈਟ ਕਰੀਏ ਕਈ ਵਾਰੀ ਜਿੱਦਨ ਨੂੰ ਚੰਗਾ ਕੰਮ ਕਰਮੋ ਇੱਕ ਚੀਜ਼ ਤੇ ਮੈਂ ਬਹੁਤ ਬਲੀਵ ਕਰਦਾ ਜੇ ਜ਼ਿੰਦਗੀ ਤੁਸੀਂ ਕਿਸੇ ਦਾ ਮਾੜਾ ਕੀਤਾ ਤੁਹਾਡੇ ਨਾਲ ਹੋਣਾ ਹੀ ਹੋਣਾ ਤੇ 100% ਹੋਣੀ ਹੋਣਾ ਹੋਣਾ ਹੀ ਹੋਣਾ ਮੈਂ ਤਾਂ ਲਿਖ ਕੇ ਲੈ ਲੂ ਗਾ ਇਹ ਮੇਰਾ ਮੰਨਣਾ ਬਲੀਵ ਬਾਕੀ ਚੀਜ਼ਾਂ ਤੇ ਮੈਂ ਬੜਾ ਬਲੀਵ ਨਹੀਂ ਕਰਦਾ ਕਿਸੇ ਵੀ ਚੀਜ਼ ਫੈਕਟ ਤੇ ਗੱਲ ਕਰਦਾ ਹਨਾ ਵੀ ਇਸ ਚੀਜ਼ ਤੇ ਮੇਰਾ ਬਹੁਤ ਮੰਨਣਾ ਕਿ ਜਿਹੜੀ ਸ਼ਾਇਦ ਕੁਦਰਤ ਹੈ ਕੋਈ ਪਾਵਰ ਬੈਠੀ ਹੈ ਸੁਪਰੀਮ ਹਨਾ ਜਿਹੜੀ ਇਸ ਚੀਜ਼ ਨੂੰ ਕੰਟਰੋਲ ਰੱਖਦੀ ਹੈ ਕਿ ਜੇ ਤੁਸੀਂ ਕਿਸੇ ਬਾਰੇ ਬੁਰਾ ਸੋਚਿਆ ਤੁਹਾਡੇ ਨਾਲ ਉਵੇਂ ਹੋਣਾ ਮੈਨੂੰ ਲੱਗਦਾ ਮੈਂ ਬਹੁਤ ਇਸ ਚੀਜ਼ ਤੋਂ ਬਚਿਆ ਹੋਇਆ ਕਿ ਮੈਂ ਕਿਸੇ ਬਾਰੇ ਬੁਰਾ ਨਹੀਂ ਸੋਚਦਾ ਸ਼ਾਇਦ ਤਾਂ ਉਹ ਮੇਰੇ ਸੁਭਾਅ ਚ ਆ ਗਈ ਚੀਜ਼ ਜਿੱਦਣ ਮੈਂ ਬੁਰਾ ਸੋਚਣ ਲੱਗ ਗਿਆ ਵੀਰ ਇਹ ਨਹੀਂ ਪਾਣ ਨੂੰ ਛੱਡਣਾ ਨਹੀਂ ਮੇਰਾ ਸੁਭਾਅ ਉਦਾਂ ਦਾ ਹੋਣ ਲੱਗ ਜੂਗਾ ਕਿ ਉਸ ਚੀਜ਼ ਚ ਬਹੁਤ ਹੁੰਦਾ ਕਦੇ ਵੀ ਮੈਨੂੰ ਲੱਗਦਾ ਕਿ ਈਰਖਾ ਔਰਖਾ ਮੈਨੂੰ ਮਾਫ ਕਰਨਾ ਉਹੀ ਗੱਲ ਕਿ ਵਧੀਆ ਚੀਜ਼ ਹੁੰਦੀ ਹੈ ਹੂੰ ਇਸ ਚੀਜ਼ ਮੈਂ ਬਹੁਤ ਬਲੀਵ ਕਰਦਾ ਕਿ ਕਿਸੇ ਦਾ ਬੁਰਾ ਨਾ ਕਰੋ ਤੁਹਾਡੇ ਨਾਲ ਕਦੇ ਨਹੀਂ ਹੋਊਗਾ ਫੇਰ ਤੁਸੀਂ ਕਈ ਵਾਰ ਉਹ ਸਿਚੁਏਸ਼ਨ ਵੀ ਆ ਜਾਂਦੀ ਹੈ ਕਿ ਅੱਜ ਤੂੰ ਤੁਸੀਂ ਮੇਰੀ ਗੱਲ ਸੁਣ ਕੇ ਕਿਸੇ ਦਾ ਬੁਰਾ ਨਾ ਕਰੋ ਕੱਲ ਨੂੰ ਤੁਹਾਡੇ ਨਾਲ ਹੋ ਜੇ ਤੁਸੀਂ ਮੇਰੇ ਵਗਰ ਪਏ ਹੋ ਮੋ ਯਾਰ ਤੂੰ ਕਿਹਾ ਸੀ ਬੁਰਾ ਨਾ ਕਰ ਤੇਰੇ ਵਗਰ ਲੱਗ ਕੇ ਤਾਂ ਮੈਂ ਐ ਕਰਦਾ ਰਿਹਾ ਮੇਰੇ ਗੋਲੀ ਮਾਰ ਗਿਆ ਫਟ ਚ ਵੀਰੇ ਕਿਹਦਾ ਬੁਰਾ ਨਾ ਉਹ ਇੱਕ ਅਲੱਗ ਮੈਟਰ ਹੈ ਨਾ ਉਹ ਚੀਜ਼ ਆ ਜੇ ਤੁਸੀਂ ਪਹਿਲਾਂ ਕਈ ਵਾਰੀ ਪ੍ਰਾਣੀ ਉਹੀ ਗੱਲ ਆ ਗਈ ਜਿ ਪ੍ਰਾਣੀਆਂ ਚੀਜ਼ਾਂ ਨੂੰ ਕੰਟਰੋਲ ਕਰਦੇ ਕਰਦੇ ਤੁਹਾਡੀ ਇੱਕ ਗਲਤੀ ਤੁਹਾਡੀ ਸਾਰੀ ਉਹ ਜਿਵੇਂ ਨੈਟਫਲਿਕਸ ਤੇ ਸੀਰੀਜ਼ ਨਹੀਂ ਆਈ ਹੋਈ ਕਰੀ ਐਂਡ ਉਹ ਸਾਈਨੈਟ ਤੁਸੀਂ ਦੇਖਿਓ ਡਾਕੂਮੈਂਟਰੀ ਐ अच्छा वो जॉन वो कुड़ी ने ਝੂਠ ਬੋਲ ਕੇ ਵਿਆਹ ਕਰਾਇਆ ਕਿ ਮੇਰੇ ਕੋਲ ਡਿਗਰੀ ਹੈ ਮੈਂ ਸਟਾਰਟ ਪੜ੍ਹੀ ਲਿਖੀ ਫੈਮਿਲੀ ਮੈਂ ਸਟਾਰਟ ਕੀਤੀ ਸੀ ਹਾਂ ਜੌਨ ਵਾਲੀ ਕੋਈ ਜੌਨੀ ਜੌਨੀ ਹਾਂ ਉਧਰ ਕੇਰਲਾ ਦੀ ਹੈ ਕੋਈ ਕੇਰਲਾ ਦੀ ਹਾਂ ਸਮਝ ਆਉਂਦੀ ਉਹੀ ਉਹੀ ਹੈ ਜੌਨੀ ਨਾਂ ਸੀ ਸ਼ਾਇਦ ਉਹਦਾ ਉਹਨੇ ਝੂਠ ਬੋਲਿਆ ਇੱਕ ਝੂਠ ਬੋਲਿਆ ਵਿਆਹ ਕਰਾ ਲਿਆ ਪੜ੍ਹੀ ਲਿਖੀ ਫੈਮਿਲੀ ਚਲੀ ਗਈ ਹੁਣ ਉਹਦੀ ਮੰਮੀ ਕਹਿੰਦੀ ਵੀ ਤੂੰ ਘਰ ਦਾ ਕੰਮ ਚੰਗੀ ਨਹੀਂ ਲੱਗਦੀ ਕਰਦੀ ਤੂੰ ਨੌਕਰੀ ਕਰ ਨੌਕਰੀ ਕਿੱਥੋਂ ਕਰੇ ਡਿਗਰੀ ਤਾਂ ਹੈ ਨਹੀਂ ਓਕੇ ਜਦੋਂ ਉਹ ਕਰਦੀ ਰਹੀ ਉਹਨਾਂ ਲੱਗਿਆ ਇਹਨੂੰ ਡਾਊਟ ਹੋ ਜਾਣਾ ਉਹਨੇ ਆਪਣੀ ਸੱਸ ਦਾ ਪਹਿਲਾ ਮਰਡਰ ਕੀਤਾ ਇੱਕ ਇੱਕ ਝੂਠ ਪਿੱਛੇ ਫਿਰ ਉਹਨੇ 6 ਮਰਡਰ ਕੀਤੇ ਹੋਰ ਹਮਮ پوری ਫੈਮਿਲੀ ਖਤਮ ਕਰਤੀ ਹੁਣ ਦੇਖ ਲਓ ਕਿੱਥੋਂ ਸਰਕਲ ਸ਼ੁਰੂ ਹੋਇਆ ਹਮ ਕਿ ਤੁਸੀਂ ਫਿਰ ਉਧਰ ਨੂੰ ਜਾਈ ਜਾਂਦੇ ਹੋ ਜਾਈ ਜਾਂਦੇ ਹੋ ਅੱਜ ਉਹ ਜੇਲ੍ਹ 'ਚ ਬੈਠੀ ਹੈ ਹਮ ਸੋ ਉਹ ਇੱਕ ਇੱਕ ਚੀਜ਼ ਹੀ ਹੁੰਦੀ ਹੈ ਜਿਹੜੀ ਤੁਹਾਨੂੰ ਕਿੱਧਰ ਨੂੰ ਕਿੱਧਰ ਲੈ ਜਾ ਦੇ ਹਨ ਇਸ ਕਰਕੇ ਸਬਰ ਇੱਕ ਹੋਰ ਸਵਾਲ ਆ ਇੰਟਿਊਸ਼ਨਸ ਹੁੰਦੀਆਂ ਹੁੰਦੀਆਂ ਹਨ ਮਨ 'ਚ ਕੋਈ ਚੀਜ਼ ਹੋਣੀ ਆ ਕਿਵੇਂ ਹੋਣੀ ਆ ਇੰਗਲਿਸ਼ ਕੀਵਰਡ ਕਰਦੇ ਆਂ ਅੱਜ ਕੱਲ ਕੁੜੀਆਂ ਬੜੀਆਂ ਗੰਦੀਆਂ ਵੀ ਉਹ ਕਰੋ ਮੇਰੇ ਕੀ ਹਾਂ ਹੁੰਦਾ ਯਾਰ ਕੋਈ ਹੈ ਨਾ ਨਹੀਂ ਨਹੀਂ ਕੀ ਕਹਿੰਦੇ ਹੁੰਦੇ ਆ ਉਹ ਵਰਡ ਨੂੰ ਸਿਕਸ ਸੈਂਸ ਯਾਰ ਇੱਕ ਸੀਰੀਜ਼ ਵੀ ਆਈ ਆ ਮੈਨੀਫੈਸਟੇਸ਼ਨ ਹੈ ਹੈ ਨਾ ਮੈਨੀਫੈਸਟ ਕਰਨਾ ਅੱਛਾ ਮੈਨੂੰ ਨਹੀਂ ਪਤਾ ਹੁਣ ਉਹ ਏ ਭੋਲੇ ਏ ਮੂਵੀ ਆ ਰਹੀ ਆ ਤੁਹਾਨੂੰ ਅੰਦਰ ਇੱਥੇ ਜਿਹੜੀ ਚੀਜ਼ ਆ ਰਹੀ ਆ ਬਈ ਕਿੱਦਾਂ ਦਾ ਹੋਣਾ ਵਾ 16 ਫਰਵਰੀ ਫਰਵਰੀ ਨੂੰ ਉਹ ਕੀ ਆ ਰਿਹਾ ਵਾ ਬੈਸਟ ਜੀ ਇਹ ਹੈ ਕਿ ਮੈਂ ਫਿਲਮ ਨੂੰ ਲੈ ਕੇ ਬਹੁਤ ਪੋਜ਼ਿਟਿਵ ਆ ਠੀਕ ਆ ਬਹੁਤ ਸਾਰੇ ਲੋਕ ਇਸ ਫਿਲਮ ਨੂੰ ਛੋਟੀ ਸਮਝਦੇ ਆ ਮੈਂ ਕਹਿੰਦਾ ਆਹ ਲਾਈਨ ਤੁਸੀਂ ਬਾਅਦ ਚ ਪਾਇਓ ਬਾਅਦ ਚ ਕਦੋਂ ਫਿਲਮ ਤੋਂ ਬਾਅਦ ਚ ਇਹ ਲਾਈਨ ਪਾਇਓ ਬਾਅਦ ਹੈ ਨਾ ਇਸ ਫਿਲਮ ਨੂੰ ਬਹੁਤ ਲੋਕ ਛੋਟੀ ਸਮਝਦੇ ਆ ਪਰ ਉਹਨਾਂ ਨੂੰ ਬਾਅਦ ਚ ਪਤਾ ਲੱਗੂਗਾ ਵੀ ਇਹ ਫਿਲਮ ਕਿੱਦਾਂ ਦੀ ਹੈ ਇਹ ਮੇਰਾ ਮੰਨਣਾ ਹੂੰ ਪਤਾ ਨਹੀਂ ਛੋਟੀ ਫਿਲਮ ਕਿਹੜੀ ਹੁੰਦੀ ਹੈ ਮੈਨੂੰ ਛੋਟੀ ਮੈਨੂੰ ਲੱਗਦਾ ਪਤਾ ਨਹੀਂ ਮੈਨੂੰ ਇਹ ਲੱਗਦਾ ਹੁੰਦੀ ਸਵਾ ਦੋ ਘੰਟੇ ਜਿੰਨੂੰ ਅਸੀਂ ਪ੍ਰੋਪਰ ਸ਼ੁਰੂ ਤੋਂ ਲੀਡ ਚ ਨਾ ਵੱਡਾ ਹੀਰੋ ਦੇਖਦੇ ਆ ਉਹਦੀ ਫਿਲਮ ਵੱਡੀ ਵੀ ਤੁਸੀਂ ਨਿਕਲ ਕੇ ਆਹ ਇਹ ਕੈਰੈਕਟਰ ਤੋਂ ਵੀ ਫਿਲਮ ਛੋਟੀ ਹੈ ਨਾ ਕੈਰੈਕਟਰ ਤੋਂ ਤੁਸੀਂ ਲੀਡ ਤੇ ਆਏ ਹੋ ਬਈ ਹੁਣ ਆਪ ਹੀ ਵੈਸੇ ਲਈ ਜਾਂਦਾ ਯਾਰ ਐ ਥੋੜੀ ਕਰ ਸਕਦਾ ਕੋਈ ਸਾਈਡ ਤੋਂ ਆ ਕੇ ਸ਼ਾਇਦ ਇਤਿਹਾਸ ਗਵਾਹ ਵੀ ਇਤਿਹਾਸ ਬਣਦੇ ਵੀ ਐ ਹੀ ਹੁੰਦੇ ਆ ਸੋ ਮੈਂ ਇਸ ਫਿਲਮ ਨੂੰ ਲੈ ਕੇ ਬਹੁਤ ਪੋਜ਼ਿਟਿਵ ਆ ਮੈਨੂੰ ਲੱਗਦਾ ਜਿਹੜਾ ਬੰਦਾ ਇਹ ਫਿਲਮ ਦੇਖੂਗਾ ਦੋ ਵਾਰ ਤਾਂ ਜ਼ਰੂਰ ਦੇਖੂਗਾ ਇੰਨਾ ਮੈਂ ਕੌਨਫੀਡੈਂਸ ਹੈਗਾ ਫਿਲਮ ਨੂੰ ਲੈ ਕੇ ਮੈਨੂੰ ਕੋਈ ਡਰ ਨਹੀਂ ਹੈ ਮੈਨੂੰ ਬਸ ਇਹੀ ਹੈ ਕਿ ਸਹੀ ਟਾਈਮ ਤੇ ਉਦੋਂ ਕੁਝ ਹੋਰ ਹੋਵੇ ਨਾ ਕੋਈ ਹੋਰ ਵੱਡੀ ਉਹ ਨਾ ਹੋਵੇ ਸਹੀ ਟਾਈਮ ਤੇ ਸਹੀ ਟਾਈਮ ਤੇ ਸ਼ੋ ਚੰਗੇ ਮਿਲ ਜਾਣ ਤੇ ਲੋਕ ਉੱਥੇ ਪਹੁੰਚ ਜਾਣ ਫਿਲਮ ਨੂੰ ਲੈ ਕੇ ਮੈਂ ਬਹੁਤ ਪੋਜ਼ਿਟਿਵ ਹਾਂ ਉਹ ਕੋਈ ਡਾਊਟ ਨਹੀਂ ਹੈ ਇਸ ਤੋਂ ਬਾਅਦ ਆ ਜਿਹੜਾ ਨਜ਼ਰੀਆ ਲੋਕਾਂ ਦਾ ਉਹ ਬਦਲ ਸਕਦਾ ਕਿ ਖਾਸ ਤੌਰ ਤੇ ਇੰਡਸਟਰੀ ਦਾ ਉਹ ਤਾਂ ਹਮੇਸ਼ਾ ਤੋਂ ਹੀ ਰਿਹਾ ਚੜਦੇ ਨੂੰ ਸਲਾਮਾਂ ਹੁੰਦੀਆਂ ਹਨ ਉਹ ਤਾਂ ਹੈ ਪਰ ਫਿਲਮ ਨੂੰ ਲੈ ਕੇ ਜਿਹੜਾ ਮੇਰੀ ਇੰਟੂਇਸ਼ਨ ਬਹੁਤ ਸਟਰੋਂਗ ਹੈ ਫਿਲਮ ਛੱਡੂਗੀ ਨਹੀਂ ਮੈਂ ਅੱਗੇ ਹੱਸਦਾ ਸੀਗਾ ਕਿ ਇੱਕ ਤਹਾਸਾ ਹੁੰਦਾ ਨਾ ਇੱਕ ਹੁੰਦਾ ਬਹੁਤ ਹਾਸਾ ਹਨ ਜਿਹੜੇ ਕਈ ਵਾਰੀ ਅੱਜ ਕੱਲ੍ਹ ਮੂੰਹ ਤੇ ਸਮਾਈਲਾਂ ਰਹਿ ਗਈਆਂ ਇਸ ਫਿਲਮ ਚ ਬਹੁਤ ਹੱਸ ਕੇ ਤੁਸੀਂ ਖੁੱਲ ਸਕੋਗੇ ਨਾ ਨਾ ਖੁੱਲ ਕੇ ਆ ਸਕਦੇ ਇਹ ਫਿਲਮ ਤੁਹਾਨੂੰ ਉਦਾਂ ਦਾ ਟ੍ਰੀਟਮੈਂਟ ਦਊਗੀ ਮੈਂ ਬਾਪੂ ਜੀ ਨਾਲ ਬੇਬੇ ਨਾਲ ਜਾ ਸਕਦਾ ਫਿਲਮ ਦੇਖਣ ਆਰਾਮ ਨਾਲ ਜਾ ਸਕਦਾ ਪੂਰੀ ਫੈਮਲੀ ਨਾਲ ਜਾ ਸਕਦਾ ਐਂ ਐ ਨਾ ਵੇ ਮੇਡ ਹੈ ਵੱਠਾ ਡਾਡੀ ਮੈਂ ਲੈ ਆਵਾਂ ਕੁਝ ਤੁਹਾਡੇ ਲਈ ਨਹੀਂ ਇਹ ਨੈਟਫਲਿਕਸ ਹੀ ਹੈ ਨੈਟਫਲਿਕਸ ਜਦੋਂ ਵਜਾ ਸੀਨ ਆ ਜਾਂਦਾ ਨਾ ਕੋਈ ਐ ਉਹ ਫੋਨ ਜਾਂ ਧੱਕੇ ਨਾਲ ਐ ਜੇ ਲਾ ਕੇ ਨਾ ਹਾਂ ਹੈਲੋ ਪਾਜ਼ ਕਰਕੇ ਲਾਣੀ ਡਾਡੀ ਇੱਕ ਫਿਲਮ ਦੇਖ ਕੇ ਆ ਮੈਂ ਕਿਹਾ ਜਾਇਆ ਕਰੋ ਮੰਮੀ ਨੂੰ ਲੈ ਜਾ ਕਰੋ ਹੂੰ ਤੇ ਮੰਮੀ ਕਹਿੰਦੇ ਵਧੀਆ ਫਿਲਮ ਨਹੀਂ ਸੀ ਉਹ ਬੇ ਧੰਗੇ ਕਪੜੇ ਪਾਏ ਸੀ ਉਹਨੇ ਹਾਂ ਮੈਂ ਕਿਹਾ ਫਿਰ ਕਿਦਾਂ ਆਹ ਇਹ ਫਿਲਮ ਥੋੜੀ ਹੁੰਦੀ ਆ ਕੋਈ ਸਿੱਗੀ ਮਿਲਾਂ ਭਾਜੀ ਇਹ ਫਿਲਮ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਵੇਖਦੇ ਦੇ ਸਕਦੇ ਹੋ ਦੇਖ ਸਕਦੇ ਆ ਯਾਰਾਂ ਦੋਸਤਾਂ ਨਾਲ ਹੂੰ ਅ ਗਰਲਫ੍ਰੈਂਡ ਨਾਲ ਘਰ ਵਾਲੀ ਨਾਲ ਸਹੇਲੀਆਂ ਨਾਲ ਕਿਸੇ ਦੀ ਸਹੇਲੀ ਨਾਲ ਜਿਹਦੇ ਨਾਲ ਮਰਜ਼ੀ ਜਾ ਕੇ ਦੇ ਸਕਦੇ ਕਿਸੇ ਦੇਖੋ ਉਹ ਤੋਂ ਚੱਲਣਾ ਵੀ ਵੀਕ ਦੂਜਾ ਨਾ ਹਫਤਾ ਆ ਅੱਛਾ ਉਹ ਕਿਹੜਾ ਹੁੰਦਾ ਟੈਡੀ 14 ਫਰਵਰੀ 15 16 ਫਰਵਰੀ ਨਹੀਂ 14 ਨੂੰ ਤੁਸੀਂ ਕਰਨਾ ਪ੍ਰਪੋਜ਼ਡ ਇਹ ਹੁੰਦਾ 14 ਨੂੰ 14 ਨੂੰ ਤਾਂ ਹੋ ਜਾਂਦਾ ਵੈਲੈਂਟਾਈਨ ਹਾਂ 15 ਨੂੰ ਤੁਹਾਡਾ ਹੋ ਜਾਣਾ ਤਲਾਕ 16 ਨੂੰ 16 ਨੂੰ ਤੁਸੀਂ ਦੁਖੀ ਹੋਵੋਗੇ ਅਸਲ ਵਿੱਚ ਆਡੇ ਬੈਲ ਟੁੱਟੇ ਹੋਣੇ ਆ ਤੁਸੀਂ ਇਹ ਫਿਲਮ ਨੂੰ ਦੇਖਣਾ ਤੁਹਾਡਾ ਫਿਰ ਪੈਚ ਅਪ ਹੋ ਜਾਣਾ ਤੁਹਾਡੀਆਂ ਪਈਆਂ ਲੜਾਈਆਂ 15 ਦੀਆਂ ਜਿਹੜਾ ਖਲਾਰਾ ਉਹ ਤੁਹਾਡਾ 16 ਨੂੰ ਸਿਮਟ ਸਕਦਾ ਕੀ ਬਾਤ ਹੈ ਠੰਡ ਵੀ ਘੜ ਦੋਗੀ ਨਾਲ ਪਹਿਲਾ ਤੁਹਾਡਾ ਐਕਸਕਲੂਸਿਵ ਪੌਡਕਾਸਟ ਇਹੀ ਹੈ ਨਾ ਮਤਲਬ ਇੰਟਰਵਿਊ ਜਾਂ ਆ ਇਹੀ ਇਹੀ ਆ ਇੰਟਰਵਿਊ ਤੋਂ ਮੈਂ ਹੁਣ ਬੜਾ ਕੋਈ ਸੈਟੀਸਫਾਈ ਨਹੀਂ ਸੀ ਹੁੰਦਾ ਹੁੰਦਾ ਭਾਈ ਇੰਟਰਵਿਊ ਮੈਂ ਦੱਸਦਾ ਪੌਡਕਾਸਟ ਇੰਟਰਵਿਊ ਚ ਕੀ ਫਰਕ ਆ ਉਹਨਾਂ ਜਦੋਂ ਮਾਈਕ ਮੂਈ ਕਿ ਛੱਡੇ ਹੁੰਦੇ ਆਪਾਂ ਐਂੀ ਗੱਲ ਕਰ ਲੈਣੀ ਸੀ ਬਸ ਹੁਣ ਥੋੜਾ ਸਿੱਧਾ ਬੈਠੇ ਆ ਸ਼ਾਇਦ ਉਹਨੂੰ ਬੜਾ ਡਿਗੇ ਜੇ ਹੁੰਦੇ ਵੀ ਚੱਲ ਕੈਮਰੇ ਚ ਦਿਖਣ ਲਈ ਸੱਦਾ ਬਹਿਣਾ ਪੈਂਦਾ ਬਾਕੀ ਗੱਲਾਂ ਤਾਂ ਉਹੀ ਹੋਈਆਂ ਮੈਂ ਦੱਸਦਾ ਕੀ ਫਰਕ ਆ ਪੌਡਕਾਸਟ ਤੇ ਇਹ ਵਿੱਚ ਹੂੰ ਇਧਰ ਹੱਥ ਨਾਲ ਰੋਟੀ ਖਾ ਲਓ ਚਾਹੇ ਇਧਰਾਂ ਨੇ ਖਾ ਲਓ ਮੈਂ ਤਾਂ ਇੱਕੋ ਗੱਲ ਲੱਗਦੀ ਬਦ ਤੁਸੀਂ ਹੈ ਹੀ ਬੰਦੇ ਦਾ ਸਾਡਾ ਵੀ ਇੱਕ ਪੋਡਕਾਸਟ ਆ ਰਿਹਾ ਨਾ ਅੱਛਾ ਭੋਲੇ ਦਾ ਵਖਰਾ ਫਿਲਮ ਚ ਆਓ ਅੱਛਾ ਹਾਂ ਉਹ ਭੋਲਾ ਕਰੈਕਟਰ ਆਊਗਾ ਉਹਦੇ ਚ ਭੋਲਾ ਆਊਗਾ ਰਿਪੋਰਟਰ ਵੀ ਹੈਗਾ ਸਾਰੇ ਹੋਣਗੇ ਅਸੀਂ ਪ੍ਰੋਮੋਸ਼ਨ ਸਟ੍ਰੈਟਜੀ ਬਹੁਤ ਵਧੀਆ ਸੋਚੀ ਹੋਈ ਹੈ ਯਾਰ ਇੱਕ ਚੀਜ਼ ਤੁਹਾਡੀ ਖਾਸ ਆ ਮੈਂ ਫਿਰ ਅੱਪ ਬਾਹਰ ਬੈਠੇ ਸੀ ਗੱਲ ਕਰਦੇ ਸੀ ਰਿਵਰ ਆਇਲੈਂਡ ਦੇਖੀ ਮੈਂ ਮੈਂ ਵੀ ਹੁਣ ਟੈਕਨੀਕਲ ਬੰਦਾ ਹੈਗਾ ਮੈਨੂੰ ਕੈਮਰਾ ਲੈਂਸ ਕਿਹੜੇ ਲੱਗਦੇ ਆ ਕਿੱਧਰੋਂ ਡ੍ਰੈਗ ਹੋਇਆ ਕਈ ਸੀਨ ਤਾਂ ਆਉਂਦੇ ਮੈਨੂੰ ਪਤਾ ਇਧਰੋਂ ਕੈਮਰਾ ਗਿਆ ਬਿਰੇ ਨੇ ਲੁੱਕ ਦਿੱਤੀ ਆ ਬਈ ਇਹ ਕੋਈ ਕਿੱਤੇ ਸੀਗਾ ਵੀ ਲੁੱਕ ਦੋ ਐ ਹਨਾ ਚੀਜ਼ਾਂ ਸਮਝ ਆ ਜਾਂਦੀਆਂ ਕਈ ਵਾਰ ਕਈ ਵਾਰ ਥੀਏਟਰ ਜਾਣਾ ਫਿਰ ਮੈਂ ਕਹਿੰਦਾ ਨਾ ਨਾ ਫਿਲਮ ਦੇਖ ਐਂ ਅੰਟਰਟੇਨਮੈਂਟ ਉਧਰ ਨਹੀਂ ਤਾਂ ਹੁੰਦਾ ਸਿੰਪਲ ਇਹ ਟੂ ਆਉਗੀ ਇਹ ਟੂ ਨਹੀਂ ਹੈਗੀ ਕੁਝ ਹੋਰ ਤੇ ਮੇਰਾ ਸਵਾਲ ਕੀ ਸੀਗਾ ਹਾਂ ਥੋੜਾ ਨਾ 뮤직 ਵਾਲਾ ਕੰਮ ਬੜਾ ਖਤਰਨਾਕ ਆ ਯਾਰ ਮੈਂ ਕੋਈ ਵੀ ਚੀਜ਼ ਚੱਕ ਲਾਂ ਜਿਹੜੀ ਜਿਹਦੇ ਵਿੱਚ ਤੁਸੀਂ ਇਨਵੋਲਵਮੈਂਟ ਦਿੱਤੀ ਆ ਠੀਕ ਆ ਉਹ ਛੈਣੇ ਜੇ ਵੱਜੀਆਂ ਦੇ ਇਧਰੋਂ ਕੰਨ ਚੋਂ ਉਧਰੋਂ ਆਵਾਜ਼ ਆਈ ਵੀ ਸਿਚੁਏਸ਼ਨ ਕੁਛ ਹੋ ਰਹਾ ਸਾਊਂਡ ਇੰਪੈਕਟ ਨਾ ਪੁੰਹਦਾ ਨਾ ਫਿਲਮ ਬਹੁਤ ਇੰਪੋਰਟੈਂਟ ਆ ਜਦੋਂ ਤੁਸੀਂ ਇਹੀ ਫਰਕ ਆ ਘਰ ਚ ਫਿਲਮ ਦੇਖਣ ਤੇ ਸਿਨੇਮੇ ਚ ਹੂੰ ਸਿਨੇਮੇ ਨਾਲ ਤੁਹਾਨੂੰ ਹਰ ਚੀਜ਼ ਦੁੱਗਣੀ ਲੱਗਦੀ ਮੈਂ ਜਦੋਂ ਨੀਲਮ मैम ਨਾਲ ਕੰਮ ਕਰਦਾ ਸੀ ਅਸੀਂ ਵੀਡੀਓ ਵੀ ਪਾਈ ਆ ਕਿ ਅਸੀਂ ਜਿਹੜੇ ਮਿਊਜ਼ੀਸ਼ੀਅਨ ਲਏ ਨੇ ਫਿਲਮ ਦੇ ਵਿੱਚ ਉਹਨਾਂ ਨੇ ਇਸ ਚੀਜ਼ ਤੇ ਬਹੁਤ ਫੋਕਸ ਕੀਤਾ ਸੀਗਾ ਕਿ ਆਪਣਾ ਐਕਟਰ ਜਿਹੜਾ ਐਕਟਰ ਆ ਆਪ ਤਿਆਰ ਕਰ ਅਸੀਂ ਆਪਣੇ ਸੀਨ ਦੇ ਆਪ ਡਾਇਰੈਕਟਰ ਹੁੰਦੇ ਸੀ ਇਸ ਚੀਜ਼ ਦਾ ਬਹੁਤ ਫਰਕ ਪਿਆ ਅਸੀਂ ਮੈਂ ਤੇ ਬਰਿੰਦਰ ਅੱਗੇ ਵੀ ਗੱਲ ਕਰਦੇ ਸੀ ਵੀ ਐਕਟਰ ਸੌਖਾ ਕੰਮ ਐ ਤੁਹਾਨੂੰ ਇਹ ਕਿਵੇਂ ਪਤਾ ਲੱਗੇ ਵੀ ਇਹ ਚੀਜ਼ ਮਾੜੀ ਐ ਇਹ ਸਹੀ ਐ ਉਹਦੇ ਲਈ ਇੱਕ ਜਰਨੀ ਹੁੰਦੀ ਐ ਹੂੰ ਐਕਟਿੰਗ ਕਰਨੀ ਤਾਂ ਹਰ ਚੀਜ਼ ਐ ਹੁਣ ਮੈਨੂੰ ਐ ਕਈ ਵਾਰ ਐ ਹੁਣ ਜੇ ਕੋਈ ਮੈਨੂੰ ਪੁੱਛੇ ਵੀ ਇਹ ਕਹਾਣੀ ਤੁਸੀਂ ਫਿਲਮ ਨਹੀਂ ਕੀਤੀ ਇਹ ਕਰ ਲਈ ਉਹ ਚੁਆਇਸ ਦੇ ਪਿੱਛੇ ਜਰਨੀ ਕੰਮ ਕਰਦੀ ਐ ਹੂੰ ਐਕਟਰ ਤਾਂ ਸਾਰੇ ਹੀ ਹੁੰਦੇ ਐ ਉਸੇ ਐਕਟਰ ਦੀ ਦੂਜੀ ਫਿਲਮ ਨਹਾਇਤੀ ਘਟੀਆ ਕਿਉਂ ਹੁੰਦੀ ਐ ਦੂਜੇ ਉਸੇ ਐਕਟਰ ਦੀ ਇੱਕ ਫਿਲਮ ਬਹੁਤ ਵਧੀਆ ਹੁੰਦੀ ਐ ਰੀਜ਼ਨ ਕੀ ਹੁੰਦਾ ਕਿ ਉਹਨਾਂ ਨੂੰ ਉੱਚਾ ਐਸਾ ਜਿਹੜੀ ਇਹ ਵਰਕ ਕਰੂਗੀ ਕਿ ਨਹੀਂ ਕਰੂਗੀ ਇਹ ਜਿਹਨੂੰ ਲੋਕ ਪਸੰਦ ਕਰਨਗੇ ਉਹਦੇ ਚ ਮਾਰ ਖਾਂਦੇ ਹੂੰ ਉੱਥੇ ਗੜਬੜ ਹੋ ਜਾਂਦੀ ਟੈਕਨੀਕਲੀ ਮੈਨੂੰ ਲੱਗਦਾ ਮਿਊਜ਼ਿਕ ਹੈ ਜਿਹੜਾ ਬਹੁਤ ਪੰਪ ਹੈ ਕਰਦਾ ਮਿਊਜ਼ਿਕ ਤੇ ਉਨਾ ਹੀ ਧਿਆਨ ਦੇਣ ਦੀ ਲੋੜ ਆ ਜਿੰਨੀ ਤੁਸੀਂ ਐਕਟ ਤੇ ਧਿਆਨ ਦੇਣ ਨੇ ਹੂੰ ਈਵਨ ਕਿ ਜਦੋਂ ਅਸੀਂ ਸੀਨ ਡਿਜ਼ਾਈਨ ਵੀ ਕਰ ਰਹੇ ਹੁੰਦੇ ਆ ਵਿੱਚ ਹੀ ਹੁੰਦਾ ਅਸੀਂ ਮੂੰਹ ਨਾਲ ਦੰ 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 ਲਾਇਆ ਹੁੰਦਾ ਨਾਲ ਵੀਊ ਦੇ ਵੀ ਇੰਨੀ ਬੀਟ ਛੱਡਣੀ ਐ ਇੰਨੀ ਸਪੇਸ ਦੇਣੀ ਐ 뮤జిక్ ਹੈਵੀ 뮤జిక్ ਆ ਉਹ ਸਾਹਮਣੇ ਤੁਸੀਂ ਬਹੁਤ ਸਾਰੀਆਂ ਪੰਜਾਬੀਆਂ ਫਿਲਮਾਂ ਚੈੱਕ ਕਰ ਲਿਓ ਜੂ ਤੁਹਾਨੂੰ ਬੀਜੀਐਮ ਦਾ ਪਤਾ ਹੀ ਨਹੀਂ ਲੱਗੂ ਕਿਉਂਕਿ ਸਪੇਸ ਹੀ ਨਹੀਂ ਦਿੰਦੇ ਕਿਉਂਕਿ ਉਹ ਤੇਰਾ ਉਹ ਕਹਿੰਦਾ ਤੇਰਾ ਮੂੰਹ ਇਹ ਜਾ ਤੇਰਾ ਮੂੰਹ ਇਹ ਜਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬੀਜੀਐਮ ਅੱਗੇ ਹੁੰਦਾ ਟਿੰ 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 ਉਹ ਤਾਂ ਐ ਤੂੰ ਵੀ ਲਾ ਕੇ ਛੱਡੀ ਬਸ ਬਸ ਕਿਉਂਕਿ ਸਪੇਸ ਹੀ ਨਹੀਂ ਦਿੰਦੇ ਇੱਕ ਤਾਂ 30 35 ਐਕਟਰ ਖੜੇ ਹੁੰਦੇ ਆ ਫਰੇਮ ਚ ਉਹ ਐ ਐ ਚੱਕੀ ਜਾਂਦੇ ਨੇ ਤੂੰ ਬੋਲੀ ਜਾਂਦਾ ਤੂੰ ਬੋਲੀ ਜਾਂਦਾ ਬੀਜੀਐਮ ਤਾਂ ਹੈ ਹੀ ਨਹੀਂ ਬੀਜੀਐਮ ਤਾਂ ਉੱਥੇ ਆਉਂਦਾ ਹੀ ਨਹੀਂ ਸਪੇਸ ਹੀ ਨਹੀਂ ਆਉਂਦੀ ਉਹਨੂੰ ਉੱ ਉਹ ਤਾਂ ਕੰਮ ਲਉ ਮਤਲਬ ਜਿਹੜਾ ਫਿਲਮ ਦੇਖਿਓ ਗਵਾਚਣਾ ਚਾਹੀਦਾ ਉਹਨੂੰ ਪਤਾ ਨਹੀਂ ਵੀ ਦੋ ਮਿੰਟ ਖੜ ਜਾ ਯਾਰ ਹਾਂ ਐ ਹੋਣਾ ਚਾਹੀਦਾ ਨਾ ਹਾਂ ਉਸ ਚੀਜ਼ ਫਿਰ ਉਹ ਫਿਲਮ ਹੀ ਕਾਦੀ ਜੇ ਜੇ ਤੁਸੀਂ ਫੋਨ ਤੇ ਲੱਗੇ ਰਹੇ ਹੋ ਤੇ ਲੱਗੇ ਰਹੇ ਹੈ ਨਾ ਫਿਰ ਬਾਕੀ ਹਰ ਕੱਲਾ ਮੈਂ ਹੀ ਨਹੀਂ ਕਹਿੰਦਾ ਹਸਾਊਗਾ ਭੋਲਾ ਹਸਾਊਗਾ ਵੀ ਪੀਕਦੇ ਪਰ ਸੋਚਣ ਲਾਊਗਾ ਵੀ ਪੀਕਦੇ ਐਨੇ ਵੀ ਉਹਦੇ ਚ ਇਮੋਸ਼ਨ ਹੈ ਨਹੀਂ ਹਰ ਟਾਈਮ ਉਹ ਚਾਵਲਾਂ ਹੀ ਮਾਰਦਾ ਰਹਿੰਦਾ ਉਹ ਤੁਹਾਨੂੰ ਬਹੁਤ ਕੁਝ ਸਿੱਖਣ ਲਈ ਮਜਬੂਰ ਵੀ ਕਰਕੇ ਜਾਊਗਾ ਭੋਲਾ ਪੜ੍ਹਿਆ ਲਿਖਿਆ ਕੈਰੈਕਟਰ ਹੈ ਭੋਲਾ ਜਮਾ ਪੜਿਆ ਨਹੀਂ ਹੈਗਾ ਅੱਛਾ ਪਿੰਡ ਦਾ ਅਟਕ ਪੜਿਆ ਆੜਦਾ ਫੈਮਿਲੀ ਹੈਗੀ ਕਿ ਕੱਲਾ ਹੀ ਆਉ ਨਹੀਂ ਫੈਮਿਲੀ ਹੈਗੀ ਸਾਰਾ ਕੁਝ ਸਾਰੀਆਂ ਗੱਲਾਂ ਕਢਾ ਲੰਨੇ ਪਰਿਵਾਰ ਹੁਣ ਇਹ ਵੀ ਪੁੱਛ ਲਾ ਵੀ ਐਂਡ ਤੇ ਕੀ ਹੋਣਾ ਪਰਿਵਾਰ ਇਹ ਕਲਾਈਮੈਕਸ ਕੀ ਆ ਕਲਾਈਮੈਕਸ ਫਿਲਮ ਦੇਖੋ ਲੱਗਿਆ ਯਾਰ ਥੋੜਾ ਇਹ ਤਾਂ ਕੋਈ ডোজ ਥੋੜੀ ਹੀ ਦੇਖੇ ਜਾਓ ਯਾਰ ਕਲਾਈਮੈਕਸ ਫਿਲਮ ਮਨ ਪਤਾ ਲੱਗ ਗਿਆ ਵੀ ਉਹਦੇ ਵਿੱਚ ਹਿਊਮਰ ਦੇ ਨਾਲ ਸਿਚੁਏਸ਼ਨਲ ਕਾਮੇਡੀ ਆ ਮਿਊਜ਼ਿਕ ਬੰਬਾ ਬੀਜੀਐਮ ਕਰੈਕਟਰਸ ਸਭ ਪਤਾ ਵਾ ਨਾ ਬਖੂਬੀ ਸਾਰਾ ਕੀਤਾ ਤੇ ਵਿਰਿੰਦਰ ਰਾਮ ਗੜੀਆ ਭਾਜੀ ਵਿਰਿੰਦਰ ਰਾਮ ਗੜੀਆਂ ਭਾਜੀ ਬਹੁਤ ਯੰਗ ਨੇ ਅੱਛਾ ਗੱਲ ਤੇ ਵੀ ਗੱਲ ਨਿਕਲ ਆਈ ਪਹਿਲਾਂ ਡਾਇਰੈਕਟਰ ਹੁੰਦੇ ਸੀਗੇ ਭਾਰੇ ਭਾਰੇ ਵੀ ਮੋਟਾ ਜਿਹਾ ਬੰਦਾ ਹੈਗਾ ਉਹ ਡਾਇਰੈਕਟਰ ਆ ਇਹਨੂੰ ਦੱਸਣਾ ਪੈਂਦਾ ਉਹ ਮੈਂ ਡਾਇਰੈਕਟਰ ਆ ਦੀ ਬਾਈ ਦੀ ਫੋਟੋ ਲਾਇਓ ਤੇ ਬਾਈ ਦੀ ਫੋਟੋ ਲਾਉਗੀ ਸਪੈਸ਼ਲ ਤੇ ਵਿਰਿੰਦ ਪੱਕਾ ਡਾਇਰੈਕਟਰ ਨੂੰ ਤੁਸੀਂ ਹਾਂ ਹਾਂ ਵਿਰਿੰਦਰ ਨੂੰ ਹਾਂ ਹੈ ਵਿਰਿੰਦਰ ਦੇਖੋ ਪਹਿਲਾਂ ਮੇਰਾ ਮੈਂ ਤਾਂ ਧੀਰਾ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੇ ਆਲਰੇਡੀ ਫੇਮਸ ਜਦੋਂ ਤੁਸੀਂ ਰੌਲਾ ਕਿੱਥੇ ਪੈਂਦਾ ਫੇਮਸ ਹੋਣਾ ਕੋਈ ਬਾਲੀ ਵੱਡੀ ਗੱਲ ਨਹੀਂ ਨਾਮ ਬਣਾਉਣਾ ਬਾਲੀ ਮੇਨਟੇਨ ਰੱਖਣਾ ਬਹੁਤ ਔਖਾ ਹੈ ਹਮ ਜਦੋਂ ਤੁਸੀਂ ਕੋਈ ਤੁਹਾਡੀ ਫਿਲਮ ਚੱਲ ਜਾਂਦੀ ਹੈ ਤੁਸੀਂ ਐਕਟਰ ਵੀ ਬਣ ਕੇ ਜਾਂ ਡਾਇਰੈਕਟਰ ਬਣ ਕੇ ਉਸ ਤੋਂ ਬਾਅਦ ਮਿਹਨਤ ਕਰਨੀ ਘਟਾ ਦਿੰਦੇ ਹਮ ਮੈਨੂੰ ਲੱਗਦਾ ਵੀ ਸਾਨੂੰ ਲੱਗਿਆ ਸਭ ਤੋਂ ਪਹਿਲਾਂ ਜਦੋਂ ਅਸੀਂ ਬੈਠੇ ਸੀਗੇ ਵੀ ਕੌਣ ਡਾਇਰੈਕਟਰ ਲਈਏ ਬੜੀਆਂ ਆਪਸ਼ਨ ਆਉਂਦੀਆਂ ਪਰ ਸਾਨੂੰ ਇਹ ਵੀ ਪਤਾ ਹੈ ਕਿ ਉਹ ਚਾਰ-ਚਾਰ ਫੜੀ ਬੈਠੇ अच्छा ਵੀ ਜਦੋਂ ਕੋ ਬੰਦਾ ਇਹ ਕਹਿੰਦਾ ਭਾਜੀ ਦੋ ਆ ਖਤਮ ਕਰਕੇ ਫਿਰ ਇੱਥੇ ਆਵਾਂਗੇ ਇਟ ਮੀਨਸ ਇਹ ਤੁਸੀਂ ਆਈਟੀ ਨਹੀਂ ਦੇ ਪਾਉਗਾ ਉਹ ਫਿਰ ਫਿਲਮ ਜਿਉਣੀ ਪੈਂਦੀ ਹੈ ਹਮ ਫਿਲਮ ਤੁਸੀਂ ਸੌਂਦੇ ਉੱਡਦੇ ਜਾਗਦੇ ਤੁਹਾਡੇ ਮਨਾਂ ਅੰਦਰ ਰਹਿਣੀ ਚਾਹੀਦੀ ਹੈ ਬੰਬੇ ਜਦੋਂ ਅਸੀਂ ਕਿਸੇ ਵਾਰੇ ਡਾਇਰੈਕਟਰ ਨਾਲ ਕਿਸੇ ਬੰਬੇ ਦੇ ਡਾਇਰੈਕਟਰ ਨਾਲ ਗੱਲ ਕਰੇ ਜਦੋਂ ਉਹ ਪ੍ਰੋਜੈਕਟ ਕਰਦਾ ਹੋਊਗਾ ਤੁਹਾਨੂੰ ਇਹ ਵੀ ਦੱਸ ਦਊਗਾ ਉਹ ਗੱਡੀ ਦੇ ਪਿੱਛੇ ਜਿਹੜਾ ਬੰਦਾ ਲੰਘਿਆ ਸੀ ਉਹ ਕਹਿ ਜਾਊਗਾ ਇੰਨਾ ਉਹ ਸਕ੍ਰਿਪਟ 'ਚ ਵੜਿਆ ਹੁੰਦਾ ਤੁਸੀਂ ਮਾੜੀ ਜੀ ਉਹਨੂੰ ਪੁੱਛ ਲਓ ਨਾ ਉਹ 10 ਮਿੰਟ ਪਿੱਛੋਂ ਲਿਆਉਂਦਾ ਉਹ ਉੱਥੇ ਗਿਆ ਉੱਥੇ ਗਿਆ ਉੱਥੇ ਗਿਆ ਹੁਣ ਤੂੰ ਇੱਥੇ ਖੜਾ ਕਿਉਂ ਕਿਉਂਕਿ ਉਹਨੇ ਜਿਉਂ ਹੀ ਹੁੰਦੀ ਤੇ ਫਿਰ ਵਰਿੰਦਰ ਆਇਆ ਵਰਿੰਦਰ ਨੂੰ ਮੈਂ ਤਾਂ ਬੁੱਲਣ ਸਕ੍ਰਿਪਟ ਦੇਤੀ ਇਹਨੇ ਕਿਹਾ ਫਿਲਮ ਤਾਂ ਠੀਕ ਐ ਤੇ ਡਾਇਰੈਕਟਰ ਕਿਵੇਂ ਦੇਖੂਗਾ ਇਹ ਸਭ ਤੋਂ ਵੱਡਾ ਚੈਲੰਜ ਹੁੰਦਾ ਅਸੀਂ ਇਸ ਚੀਜ਼ ਤੇ ਬਹੁਤ ਫਰਕ ਕਰਦੇ ਆ ਕਿ ਤੁਸੀਂ ਆਪਣੀ ਇਨਪੁਟ ਨਾਲ ਆਪਣੇ ਹੱਲ ਕਿਵੇਂ ਲੱਜਾਣੀ ਆ ਬਹੁਤ ਸਾਰੀਆਂ ਫਿਲਮਾਂ ਤੁਸੀਂ ਐਂ ਜਾਂ ਦੇਖੀਆਂ ਹੋਣੀਆਂ ਨੇ ਜਿਹੜੀਆਂ ਹਿੱਟ ਨੇ ਪਰ ਤੁਹਾਨੂੰ ਡਾਇਰੈਕਟਰਾਂ ਦੇ ਨਾਮ ਹੀ ਪਤਾ ਹੋਣਾ ਹਮਮ ਰੀਜ਼ਨ ਕੀ ਐ ਉਹਦੇ ਵਿੱਚ ਡਾਇਰੈਕਟਰ ਪਾਉਣਾਂ ਦੀ ਕਮੀ ਰਹਿ ਜਾਂਦੀ ਹੈ ਉਹ ਸਾਰੀ ਗੇਮ ਐਕਟਰ ਤੇ ਖੇਡ ਦਿੰਦੇ ਆ ਹਾਲਾਂਕਿ ਡਾਇਰੈਕਟਰ ਦਾ ਹੁਣਾ ਬਹੁਤ ਜ਼ਰੂਰੀ ਹੈ ਉਹਦਾ ਵਿੱਚ ਵਿਜ਼ਨ ਐਡ ਕਰਨਾ ਬਹੁਤ ਜ਼ਰੂਰੀ ਹੈ ਹੁਣ ਬੰਸਾਲੀ ਆਪਾਂ ਕਈ ਡਾਇਰੈਕਟਰ ਨੇ ਜਿਹੜਾ ਉਹਨਾਂ ਦਾ ਇੱਕ ਪੈਟਰਨ ਹੈ ਆ ਵੀ ਗੱਲ ਕਰਦੇ ਆ ਉਹਨਾਂ ਦੀ ਕਿ ਯਾਰ ਅਨਰਾਕਸ਼ ਬੂਗਾ ਤਾਂ ਇਹ ਅਨਰਾਕਸ਼ਪ ਟਾਈਪ ਫਿਲਮ ਹੈ ਸਾਨੂੰ ਐਂ ਕਹਿਣਾ ਪੈਂਦਾ ਹਾਂ ਕੀ ਆ ਬਾਤ ਹੈ ਕਿ ਹੁਣ ਸੰਦੀਪ ਰੈਡੀ ਵੰਗਾ ਟਾਈਪ ਕਰੈਕਟਰ ਹੈ ਤਾਂ ਸਾਨੂੰ ਐਨੀਮਲ ਤੇ ਅਰਜੁਨ ਰੈਡੀ ਦੀ ਗੱਲ ਕਰਨੀ ਪੈਂਦੀ ਓਵੇਂ ਇੱਕ ਤੁਹਾਨੂੰ ਇੱਕ ਪੈਟਰਨ ਬਣਾਉਣਾ ਚਾਹੀਦਾ ਦਵਿੰਦਰ ਆਇਆ ਇਸ ਫਿਲਮ ਚ ਉਹਨੇ ਫੁੱਲ ਮੂਨ ਕੀਤੀ ਸੀ ਪਹਿਲਾਂ ਸੀ ਉਹਦਾ ਕੰਮ ਦੇਖਿਆ ਹੋਇਆ ਸੀ ਪਰ ਇਹ ਉਸ ਤੋਂ ਆਪੋਜ਼ਿਟ ਫਿਲਮ ਸੀ ਨਵੇਂ ਮੁੰਡੇ ਚ ਅੱਗ ਹੁੰਦੀ ਹੈ ਜਿਵੇਂ ਸਾਡੇ ਚ ਜਦੋਂ ਅਸੀਂ ਆਏ ਸੀਗੇ ਡਿਪਾਰਟਮੈਂਟ ਚ ਅਸੀਂ ਕੁਝ ਵੀ ਕਰ ਸਕਦੇ ਸੀ ਸਾਡੇ ਤੋਂ ਇਹ ਕੋਰਾ ਕਾਗਜ਼ ਪੰਨਾ ਹੁੰਦਾ ਜੋ ਮਰਜ਼ੀ ਕਰਾ ਲਓ ਉੱਚ ਇੱਕ ਪੈਸ਼ਨ ਦੀ ਕਮੀ ਨਹੀਂ ਸਾਡੇ ਮੈਮ ਕਹਿੰਦੇ ਹੁੰਦੇ ਆ ਐਕਟਰ ਏਕਟਰ ਤਾਂ ਸਾਰੇ ਬਣ ਬਣ ਜਾਂਦੇ ਹੁੰਦੇ ਆ ਉਹ ਜਿਹੜਾ ਅੰਦਰਲੀ ਅੱਗ ਹੈ ਨਾ ਉਹ ਵਿੱਚ ਇੱਕ ਜਣਿਆਂ ਚ ਹੁੰਦੀ ਹੈ ਉਹ ਨਹੀਂ ਕਦੇ ਖਤਮ ਹੋਣੀ ਚਾਹੀਦੀ ਕਈ ਵਾਰ ਕਹੇ ਤੇ ਕੰਮ ਕਰਨਾ ਤੇ ਬਿਨਾ ਕਹੇ ਤੇ ਕੰਮ ਕਰਨਾ ਇਹ ਤੇ ਜਮੀਨ ਉਸਮਾਨ ਦਾ ਫਰਕ ਹੁੰਦਾ ਕਾਮਯਾਬ ਉਹ ਨਹੀਂ ਹੋਣਾ ਜਿਨੇ ਬਿਨਾ ਕਹੇ ਆਪ ਉੱਠ ਕੇ ਕੰਮ ਕਰਦਾ ਕਲਾਸ ਚ 20 ਜਣੇ ਹੁੰਦੇ ਆ ਕਦੇ ਵੀ ਦੇਖ ਲਿਓ ਐਨਐਸਡੀ ਤੋਂ 26 ਐਕਟਰ ਨਿਕਲਦੇ ਆ 26 ਚੋਂ 26 ਸਾਨੂੰ ਦਿਖਦੇ ਨਹੀਂ ਇੱਕ ਅੱਧਾ ਹੀ ਦਿਖਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਇੱਕ ਅੱਧਾ ਉਹ ਹੁੰਦਾ ਜਿਹੜਾ ਆਪ ਉੱਠ ਕੇ ਕਦੇ ਗਿਆ ਹੋਊਗਾ ਉਹਦੇ ਸੁਭਾਅ ਚ ਹੁੰਦਾ ਹੈ ਸਾਰੇ ਟੈਲੈਂਟਡ ਹੁੰਦੇ ਆ ਬਿਨਾ ਕਹੇ ਤੋਂ ਜਿਹਨੂੰ ਪਤਾ ਲੱਗ ਜੇ ਵੀ ਆਹ ਕਰਨਾ ਉਹ ਬੰਦੇ ਘੱਟ ਹੁੰਦੇ ਆ ਕਬਰੇਂਦਰ ਨੇ ਵੀ ਬਹੁਤ ਸੋਹਣਾ ਕੰਮ ਕਰਿਆ ਇਹਦੇ ਤੇ ਉਹਨੂੰ ਹੁਣ ਉਹਨੂੰ ਟਾਈਮ ਵੀ ਮਿਲ ਗਿਆ ਵਧੀਆ ਕਈ ਵਾਰ ਉਹਨੇ 100 ਵਾਰ ਫਿਲਮ ਦੇਖ ਲਈ ਹੋਣੀ ਹੈ ਤੇ 100 ਵਾਰ ਚ ਉਹਨੇ ਗਲਤੀਆਂ ਕੱਢ ਕੇ ਆਹ ਸੀਨ ਕਦੇ ਇੱਧਰ ਪਾਦਾ ਕਦੇ ਇੱਧਰ ਪਾਦਾ ਸੋ ਉਹਦੇ ਚ ਇੱਕ ਉਹਦਾ ਪੈਟਰਨ ਦਿਖਦਾ ਡਾਇਰੈਕਟਰ ਦਾ ਕਿ ਉਹਨੇ ਇਸ ਫਿਲਮ ਨੂੰ ਜੀਉ ਕੇ ਅਸੀਂ ਆਪਣਾ ਕੰਮ ਕਰ ਰਹੇ ਮੈਂ ਇਹਨੂੰ ਕਹਦਾ ਯਾਰ ਮੈਂ ਨਹੀਂ ਦੇਖਣੀ ਹੁਣ ਬਹੁਤ ਦੇਖ ਲਈ ਮੈਂ ਤੂੰ ਦੇਖੀ ਚੱਲ ਜਿੰਨੀ ਮਰ ਮਰਜੀ ਮੈਂ ਤਾਂ ਹੁਣ ਸਿੱਧੀ ਸਿਨੇਮੇ ਚ ਦੇਖੂਗਾ ਤਾਂ ਫਿਰ ਉਸ ਚ ਉਹ ਨਵੇਂ ਬੰਦੇ ਨਾਲ ਸੌਕਾ ਹੋ ਜਾਂਦਾ ਕ੍ਰੀਏਟਿਵ ਬੰਦੇ ਨਾਲ ਸੌਕਾ ਹੋ ਜਾਂਦਾ ਕੱਲ ਨੂੰ ਇਹਨਾਂ ਦਾ ਹੀ ਟਾਈ ਹਮਮ ਕੱਲ ਨੂੰ ਦੇਖੀ ਵਰਿੰਦਰ ਕੋਈ ਵੱਡੀ ਇੰਜ ਕਰਕੇ ਲਿਆਊਗਾ ਐਨੀਮੇਸ਼ਨ ਦੀ ਫਿਲਮ ਜੀ ਹਮਮ ਉਹ ਲੱਗਣਾ ਉਹ ਗਾਣਾ ਆ ਡਾਇਰੈਕਟਰ ਆ ਓਏ ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਅਨਿਰੁੱਧ ਦਾ ਮੁੰਡਾ ਅਨਿਰੁੱਧ ਕੋਲਾਵਰੀ ਡੀ ਜਦੋਂ ਉਹਨੇ ਗਾਣਾ ਕੀਤਾ ਸੀਗਾ ਹਮ 16 17 ਸਾਲ ਦਾ ਆਊਗਾ YouTube ਤੇ ਵੀਡੀਓ ਕੱਢ ਕੇ ਦੇਖ ਲਿਓ ਉਹਦਾ ਮਿਊਜ਼ਿਕ ਆ ਉਹ ਆਜੇ ਸਪੈਸ਼ਲ ਟ੍ਰੇਲਰ ਦੇ ਵਿੱਚ ਅਨਿਰੁੱਧ ਮਿਊਜ਼ਿਕ ਲਿਖਿਆ ਆਉਂਦਾ ਜਿੰਨੀਆਂ ਸਾਉਦੀਆਂ ਫਿਲਮਾਂ ਨੇ ਜਵਾਨ ਹੋ ਗਈਆਂ ਜਿੰਨੀਆਂ ਵੱਡੀਆਂ ਫਿਲਮਾਂ ਇੰਡੀਆ ਦੀਆਂ ਹੂੰ ਅਨਿਰੁੱਧ ਕਰਦਾ ਉਹਨਾਂ ਦਾ ਮਿਊਜ਼ਿਕ ਤੇ ਉਹਦੀ ਉਮਰ ਦੇਖ ਲਿਓ ਕੱਢ ਕੇ ਕਿੱਡਾ ਕ ਤੇ ਸਭ ਤੋਂ ਮਹਿੰਗਾ ਮਿਊਜ਼ੀਕਲ ਉਹਦਾ ਪੈਸਾ ਜਿਹੜਾ ਲੈਂਦਾ ਏ ਆਰ ਰਹਿਮਾਨ ਤੋਂ ਵੀ ਮੈਨੂੰ ਲੱਗਦਾ ਉਹਨਾਂ ਨੇ ਚਲੋ ਜ਼ਿੰਦਗੀ ਉਹਨਾਂ ਨੇ ਵੀ ਬੜੀ ਲੇਜੈਂਡ ਤਰੀਕੇ ਨਾਲ ਜਿਉਈਆਂ ਪਰ ਇਹ ਕੁਝ ਐਕਸਟਰਾ ਆਰਡੀਨਰੀ ਹੁੰਦੇ ਆ ਬੰਦੇ ਸੋ ਉਮਰ ਮੈਟਰ ਨਹੀਂ ਕਰਦੀ ਸਹੀ ਗੱਲ ਹੈ ਤੇਜਰਬਾ ਅੱਗ ਮੈਟਰ ਕਰਦੀ ਹੈ ਹੂੰ ਉਮਰ ਤਾਂ ਜਮਾਂ ਮੈਟਰ ਨਹੀਂ ਕਰਦੀ 21 ਸਾਲ ਦਾ ਵੀ ਜਵਾਕ ਆਈਪੀਐਸ ਬਣੇ ਨੇ ਇੰਡੀਆ 'ਚ ਬਹੁਤ 22 ਸਾਲ ਵਾਲੇ ਕਈ ਹੁਣ 30 35 ਦੇ ਵੀ ਅਟੈਂਪ ਦੇ ਜਾਂਦੇ ਆ ਉਹ ਇੱਕ ਅਲੱਗ ਚੀਜ਼ ਆ ਸੋ ਮੈਨੂੰ ਲੱਗਦਾ ਕਿ ਇਹਦੇ ਚ ਉਮਰ ਦਾ ਕੋਈ ਹੋਣਾ ਨਹੀਂ ਚਾਹੀਦਾ ਟੈਲੈਂਟ ਦਾ ਕਿਸੇ ਵੀ ਹੋ ਸਕਦਾ ਸਿਆਣੀ ਗੱਲਾਂ ਕਰਤੀਆਂ ਐਂਡ ਤੇ ਤੁਸੀਂ ਕੱਢ ਤਾਂ ਮੈਂ ਮਰਿੰਦਰ ਕਰਕੇ ਕੀਤੀ ਆ ਮੈਂ ਅਗਲਾ ਕਹੇ ਮਰਿੰਦਰ ਸਿਆਣਾ ਡਾਇਰੈਕਟਰ ਨਹੀਂ ਆ ਪਰੇ ਹੋ ਜਾ ਮੱਖੀ ਵਧੀਆ ਬਰੇਆਸ ਨਹੀਂ ਤੁਹਾਡੀ ਵੀ ਵਧੀਆ ਗੱਲ ਆ ਕਿ ਤੁਸੀਂ ਹਰ ਇੱਕ ਨੂੰ ਨਾ ਹਰ ਇੱਕ ਨੂੰ ਮਤਲਬ ਐ ਚਾਹੁੰਦੇ ਹੋ ਵੀ ਅੱਗੇ ਆਉਣ ਹਾਂ ਟੀਮ ਬੇਸਿਕਲੀ ਟੀਮ ਦੀ ਗੇਮ ਆ ਹੂੰ ਕੰਮ ਕਰੀਦਾ ਯਾਰ ਵੱਡੇ ਸੀਨੀਅਰ ਡਾਇਰੈਕਟਰ ਵੀ ਨਾਲ ਵੀ ਪਰ ਤੁਹਾਨੂੰ ਪਤਾ ਹੁੰਦਾ ਹੁਣ ਇਹਨੇ ਇਹਨੇ ਤਾਂ ਨਵੇੜ ਜੀ ਰਿਹਾ ਹੋਂ ਉਹ ਨਵੇੜਨ ਵਾਲਿਆ ਤੋਂ ਮੈਨੂੰ ਥੋੜਾ ਜਿਆਦਾ ਲੱਗਦਾ ਹੁੰਦਾ ਯਾਰ ਮਜ਼ਾ ਨਹੀਂ ਆ ਰਿਹਾ ਜਦ ਤੱਕ ਸ਼ੂਟ ਕਰਕੇ ਘਰ ਆ ਕੇ ਸਵਾਦ ਦੀ ਨੀਂਦ ਨਹੀਂ ਨਾ ਆਉਂਦੀ ਉਹ ਹੁੰਦਾ ਕੰਮ ਕਿ ਅੱਜ ਆਈਏ ਨੀਂਦ ਸਵਾਦ ਦੀ ਅੱਜ ਕੁਝ ਕਰਕੇ ਆਏ ਆ ਉਹ ਤੁਹਾਡੇ ਚ ਜਿਉਂਦਾ ਰਹਿਣਾ ਚਾਹੀਦਾ ਫੇਰ ਸਿਨੇਮਾ ਵਧੀਆ ਬਣੂਗਾ ਹਾਂ ਹਾਂ ਵਧੀਆ ਵੀਰੇ ਜਿੰਨੇ ਵੀ ਹੁਣ ਨਵੀਆਂ ਫਿਲਮਾਂ ਆ ਰਹੀਆਂ ਨੇ ਤੁਹਾਡੇ ਵੱਲੋਂ ਆ ਰਹੀਆਂ ਜਾਂ ਆਲੇ ਦੁਆਲੇ ਤੁਹਾਡੇ ਨਾ ਟੀਮ ਹੈਗੀ ਆ ਸਾਰੇ ਸੋਚਦੇ بزਨਸ ਦਾ ਕਰਨਾ ਹੈ ਪੈਸੇ ਤਾਂ ਲਾਇਆ ਚਾਹੀਦੇ ਆ ਠੀਕ ਆ ਤਾਂ ਹੀ ਅੱਗੇ ਕਰਾਂਗੇ ਪਰ ਤੁਹਾਡਾ ਜਿਆਦਾ ਫੋਕਸ ਹੁੰਦਾ ਵੀ ਯਾਰ ਪ੍ਰੋਜੈਕਟ ਵਧੀਆ ਬੰਨਣਾ ਚਾਹੀਦਾ ਲਾਈਫ ਟਾਈਮ ਪੂਰੇ ਜ਼ਿੰਦਗੀ ਚੋ ਜਿੱਦਾਂ ਹੋਈ ਫਿਰ ਹੇਰਾ ਫੇਰੀ ਦੁਬਾਰਾ ਵੀ ਲਾਲੀ ਦੀ ਆ ਹੂੰ ਉਹ ਇਹ ਭੋਲੇ ਉਹਦਾ ਦਾ ਵੀ ਅਸੀਂ ਇਹੀ ਗੱਲ ਕੀਤੀ 7 ਸਾਲ ਬਾਅਦ ਵੀ ਯਾਰ ਉਹ ਲਾਲੋ ਯਾਰ ਦੁਬਾਰਾ ਹਾਂ ਪਿਓ ਫਿਲਮ ਨੂੰ ਵਾਰ-ਵਾਰ ਦੇਖਣ ਦਾ ਮਨ ਕਰੇ ਕਿਉਂਕਿ ਹੁਣ ਫਿਲਮਾਂ ਜਿਹੜੀਆਂ ਬਣਦੀਆਂ ਨੇ ਇੱਕ ਵਾਰ ਦੇਖ ਲਈ ਫਿਰ ਨਹੀਂ ਦੇਖਦੇ ਨਹੀਂ ਦੇਖ ਪਾਉਂਦੇ ਆ ਨੋ ਡਾਊਟ ਕੋਸ਼ਿਸ਼ ਤਾਂ ਇਹੀ ਕਰੀਦੀ ਆ ਅੱਗੇ ਵੀ ਇਹੀ ਕੋਸ਼ਿਸ਼ ਕਰ ਰਹੇ ਆ ਕੋਈ ਐਸੀ ਸਕ੍ਰਿਪਟ ਲੱਭੀ ਹੈ ਜਿਹੜੀ ਲਾਈਫ ਟਾਈਮ ਲਈ ਉਹ ਬਣ ਗਈ ਸਭ ਜੀ ਵੀ ਇਹ ਇੱਕ ਡਾਕੂਮੈਂਟ ਬਣਨੀ ਦੇਖਦੇ ਆ ਬਾਕੀ ਅੱਗੇ ਤੇਰੇ ਭਾਗ ਲੱчие ਇਹ ਕਹਿੰਦੇ ਹੁੰਦੇ ਨੇ ਇਹੀ ਜੇ ਤਾਂ ਫਿਲਮ ਚੱਲ ਗਈ ਫਿਰ ਤਾਂ ਸਿਆਣੀਆਂ ਗੱਲਾਂ ਸਾਰੀਆਂ ਘੈਂਟ ਚੱਲਣਗੀਆਂ ਜੇ ਨਾ ਚੱਲੀ ਬਾਈ ਪਰ ਫਿਰ ਮੈਂ ਕਹਿ ਹਟਿਆ ਕਿ ਫਿਲਮ ਨੂੰ ਲੈ ਕੇ ਮੈਂ ਬਹੁਤ ਪੋਜ਼ਿਟਿਵ ਆ ਇੱਕ ਤਸੱਲੀ ਬਹੁਤ ਆਈ ਆ ਅੱਗੇ ਤਾਂ ਚਲੋ ਰਬ ਬਰਕਾ ਬਸ ਇਹੀ ਹੁੰਦਾ ਵੀ ਆਪਣੇ ਵੱਲੋਂ ਪੂਰਾ ਬੈਸਟ ਕਰਕੇ ਦੇਤਾ ਬੰਦਾ ਉੱਥੇ ਸੈਟੀਸਫਾਈ ਹੁੰਦਾ ਯਾਰ ਮੈਂ ਜਿੰਨੇ ਚੱਬ ਘੜ ਨਹੀਂ ਕੱਢ ਤੇ ਹੁਣ ਅੱਗੇ ਤੁਸੀਂ ਸਾਹਮਣੇ ਆਡੀਅנס ਹੱਥ ਵਾਸ ਹੈ ਨਾ ਉਹ ਡਿਸਾਈਡ ਕਰ ਮੈਂ ਅੱਗੇ ਵੀ ਗੱਲ کہہ ਕੇ ਹਟਾਂ ਕਿ ਉਹ ਡਿਸਾਈਡ ਕਰੂਗੀ ਕਿ ਅਸੀਂ ਕਿੱਦਾਂ ਦਾ ਦੇਖਣਾ ਚਾਹੁੰਦੇ ਫਿਰ ਉਦਾਂ ਦਾ ਬਣੀ ਜਾਊਗਾ ਨਾ ਵੈਸੇ ਤਾਂ ਚੱਲ ਹੀ ਰਿਹਾ ਸਾਰਾ ਕੁਝ ਟਾਈਮ ਪਾਉਂਦੇ ਹੀ ਨੇ ਬਟ ਐਕਸਪੈਰੀਮੈਂਟ ਤਾਂ ਬਾਹਲਾ ਹੈ ਨਹੀਂ ਫਿਲਮ ਦੀ ਸਿੱਧੀ ਸਿੱਧੀ ਫਿਲਮ ਹੈ ਪਰ ਅਸੀਂ ਕੋਸ਼ਿਸ਼ ਇਹੀ ਕੀਤੀ ਕਿ ਐ ਨਾ ਹੋਵੇ ਲੋਕਾਂ ਨੂੰ ਲੱਗੇ ਕਿ ਮਢੀਰ ਵਾਲੀ ਫਿਲਮ ਹੈ ਉਹ ਵੀ ਇੰਜੋਏ ਕਰਨਗੇ ਪਰਿਵਾਰ ਵੀ ਬਹੁਤ ਇੰਜੋ ਇਹ ਜਿਹੜੇ ਤੁਹਾਨੂੰ ਮੈਂ ਦੱਸਿਆ ਇਹ ਟੌਪਿਕ ਨੇ ਨਾ ਉਹ ਬਹੁਤ ਸੈਂਸਿਟਿਵ ਨੇ ਉਹ ਤੇ ਇੱਕ ਇੱਕ ਟੌਪਿਕ ਤੇ ਤੁਸੀਂ ਗੱਲ ਕਰੋਗੇ ਫਿਲਮ ਦੇ ਵਿੱਚ ਕੀ ਬਾਤ ਹੈ ਸੋ ਯਾਰ ਜਾਇਓ 16 ਫਰਵਰੀ ਨੂੰ 14 ਫਰਵਰੀ ਵੈਲੈਂਟਾਈਨ 15 ਨੂੰ ਬ੍ਰੇਕਅਪ 16 ਨੂੰ ਕਮੇਡੀ ਆ ਹੱਸ ਕੇ ਤੁਹਾਡਾ ਫਿਰ ਪੈ ਜਾ ਕੋਮੇਡੀ ਵੈਸੇ ਕਹਤਾ ਕਿਉਂਕਿ ਭੋਲਾ ਕਰੈਕਟਰ ਤਾਂ ਕਮੇਡੀ ਨਾਮ ਜੋੜਦੇ ਆ ਪਰ ਜਿੰਨਾ ਕਿ ਮੈਂ ਸਮਝ ਪਾਇਆ ਸਿਰਫ ਕਮੇਡੀ ਨਹੀਂ ਸਿਚੁਏਸ਼ਨਲ ਕਮੇਡੀ ਨਹੀਂ ਹੈਗੀ ਬਹੁਤ ਚੀਜ਼ਾਂ ਹੋਣਗੀਆਂ ਯਾਰ ਹੁਣ ਦੱਸ ਤੀਆਂ ਸਵਾਦ ਨਹੀਂ ਹੋਣਾ ਨਾ ਫੇਰ ਤਾਂ ਆ ਕਰਕੇ 16 ਫਰਵਰੀ ਨੂੰ ਦੇਖਿਓ ਚਲ ਜਿਓ ਯਾਰ ਮੈਨੂੰ ਪਤਾ ਠੰਡਾ ਚਲ ਜਿਓ ਜਦੋਂ ਤੁਸੀਂ ਤੱਕ ਤਾਂ ਲੈ ਜਾਣੀ ਆ 14 ਫਰਵਰੀਨ ਲੰਘ ਜਾਣਾ 14 ਹਾਂ ਜਾਓਗੇ ਨਾ ਥੀਏਟਰ ਜਦੋਂ ਤੁਸੀਂ ਬੈਠੋਗੇ ਫਿਰ ਤੁਸੀਂ ਕਹੋਗੇ ਯਾਰ ਵਧੀਆ ਕੀਤਾ ਯਾਰ ਆ ਕੇ ਕਈ ਵਾਰ ਹੁੰਦਾ ਨਾ ਆਪਾਂ ਕਰਦੇ ਹੁੰਨੇ ਆ ਯਾਰ ਕੱਲ ਜਾਵਾਂਗੇ ਪਰਸੋਂ ਜਾਵਾਂਗੇ ਸੋ ਯਾਰ ਵੀਰਾਂ ਦੇਖੋ ਕਿੰਨਾ ਨੈਚਰਲ ਜਿਹਾ ਪੋਡਕਾਸਟ ਦੇਖਿਆ ਤੁਸੀਂ ਕੁਝ ਲੱਗਿਆ ਤੁਹਾਨੂੰ ਐ ਵੀ ਕੁਝ ਅਸੀਂ ਲਿਖਿਆ ਪੜਿਆ ਬੋਲਦੇ ਪਏ ਆ ਉਹੀ ਗੱਲਾਂ ਨੇ ਆਮ ਜਿਹੇ ਬੰਦੇ ਆ ਤਾਂ ਉਦਾਂ ਦੀ ਫਿਲਮ ਹੋਣੀ ਨੈਚਰਲ ਜਿਹੇ ਕਰੈਕਟਰ ਹੋਣੇ ਆ ਜਾ ਕੇ ਜ਼ਰੂਰ ਦੇਖਿਓ ਥੈਂਕ ਯੂ ਬਈ ਥੈਂਕ ਯੂ ਸੋ ਮੱਚ ਬਾਕੀ ਆਪਾਂ ਸਨਮੇ ਵਿੱਚ ਮਿਲਦੇ ਆਂ ਚਲੋ ਠੀਕ ਆ ਅੱਜ ਦਾ ਪੋਡਕਾਸਟ ਇੱਥੇ ਤੱਕ ਰੱਖਦੇ ਆ ਤੇ ਮਿਲਦੇ ਆ ਨੈਕਸਟ ਐਪੀਸੋਡ ਵਿੱਚ ਤਦ ਤੱਕ ਲਈ ਕੈਦਾਂ ਫਿਰੇ ਇਹ ਲੋਗੇ ਇਹ ਹਾਂਜੀ ਬਾਜੀ ਹੋਰ ਦਾ ਡੋਲੋ ਤਾਂ ਤੇ ਡੋਲੋ ਤਾਂ ਮੇਰਾ ਵੀ ਨਹੀਂ ਹੋਰ ਦਾ ਮੈਂ ਬਣਾਣਾ ਕਿੱਦਾਂ ਫਿਰੇ ਕਿੱਦਾਂ ਦੇ